ਅੱਜ ਦੀ ਦੁਨੀਆ ਨੂੰ ਸਮਝਣ ਵਾਸਤੇ ਨੈਸ਼ਨਲਿਜ਼ਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨੈਸ਼ਨਲਿਜ਼ਮ ਦੇ ਹਵਾਲੇ ਤੋਂ ਬਿਨਾਂ ਅੱਜ ਦੀ ਦੁਨੀਆ ਵਿੱਚ ਚੱਲ ਰਹੇ ਕਿਸੇ ਵੀ ਵਰਤਾਰੇ ਨੂੰ ਨਹੀਂ ਸਮਝਿਆ ਜਾ ਸਕਦਾ। ਨਾ ਦੁਨੀਆ ਦੀ ਰਾਜਨੀਤੀ ਨੂੰ, ਇਕੱਲੀ ਦੁਨੀਆ ਦੀ ਨਹੀਂ, ਇਸ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਚੱਲ ਰਹੇ ਕਿਸੇ ਰਾਜਸੀ ਅਮਰ ਨੂੰ ਇਸ ਹਵਾਲੇ ਤੋਂ ਬਿਨਾਂ, ਨੈਸ਼ਨਲਿਜ਼ਮ ਦੇ ਹਵਾਲੇ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਸਤਲੁਜ ਜੰਗਲਾਂ ਲਿੰਕ ਲਹਿਰ ਦਾ ਮੁੱਦਾ ਅੱਜ ਬੜਾ ਭਖਿਆ ਹੋਇਆ, ਉਸ ਨੂੰ ਵੀ ਨੈਸ਼ਨਲਿਜ਼ਮ ਦੀ ਰੌਸ਼ਨੀ ਵਿੱਚ ਜਾਂ ਇਸ ਪ੍ਰਸੰਗ ਵਿੱਚ ਰੱਖ ਕੇ ਹੀ ਠੀਕ ਤਰ੍ਹਾਂ ਉਹਦੀ ਵਿਆਖਿਆ ਹੋ ਸਕਦੀ ਹੈ। ਸੋ ਕਿਸੇ ਵੀ ਵਰਤਾਰੇ ਦੀ, ਕਿਸੇ ਵੀ ਅਮਰ ਦੀ ਜੇ ਸਹੀ ਵਿਆਖਿਆ ਕਰਨੀ ਹੈ ਤਾਂ ਇਸ ਬਾਰੇ ਸਮਝ ਹੋਣੀ ਜ਼ਰੂਰੀ ਹੈ। ਕੱਲਾ ਸਤਲੁਜ ਜਮਨਾ ਨੇ ਕਲੈਰ ਨਹੀਂ, ਪੰਚ ਦੇ ਅੰਦਰ ਜੋ ਕੁਛ ਚੱਲ ਰਿਹਾ, ਜਿਸ ਕਿਸਮ ਦੇ ਰੁਝਾਨ, ਜਿਸ ਕਿਸਮ ਦੇ ਵਰਤਾਰੇ, ਜਿਸ ਕਿਸਮ ਦੀ ਰਾਜਨੀਤੀ, ਉਹ ਸਾਰੇ ਦਾ ਕਿਤੇ ਪਿੱਛੇ ਜੋ ਫੈਕਟਰ ਕੰਮ ਕਰ ਰਿਹਾ ਬੈਕਗਰਾਊਂਡ ਦੇ ਵਿੱਚ, ਉਹਦੇ ਕਿਤੇ ਨਾ ਕਿਤੇ ਜਾ ਕੇ ਸੰਬੰਧ ਨੈਸ਼ਨਲਿਜ਼ਮ ਨਾਲ ਜਾ ਜੁੜਦਾ। ਸੋ ਇਹ ਇਸ ਮਸਲੇ ਦੀ ਮਹੱਤਤਾ ਹੈ। ਸਭ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੌਜਵਾਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੰਨੇ ਮਹੱਤਵਪੂਰਨ ਮਸਲੇ 'ਤੇ ਇਸ ਤਰ੍ਹਾਂ ਦਾ ਲੈਕਚਰ ਕਰਨ ਦਾ ਪ੍ਰਬੰਧ ਕੀਤਾ। ਸੋ ਮੈਨੂੰ ਇੱਕ ਘੰਟੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਕਿ ਜਿਸ ਕਿਸਮ ਦਾ ਇਹ ਵਰਤਾਰਾ ਹੈ, ਜਿਸ ਕਿਸਮ ਦਾ ਇਹ ਮਸਲਾ ਹੈ, ਉਨੇ ਕੁ ਸਮੇਂ 'ਚ ਮੈਂ ਜਿੰਨਾ ਕੁ ਇਨਸਾਫ ਕਰ ਸਕਿਆ ਜਾਂ ਦੱਸ ਸਕਿਆ। ਕਿਉਂਕਿ ਮਸਲਾ ਇਸ ਤਰ੍ਹਾਂ ਦਾ, ਬਹੁਤ ਗੁੰਝਲਦਾਰ ਅਤੇ ਬੜਾ ਵਿਆਪਕ। ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੇ ਵਿਦਵਾਨਾਂ ਨੇ ਅਤੇ ਕਿੰਨੀਆਂ ਕਿਤਾਬਾਂ, ਕਿੰਨੇ ਲੇਖ, ਕਿੰਨੇ ਲੈਕਚਰ, ਮਤਲਬ ਪਿਛਲੇ 200-300 ਸਾਲਾਂ ਤੋਂ ਇਹ ਮਸਲਾ ਸੰਸਾਰ ਪੱਧਰ 'ਤੇ ਵਿਦਵਾਨਾਂ ਵਿੱਚ ਜੇ ਕਿਸੇ ਮਸਲੇ 'ਤੇ ਸਭ ਤੋਂ ਵੱਧ ਬਹਿਸ ਹੋਈ ਹੈ ਤਾਂ ਇਹ ਮਸਲਾ ਹੀ। ਬੜਾ ਕੁਛ ਗਿਆਨ ਰਚਿਆ ਗਿਆ ਇੱਥੇ, ਕੋਈ ਬੰਦਾ ਵੀ ਦਾਅਵਾ ਨਹੀਂ ਕਰ ਸਕਦਾ ਦੁਨੀਆ ਦਾ ਵੱਡੇ ਤੋਂ ਵੱਡਾ ਵਿਦਵਾਨ ਵੀ ਕਿ ਉਹ ਫਾਈਨਲ ਅਥਾਰਟੀ ਸਮਝਿਆ ਦਿਆ, ਕਿਉਂਕਿ ਜੋ ਮੈਂ ਕਹਿਤਾ ਉਹ ਫਾਈਨਲ ਹੈ। ਹਰ ਇੱਕ ਦਾ ਯਤਨ ਹੈ ਉਸ ਸਮਝਣ ਦੇ ਵਿੱਚ ਅਤੇ ਉਹਦੇ ਬਾਰੇ ਇੱਕ ਆਪਣੀ ਰਹਿਤ। ਸੋ ਮੈਂ ਵੀ ਆਪਣੀ ਜਿੰਨੀ ਕੁ ਮੇਰੀ ਕੁਛ ਬੁੱਧੀ ਅਨੁਸਾਰ ਜਿੰਨਾ ਕੁ ਮੈਂ ਸਮਝਿਆ ਇਸ ਮਸਲੇ ਨੂੰ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਅੱਜ ਦੇ ਇਸ ਲੈਕਚਰ। ਗੱਲਬਾਤ ਦੀ ਰੂਪ ਰੇਖਾ ਮੇਨਲੀ ਆਪਾਂ ਇਹ ਦੇਖਾਂਗੇ, ਸਭ ਤੋਂ ਪਹਿਲਾਂ ਤਾਂ ਇਹ ਕਿ ਇਹ ਜਿਹੜਾ ਸੰਕਲਪ ਹੈ ਨੈਸ਼ਨ ਦੇ ਜਮੀਦਾਰ, ਇਹ ਕਦੋਂ ਪੈਦਾ ਹੋਇਆ ਅਤੇ ਕਿੱਥੋਂ ਪੈਦਾ ਹੋਇਆ, ਇਹ ਸੰਕਲਪ ਕੀ ਹੈ, ਕਿਵੇਂ ਪੈਦਾ ਹੋਇਆ, ਕਦੋਂ ਪੈਦਾ ਹੋਇਆ। ਕਈ ਵਾਰ ਸਾਡੀਆਂ ਦਿਮਾਗਾਂ ਦੇ ਵਿੱਚ ਇੰਨਾ ਜਗ੍ਹਾ ਬਣਾ ਲੈਂਦੇ ਨੇ ਕੁਛ ਧਾਰਨਾਵਾਂ, ਸਾਨੂੰ ਇਹ ਲੱਗਣ ਲੱਗ ਜਾਂਦੀਆਂ ਅਤੇ ਇਹ ਤਾਂ ਆਦ ਜਵਾਦ ਤੋਂ ਹੀ ਸੀ, ਇਹ ਹੋ ਹੀ ਨਹੀਂ ਸਕਦਾ ਕਿ ਕਦੇ ਨੈਸ਼ਨਲਿਜ਼ਮ ਗੱਲ ਹੋਈ ਨਾ ਹੋਵੇ ਜਾਂ ਇਹ ਵਰਤਾਰਾ ਕਿਸੇ ਖਾਸ ਪੜਾਅ 'ਤੇ ਜਾ ਕੇ ਇਤਿਹਾਸ ਦੇ ਪੈਦਾ ਹੋਇਆ। ਇਸ ਤਰ੍ਹਾਂ ਹਰ ਜਿਹੜੀ ਧਾਰਨਾ ਜਾਂ ਸੰਕਲਪ ਹੈ ਉਹ ਇਤਿਹਾਸ ਦੇ ਕਿਸੇ ਖਾਸ ਦੌਰ 'ਚ ਜਾ ਕੇ ਸਾਹਮਣੇ ਆਉਂਦਾ ਹੈ।
ਸੋ ਇੱਕ ਤਾਂ ਸਭ ਤੋਂ ਆਪਾਂ ਇਹ ਦੇਖਾਂਗੇ ਕਿ ਕਦੋਂ ਕਿੱਥੇ ਕਿਵੇਂ ਪੈਦਾ ਹੋਇਆ, ਦੂਜਾ ਜੇ ਉਸ ਤੋਂ ਬਾਅਦ ਇਹਦਾ ਇਤਿਹਾਸ ਦੇ ਵਿੱਚ ਰੋਲ ਕੀ ਰਿਹਾ। ਫਿਰ ਆਪਾਂ ਇਹ ਦੇਖਾਂਗੇ ਕਿ ਭਾਰਤ ਅੰਦਰ ਜਿਹੜਾ ਨੈਸ਼ਨਲਿਜ਼ਮ ਕਦੋਂ ਆਇਆ, ਕਿਵੇਂ ਆਇਆ ਅਤੇ ਉਹਦਾ ਸਰੂਪ ਕੀ ਹੈ, ਅਤੇ ਉਹਦੇ ਪਾਰਟ ਵਜੋਂ ਹੀ ਪੰਜਾਬ ਦੇ ਵਿੱਚ ਨੈਸ਼ਨਲਿਜ਼ਮ ਕਦੋਂ ਆਇਆ, ਕਿਵੇਂ ਆਇਆ ਅਤੇ ਉਹਦਾ ਸਰੂਪ ਕੀ ਹੈ। ਅਤੇ ਇਹ ਸਾਰੇ ਕੁਛ ਨੇ ਸਿੱਖ ਕੌਮ ਦੀ ਬੋਲੀ ਨੂੰ ਕਿਵੇਂ ਪ੍ਰਭਾਵਿਤ ਅਤੇ ਅੱਜ ਵੀ ਕਿਵੇਂ ਕਰ ਰਹੇ। ਸੋ ਇਸ ਮਸਲੇ ਨਾਲ ਗੁੱਥੀ ਗੁੱਥਾ ਹੋਣਾ ਸਾਡੀ ਬਹੁਤ ਵੱਡੀ ਲੋੜ ਹੈ। ਜਿੰਨਾ ਅਸੀਂ ਇਸ ਨੂੰ ਠੀਕ ਤਰ੍ਹਾਂ ਸਮਝ ਲਾਂਗੇ, ਉਨਾ ਅਸੀਂ ਆਪਦਾ ਜਿਹੜਾ ਠੀਕ ਰਾਹ ਚੁਣਨਾ, ਨਹੀਂ ਅਸੀਂ ਹਨੇਰੇ ਦੇ ਵਿੱਚ ਟੱਕਰਾਂ ਮਾਰੀ ਗਿਆ। ਇਹ ਇਸ ਮਸਲੇ 'ਚ ਇੰਨੀ। ਸੋ ਸਭ ਤੋਂ ਪਹਿਲਾਂ ਆਪਾਂ ਸੰਖੇਪ ਦੇ ਵਿੱਚ ਇਹਦੀ ਹੈ ਕੀ ਸ਼ੈ ਕੀ ਹੈ, ਨੈਸ਼ਨਲਿਜ਼ਮ ਦੇ ਸੰਕਲਪ ਕੀ ਹੈ। ਅੱਜ ਜੋ ਦੁਨੀਆ ਸਾਨੂੰ ਨਜ਼ਰ ਪੈ ਰਹੀ ਹੈ, ਦੇਸ਼, ਰਾਜ, ਸੰਸਥਾਵਾਂ, ਰਾਜਾਂ ਦੇ ਸਰੂਪ, ਦੇਸ਼ਾਂ ਦੇ ਸਰੂਪ, ਕੌਮਾਂਤਰੀ ਸੰਸਥਾਵਾਂ, ਕੌਮਾਂਤਰੀ ਕਾਨੂੰਨ, ਕੌਮਾਂਤਰੀ ਵਰਤਾਰੇ, ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਸੀ। ਅੱਜ ਤੋਂ 300-400 ਸਾਲ ਪਹਿਲਾਂ ਦੁਨੀਆ ਬਿਲਕੁਲ ਹੀ ਇੱਦੋਂ ਵੱਖਰੀ ਸੀ, ਥੋੜ੍ਹਾ ਬਹੁਤਾ ਫਰਕ ਨਹੀਂ, ਬਿਲਕੁਲ ਹੀ ਵੱਖਰੀ ਸੀ। ਸੋ ਇਹ ਜੋ ਅੱਜ ਪੈਦਾ ਹੋ ਗਈ, ਇਹ ਵੀ ਐਵੇਂ ਨਹੀਂ ਰਹਿਣੀ, ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਕਿ ਕੋਈ ਵੀ ਚੀਜ਼ ਸਥਿਰ ਨਹੀਂ, ਸਟੈਟਿਕ ਨਹੀਂ, ਹਰ ਇੱਕ ਚੀਜ਼ ਲਗਾਤਾਰ ਬਦਲ ਰਹੀ ਹੈ। ਹਿੱਤ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਦੁਨੀਆ ਵੀ ਬਦਲਦੀ ਹੈ, ਬੰਦੇ ਵੀ ਬਦਲਦੇ ਨੇ, ਸੰਸਥਾਵਾਂ ਵੀ ਬਦਲਦੀਆਂ, ਸਮਾਜ ਵੀ ਬਦਲਦਾ, ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਨਿਯਮ ਜਿਹੜੇ ਉਸ ਨੂੰ ਚੇਂਜ ਨੂੰ ਪ੍ਰਭਾਵਿਤ ਕਰ ਰਹੇ ਜਾਂ ਨਿਰਧਾਰਿਤ ਕਰ ਰਹੇ ਨੇ। ਅਤੇ ਸਾਡਾ ਆਪਦਾ ਜਿਹੜਾ ਸਿੱਖ ਨਜ਼ਰੀਆ ਹੈ ਨੈਸ਼ਨਲਿਜ਼ਮ ਬਾਰੇ, ਉਹ ਕੀ ਹੈ? ਕਿਉਂਕਿ ਸਾਡਾ ਨਜ਼ਰੀਆ ਗੁਰਮਤ ਫਲਸਫੇ ਤੋਂ ਹੀ ਨਿਰਧਾਰਿਤ ਹੋਣਾ, ਬਾਕੀ ਲੋਕਾਂ ਨਾਲ ਹਟ। ਅਸੀਂ ਨੈਸ਼ਨਲਿਜ਼ਮ ਪ੍ਰਤੀ ਕੀ ਰਵੱਈਆ ਅਪਣਾਉਣਾ, ਇਹ ਬਾਕੀ ਲੋਕਾਂ ਦੀ ਭੇਡ ਚਾਲਾਂ ਨੂੰ ਨਹੀਂ, ਕਿਉਂਕਿ ਬਾਕੀ ਜੋ ਲੋਕ ਕਰੀ ਜਾਂਦੇ ਨੇ ਉਵੇਂ ਇਸ ਤਰੀਕੇ 'ਚ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਧਰਮ ਨਿਆਰਾ, ਤਾਂ ਫਿਰ ਸਾਡਾ ਅਮਨ ਵੀ ਨਿਆਰਾ। ਅਤੇ ਉਸੇ ਸਿਹਤ ਦੇ ਵਿੱਚ ਹੀ ਹੋ, ਜਿਸ ਸਿਹਤ ਦੇ ਵਿੱਚ ਸਾਡਾ ਧਰਮ ਨਿਆਰਾ, ਸਾਡੇ ਸਿਧਾਂਤ, ਸਾਡੇ ਆਦਰਸ਼, ਸਾਡੇ ਨਿਯਮ ਅਸੂਲ, ਉਸ ਮੁਤਾਬਕ ਅਸੀਂ ਦੇ। ਜਿਨ੍ਹਾਂ ਨੂੰ ਇਤਿਹਾਸ ਦਾ ਥੋੜ੍ਹਾ ਬਹੁਤਾ ਵੀ ਪਤਾ, ਉਹਨਾਂ ਨੂੰ ਇੰਨੀ ਗੱਲ ਪਤਾ ਕਿ ਇੱਕ ਮੱਧਯੁਗ ਹੁੰਦਾ ਸੀ ਕਿਸੇ ਮੌਕੇ, ਆਮ ਆਪਣੇ ਬੋਲਚਾਲ ਦੇ ਵਿੱਚ ਆਉਂਦਾ ਕਿ ਮੱਧਯੁਗ 'ਚ ਇਸ ਤਰ੍ਹਾਂ ਹੁੰਦਾ ਸੀ, ਮੱਧਯੁਗ 'ਚ ਇਸ ਤਰ੍ਹਾਂ ਹੁੰਦਾ। ਇਹ ਜਿਹੜੇ ਯੁੱਗ ਵੀ ਬਣਾਏ ਹੈ, ਅਤੇ ਮੱਧਯੁਗ ਨੂੰ ਮੱਧਯੁਗ ਕਹਿਣਾ, ਇਹ ਵੀ ਪੱਛਮ ਦੀ ਦੇਰ, ਇਹ ਨਾਮਕਰਨ ਉਹਨਾਂ ਨੇ ਕੀਤਾ। ਸੋ ਮੱਧਯੁਗ ਦਾ ਦਸਤੂਰ ਕੀ ਸੀ, ਜਿੱਥੇ ਨੈਸ਼ਨਲ ਦੇ ਜੋ ਸਾਨੂੰ ਸਮਝ ਆਉ, ਉੱਥੇ ਇਸ ਕਿਸਮ ਦੇ ਰਾਜ ਨਹੀਂ ਸੀ, ਇਸ ਕਿਸਮ ਦੇ ਕਾਨੂੰਨ ਨਹੀਂ ਸੀ, ਇਸ ਕਿਸਮ ਦੇ ਨੋਰਮਸ ਨਹੀਂ ਸੀ ਜੋ ਅੱਜ ਪ੍ਰਚਲਿਤ। ਜਦੋਂ ਅਸੀਂ ਅੱਜ ਕਹਿ ਦਿੰਦੇ ਹਾਂ
ਇੱਕ ਦੇਸ਼ ਨੂੰ ਦੂਜੇ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ। ਜਾਂ ਕੌਮਾਂ ਨੂੰ ਆਪਾਂ ਨਿਰਣੇ ਦਾ ਅਧਿਕਾਰ ਹੋਣਾ ਚਾਹੀਦਾ। ਇਸ ਵਿਜ਼ਨ ਦੇ ਵਿੱਚ ਇਸ ਕੌਮ ਦੇ ਸਾਰੇ ਆਪਦੇ ਜਿਹੜੀ ਸੋਵਰਨਿਟੀ ਆ ਉਹ ਸਥਾਪਿਤ ਹੋਣੀ ਚਾਹੀਦੀ ਹੈ। ਇਹ ਗੱਲਾਂ ਇਹ ਉਸ ਮੌਕੇ ਮੁੱਢ ਤੋਂ ਨਹੀਂ ਸੀ। ਮੱਧ ਯੁੱਗ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਸ ਕਿਸਮ ਦੇ ਰਾਜ ਸੀ, ਮੇਨਲੀ ਮੋਨਾਰਕੀ, ਸਮਰਾਟ, ਰਾਜਾ, ਉਹ ਜਿਹਦੇ 'ਚ ਜਿੰਨਾ ਦੌਰ ਹੁੰਦਾ ਸੀ ਉਹਨਾਂ ਇਲਾਕੇ 'ਤੇ ਕਬਜ਼ਾ ਕਰ ਲੈਂਦਾ ਸੀ। ਕੋਈ ਕੌਮਾਂਤਰੀ ਕਾਨੂੰਨ ਜਾਂ ਉਸ ਤਰ੍ਹਾਂ ਨੌਰਮ ਤਾਂ ਕੋਈ ਨਹੀਂ ਸੀ। ਤਾਕਤ ਦੇ ਹਿਸਾਬ ਨਾਲ ਹੀ ਦੇਸ਼ ਜਾਂ ਉਹਦੇ ਰਾਜ ਦੀਆਂ ਹੱਦਾਂ ਪਹਿਲਦੀਆਂ ਸੋਵਰਦੀਆਂ ਰਹਿੰਦੀਆਂ, ਅਤੇ ਇਹੋ ਜਿਹਾ ਕੋਈ ਸਰਵ ਪ੍ਰਮਾਣਿਤ ਕਾਨੂੰਨ ਵੀ ਕੋਈ ਨਹੀਂ ਸੀ ਕਿ ਰਾਜ ਤੋਂ ਜਾਂ ਰਾਜੇ ਤੋਂ ਜਾਂ ਉਸ ਸਰਕਾਰ ਤੋਂ, ਸਰਕਾਰ ਤਾਂ ਖੈਰ ਉਦੋਂ ਆਪਾਂ ਨੂੰ ਕਹਿ ਨਹੀਂ ਸਕਦੇ ਸੀ, ਰਾਜ ਦਾ ਪ੍ਰਮੁੱਖ ਹੀ ਜਿਹੜਾ ਸਭ ਕੁਛ ਹੁੰਦਾ ਸੀ, ਚਲੋ ਉਹਦਾ ਆਪਦਾ ਇੱਕ ਫਿਰ ਵੀ ਮੰਤਰੀ ਮੰਡਲ ਜੋ ਵੀ ਹੁੰਦਾ, ਇਹ ਉਹਨਾਂ ਤੋਂ ਆਹ ਮੰਗ ਕੀਤੀ ਜਾਂਦੀ ਹੈ। ਉਹਨਾਂ ਨੇ ਇਸ ਅਸੂਲ ਦੀ ਉਲੰਘਣਾ ਕੀਤੀ। ਕੋਈ ਸਰਵ ਪ੍ਰਵਾਨਿਤ ਅਸੂਲ ਅਤੇ ਨਿਯਮ ਜਾਂ ਨੌਰਮ ਉਸ ਮੌਕੇ ਦੇ ਉੱਤੇ ਕੋਈ ਨਹੀਂ ਸੀ। ਸੋ ਯੂਰਪ ਦੇ ਵਿੱਚ 17ਵੀਂ ਸਦੀ 'ਚ ਜਦੋਂ ਸਾਨੂੰ ਪਤਾ ਹੈ ਕਿ ਸਨਅਤੀ ਇਨਕਲਾਬ ਆਇਆ, ਇੰਡਸਟਰੀਅਲ ਰੈਵੋਲਿਊਸ਼ਨ, ਸਨਅਤੀ ਇਨਕਲਾਬ ਨੇ ਨਵੀਆਂ ਲੋੜਾਂ ਅਤੇ ਨਵੀਂ ਹਾਲਤ ਪੈਦਾ ਕਰ, ਸਨਅਤੀ ਸਰਮਾਏਦਾਰੀ ਪੈਦਾ ਹੋਈ। ਸਰਮਾਏਦਾਰੀ ਸਿਰਫ ਸਰਮਾਏ ਨਾਲ ਨਹੀਂ ਚੱਲ ਸਕਦੀ, ਸਰਮਾਏਦਾਰੀ ਵਾਸਤੇ ਕੰਡਿਊਸਿਵ ਇਨਵਾਇਰਮੈਂਟ ਹੋਣਾ ਬਹੁਤ ਜ਼ਰੂਰੀ। ਜੇ ਉਹਨੂੰ ਉਹ ਇਨਵਾਇਰਮੈਂਟ ਨਹੀਂ ਮਿਲਦਾ ਤਾਂ ਸਰਮਾਏਦਾਰੀ ਵਿਕਾਸ ਨਹੀਂ ਹੋ ਸਕਦਾ। ਕੈਪੀਟਲਿਜ਼ਮ ਦਾ ਵਰਤਾਰਾ ਹੀ ਇਸ। ਸੋ ਇਸ ਤੋਂ ਪਹਿਲਾਂ ਫਿਊਡਲਿਜ਼ਮ ਸੀ, ਮੈਂ ਬਹੁਤਾ ਡਿਟੇਲ 'ਚ ਨਹੀਂ ਜਾਂਦਾ, ਥੋੜ੍ਹੀਆਂ ਜਿਹੀਆਂ ਗੱਲਾਂ ਕਿਤਾਬ ਲੱਗ ਸਕਦੀਆਂ, ਪਰ ਇਹਨਾਂ ਦਾ ਸੰਬੰਧ ਜੁੜਦਾ ਜਾ ਕੇ ਜਿੱਥੇ ਅਸੀਂ ਗੱਲ 'ਤੇ ਪਹੁੰਚਣਾ ਹੈ ਕਿ ਫਿਊਡਲਿਜ਼ਮ ਦੇ ਵਿੱਚ ਅਲੱਗ ਅਲੱਗ ਜਿਹੜਾ ਹੈਗਾ ਮੁਜ਼ਾਰੇ, ਆਪਾਂ ਨੂੰ ਮੋਟਾ ਜਿਹਾ ਪਤਾ ਮੁਜ਼ਾਰੇ ਹੁੰਦੇ ਸੀ, ਬੌਂਡਡ ਹੁੰਦੀ ਸੀ ਲੇਬਰ, ਫ੍ਰੀ ਲੇਬਰ ਕੋਈ ਨਹੀਂ ਸੀ। ਅਤੇ ਪਿੰਡਾਂ ਦੇ ਵਿੱਚ ਆਹ ਬੰਦੇ ਇਸ ਜਗੀਰ ਦੇ ਪੁਸ਼ਤਾਂ ਤੱਕ ਉਹਨਾਂ ਦਾ ਹੁੰਦਾ ਸੀ, ਵੀ ਉਹਦੀ ਪੁਸ਼ਤ ਨੇ ਵੀ ਉਹਦਾ ਕੰਮ ਕਰਨਾ, ਉਹ ਫ੍ਰੀ ਲੇਬਰ ਨਹੀਂ ਸੀ। ਸੋ ਸਰਮਾਏਦਾਰੀ ਦੀ ਪਹਿਲੀ ਲੋੜ ਤਾਂ ਇਹ ਸੀ ਕਿ ਉਹਨੂੰ ਫ੍ਰੀ ਲੇਬਰ ਮਿਲੀ, ਪਿੰਡਾਂ ਤੋਂ ਉੱਠ ਕੇ ਸ਼ਹਿਰਾਂ ਨੂੰ ਆਉਣ, ਅਤੇ ਪਿੰਡ 'ਚੋਂ ਰਾਜੇ ਜਗੀਰਦਾਰ ਦੀ ਇਜਾਜ਼ਤ ਤੋਂ ਬਿਨਾਂ ਬੰਦੇ ਜਾ ਨਹੀਂ ਸਕਦੇ ਸੀ। ਜੇ ਜਗੀਰੂ ਰਾਜ ਦੇ ਵਿੱਚ ਜਗੀਰੂ ਪ੍ਰਬੰਧ ਦੇ ਵਿੱਚ ਪੈਰ ਪੈਰ 'ਤੇ ਬੈਰੀਅਰਸ ਰੋਕਾਂ ਸੀਗੀਆਂ ਟਰੇਡ ਅਤੇ ਵਣਜ ਬਾਅਦ, ਜਿਹੜੇ ਸ਼ਹਿਰ 'ਚ ਜਿਹਦਾ ਜਿੰਨਾ ਜ਼ੋਰ ਸੀ ਚੁੰਗੀਆਂ ਲੱਟੀਆਂ, ਬਸ ਜਿਹੜੀ ਫ੍ਰੀ ਮੂਵਮੈਂਟ ਹੈ ਉਹ ਨਹੀਂ ਸੀ। ਅਤੇ ਸਰਮਾਏਦਾਰੀ ਦੀ ਇਹ ਲੋੜ ਹੈ ਕਿ ਜਿੰਨੀ ਫ੍ਰੀ ਮੂਵਮੈਂਟ ਹੋ ਸਕਦੀ ਹੈ ਉਹ ਹੋਵੇ, ਅਤੇ ਕੁਛ ਮਾਰਕੀਟਸ ਉਹਨਾਂ ਦੀਆਂ ਸਿਕਿਓਰ ਵੀ ਹੋਣ। ਸੋ ਮੈਂ ਇੱਥੇ ਬਾਹਰ ਡਿਟੇਲ 'ਚ ਨਹੀਂ ਜਾਂਦਾ, ਕਹਿਣ ਤੋਂ ਭਾਵ ਇਹ ਸੀ ਕਿ ਸਰਮਾਏਦਾਰੀ ਦੇ ਵਿਕਾਸ ਵਾਸਤੇ ਉਸ ਸਿਸਟਮ ਨੂੰ ਬਦਲਣਾ, ਉਸ ਦਸਤੂਰ ਨੂੰ ਬਦਲਣਾ ਬਹੁਤ ਜ਼ਰੂਰੀ ਹੋ ਗਿਆ ਸੀ। 17ਵੀਂ ਸਦੀ ਦੇ ਵਿੱਚ ਸੈਂਟਰਲ ਯੂਰਪ ਜਿੱਥੇ ਮੇਨਲੀ ਸਨਅਤੀ ਇਨਕਲਾਬ ਆਇਆ, ਉੱਥੇ ਬਹੁਤ ਪਾਟੋ ਧਾੜ ਖੂਨ ਖਰਾਬਾ ਅਤੇ ਜੰਗਾਂ ਦਾ ਦੌਰ ਚੱਲਿਆ। ਸਪੇਨ ਅਤੇ ਡੱਚ ਰਿਪਬਲਿਕ 'ਚ 80 ਸਾਲ ਲਗਾਤਾਰ ਜੰਗ ਚੱਲ, ਲਗਾਤਾਰ ਜਿਹੜਾ ਪ੍ਰਮੁੱਖ ਜਿਹਨੂੰ ਓਲੀ ਰੋਮਨ ਅੰਪਾਇਰ ਕਹਿੰਦੇ ਹਾਂ, ਉਹਦੇ ਵਿੱਚ 30 ਸਾਲ ਬਿਨਾਂ ਸਾਹ ਲਏ ਜੰਗਾਂ ਚੱਲੀਆਂ। ਜੰਗਾਂ ਇਹਦੇ ਵਿਚਕਾਰ
ਰਿਲੀਜੀਅਸ ਵਾਰਸ ਕਹਿੰਦੇ ਆ ਧਰਮਾਂ ਵਿਚਕਾਰ। ਅੱਜ ਦੀ ਦੁਨੀਆ 'ਚ ਸਾਡੇ ਮਨ 'ਚ ਇੱਕਦਮ ਇਹ ਆ ਉਹ ਵੀ ਸ਼ਾਇਦ ਇਸਲਾਮ ਅਤੇ ਕ੍ਰਿਸਚੀਅਨਿਟੀ 'ਚ ਜੰਗਾਂ ਉਹ ਵੀ ਚੰਦੀਆਂ ਜਹਾਦੀ ਜੰਗਾਂ ਹੋਈ, ਪਰ ਜਿਹੜੀਆਂ ਇਹ ਸੈਂਟਰਲ ਯੂਰਪ ਦੇ ਵਿੱਚ ਜਿੱਥੋਂ ਗੱਲ ਉੱਠੀ ਉੱਥੇ ਇਹ ਨਹੀਂ ਸੀ। ਉੱਥੇ ਪ੍ਰੋਟੈਸਟੈਂਟਿਜ਼ਮ, ਕੈਥੋਲੀਸਿਜ਼ਮ, ਕੈਲਬਨਿਜ਼ਮ ਜਿਹੜੇ ਕਿ ਇਸ ਤਰ੍ਹਾਂ ਦੇ ਕ੍ਰਿਸਚੀਅਨਿਟੀ ਦੇ ਵਿੱਚ ਹੀ ਜੋ ਪੈਦਾ ਹੋਈਆਂ ਸੀ ਜੀ ਉਸ ਤਰ੍ਹਾਂ ਉਹਨਾਂ ਦੇ ਵਿੱਚ ਹੀ ਜੰਗਾਂ। ਹਰ ਰਾਜਾ ਉਹਦਾ ਕੋਈ ਨਾ ਕੋਈ ਧਰਮ ਹੁੰਦਾ ਸੀ ਕਿ ਉਸ ਧਰਮ ਦੀ ਲਾਉਣ ਵਾਸਤੇ ਜਾਂ ਉਹਨੂੰ ਬਚਾਉਣ ਵਾਸਤੇ ਉਹ ਜੰਗਾਂ ਚਾਹੁੰਦੇ। ਸੋ ਇਸ ਹਾਲਤ ਨੇ ਇਹ ਲੋੜ ਖੜੀ ਕਰਤੀ ਸੀ ਕਿ ਇਹ ਕੰਮ ਬੰਦ ਹੋ, ਕੋਈ ਨਵਾਂ ਪੋਲੀਟੀਕਲ ਆਰਡਰ ਆਵੇ ਜਿੱਥੇ ਠੀਕ ਤਰ੍ਹਾਂ ਵਿਕਾਸ, ਸਰਮਾਏਦਾਰੀ ਵਿਕਾਸ ਹੋ ਸਕੇ। ਇਸ ਤਰ੍ਹਾਂ ਦੇ ਮਾਹੌਲ 'ਚ ਤਾਂ ਵਿਕਾਸ ਹੋ ਹੀ ਨਹੀਂ ਸਕਦਾ ਖੁਸ਼। ਸੋ ਉਸ ਮੌਕੇ 'ਤੇ ਜਿਹੜੇ ਉਹਨਾਂ ਦੇ ਦਾਨਸ਼ਵਰ ਹੋਣਗੇ ਯੂਰਪ ਦੇ ਉਹ ਜੁੜ ਬੈਠੇ 1648 'ਚ। ਜਰਮਨੀ ਦਾ ਨੋਸਟ ਵੈਸਟਰਨ ਰੀਜਨ ਹੈ ਜਿਹਨੂੰ ਕਹਿੰਦੇ ਨੇ ਵੈਸਟ ਫੇਰੀਆ। ਸੋ ਇਤਿਹਾਸ ਦੇ ਕਿਸੇ ਵੀ ਵਿਦਿਆਰਥੀ ਵਾਸਤੇ ਇਹ ਬੜਾ ਮਹੱਤਵਪੂਰਨ ਹੈ ਕਿ ਵੈਸਟ ਫੇਰੀਆ ਟ੍ਰੇਡੀ ਬਾਟ ਸ਼ੈਡ ਹੈ ਜਿੱਥੋਂ ਅੱਜ ਦੀ ਦੁਨੀਆ ਦਾ ਇੱਕ ਮੁੱਢ ਵੱਜਦਾ। ਉਸ ਰੀਜਨ ਦੇ ਵਿੱਚ 6 ਮਹੀਨੇ ਲਗਾਤਾਰ ਨੁਮਾਇੰਦਿਆਂ ਦੀਆਂ ਆਪਸੀ ਵਿੱਚ ਮੀਟਿੰਗਾਂ ਚੱਲੀਆਂ, ਜਿਹਦੇ 'ਚ ਰੋਮ ਦੇ, ਸਵੀਡਨ ਦੇ, ਡੱਚ, ਫਰਾਂਸ ਅਤੇ ਜਿਹੜੇ ਪ੍ਰਿੰਸਲੀ ਸਿਟੀ ਸੋਵਰਨ ਸਟੇਟਸ ਸੀਗੀਆਂ ਕਿੰਨੀਆਂ, ਉਹਨਾਂ ਸਾਰਿਆਂ ਦੇ ਵੀ ਜਿਹੜੇ ਸੋਵਰਨ ਸੀਗੇ ਜਿਹਨਾਂ ਦੇ ਹੈੱਡ ਸੀ ਰਾਜੇ, 100 ਤੋਂ ਉੱਪਰ ਬੰਦਾ ਇਸ ਸਾਰੀ ਗੱਲਬਾਤ ਦੇ ਵਿੱਚ ਸ਼ਾਮਿਲ ਹੋਇਆ ਕਿ ਨਵਾਂ ਪੋਲੀਟੀਕਲ ਆਰਡਰ ਕਿਹੋ ਜਿਹਾ ਹੋ ਤਾਂ ਕਿ ਆਹ ਸਾਰੀਆਂ ਚੀਜ਼ਾਂ ਦੇ ਉੱਤੇ ਬੰਦ ਸੀ ਇੱਕ ਪੀਸ ਅਤੇ ਟ੍ਰੈਂਕੁਐਲਿਟੀ ਆ ਕੋਈ ਨਾ ਕੋਈ ਨਿਯਮ ਬਣਾਏ ਜਾਣ ਤਾਂ ਕਿ ਠੀਕ ਤਰ੍ਹਾਂ ਸੰਸਾਰ ਚੱਲ ਸਕੇ। ਸੋ 6 ਮਹੀਨੇ ਲਗਾਤਾਰ ਮੀਟਿੰਗਾਂ 100 ਤੋਂ ਵੱਧ ਨੁਮਾਇੰਦੇ ਦੀਆਂ ਉਹਨਾਂ ਦੀਆਂ ਹੋਈਆਂ। ਇਸ ਤੋਂ ਸਾਨੂੰ ਇੱਕ ਤੈਅ ਪਤਾ ਲੱਗ ਜਾਣਾ ਚਾਹੀਦਾ ਕਿ ਜਦੋਂ ਵੱਡੇ ਇਤਿਹਾਸ ਦੀ ਦਿਸ਼ਾ ਬਦਲਣ ਵਾਲੇ ਫੈਸਲੇ ਹੁੰਦੇ ਉਹ ਇਸ ਤਰ੍ਹਾਂ ਹੁੰਦੇ ਆ, ਇੰਨੀ ਗੰਭੀਰ ਵਿਚਾਰ ਵਟਾਂਦਰੇ ਨਾਲ ਇਸ ਲੈਵਲ ਦੇ ਉੱਤੇ ਜਾ। ਇਹ ਨਹੀਂ ਕਿ ਭੀੜ ਇਕੱਠੀ ਹੋਈ, ਮੌਕੇ 'ਤੇ ਕੋਈ ਗੱਲ ਕੀਤੀ, ਫੈਸਲਾ ਕਰ ਲਿਆ ਅਤੇ ਚਲੋ ਨਿਕਲ। ਸੋ ਬੈਸਟ ਦਿਮਾਗ ਜੋ ਉਹਨਾਂ ਦੇ ਸੀ ਉਹ ਬੈਠੇ 6 ਮਹੀਨਿਆਂ ਬਾਅਦ ਉਹਨਾਂ ਨੇ ਫਿਰ ਸੰਧੀ ਕੀਤੀ। ਉਹਨੂੰ ਕਹਿੰਦੇ ਨੇ ਵੈਸਟ ਫੇਰੀਆ ਸਰ, ਜਿਹੜੀ ਅੱਜ ਦੀ ਦੁਨੀਆ ਦਾ ਜੋ ਪੋਲੀਟੀਕਲ ਆਰਡਰ ਹੈ, ਜੋ ਰਾਜਸੀ ਨਿਜ਼ਾਮ ਹੈ, ਉਹਦਾ ਆਧਾਰ ਬਣੀ। ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਇਹ ਤੈਅ ਕੀਤਾ ਕਿ ਕਿਸੇ ਧਰਤੀ ਦੇ ਉੱਤੇ ਅਤੇ ਉਹਦੇ ਲੋਕਾਂ ਦੇ ਉੱਤੇ ਅਤੇ ਉਹਦੇ ਜਿਹੜੇ ਵਿਦੇਸ਼ੀ ਏਜੰਟ, ਵਿਦੇਸ਼ੀ ਏਜੰਟ ਤੋਂ ਮਤਲਬ ਜਿਹੜੇ ਉਹਦੇ ਬਾਹਰਲੇ ਮੁਲਕਾਂ ਦੇ ਵਿੱਚ ਨੁਮਾਇੰਦੇ ਹੋਣ, ਉਹਦੇ ਉੱਤੇ ਉਸ ਦੇਸ਼ ਦਾ ਜਿਹੜਾ ਰਾਜਾ ਹੋਊਗਾ ਉਹਦਾ ਐਕਸਕਲੂਸਿਵ ਕੰਟਰੋਲ ਆ, ਉਹਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ। ਡਿਮਾਰਕੇਸ਼ਨ ਹੋ ਗਈ ਵੀ ਜਿਹੜਾ ਆਹ ਖਿੱਤਾ, ਇਸ ਖਿੱਤੇ 'ਚ ਇਹਦਾ ਰਾਜ ਹੋ, ਬਾਹਰਲਾ ਕੋਈ ਉਹਦੇ ਵਿੱਚ ਦਾਖਲ ਦਾ ਜੀ ਉੱਥੇ ਨਾ ਹਮਲਾ ਕਰ ਸਕਦਾ। ਉਹਦੇ ਅੰਦਰ ਕੀ ਵਾਪਰ ਰਿਹਾ, ਉਹਦੇ ਅੰਦਰ ਅੰਦਰੂਨੀ ਮਾਮਲਿਆਂ ਦੇ ਵਿੱਚ ਜਿਹਨੂੰ ਘਰੇਲੂ ਮਾਮਲੇ ਆਪਾਂ ਕਹਿ ਸਕਦੇ ਹਾਂ, ਉਹਦੇ ਵਿੱਚ ਕੋਈ ਦੂਜਾ ਬਾਹਰਲਾ ਦਾਖਲ ਨਹੀਂ ਦੇ ਸਕਦਾ ਅਤੇ ਉਹ ਆਪ ਨਜਿੱਟ। ਪਹਿਲਾਂ ਇਸ ਤਰ੍ਹਾਂ ਦਾ ਨੋਰਮ ਕੋਈ ਨਹੀਂ ਸੀ। ਸੋ ਇੱਕ ਤਾਂ ਉਹਨਾਂ ਨੇ ਇਹ ਗੱਲ ਤੈਅ ਕਰ, ਦੂਜਾ ਉਹਨਾਂ ਨੇ ਇਹ ਤੈਅ ਕਰਤੀ ਵੀ ਕਿਸੇ ਦੇਸ਼ ਦੇ ਵਿੱਚ, ਦੇਸ਼ ਹੀ ਕਹਿ ਲਓ ਉਸ ਰੀਜਨ ਦੇ ਵਿੱਚ,
ਕਿਹੜਾ ਧਰਮ ਚੱਲੂ, ਇਹ ਉਸ ਰਾਜੇ ਦੀ ਚੋਣ ਦਾ ਮਸਲਾ ਹੈ। ਜੇ ਉਹ ਪ੍ਰੋਟੈਸਟੈਂਟਿਜ਼ਮ ਚਾਹੁੰਦਾ ਉਹ ਕਰਦੇ, ਜੇ ਉਹ ਕੈਥੋਲਿਸਿਜ਼ਮ ਚਾਹੁੰਦਾ ਉਹ ਕਰ ਲੈ, ਕੋਈ ਹੋਰ ਧਰਮ ਉਹਨੂੰ ਠੀਕ ਲੱਗਦਾ ਉਹ ਕਰ। ਪਹਿਲਾਂ ਇਸ ਤਰ੍ਹਾਂ ਦਾ ਕੋਈ ਨਿਯਮ ਨਹੀਂ ਸੀ, ਜਨਤਾ ਦੇ ਜ਼ੋਰ ਨਾਲ, ਤਾਕਤ ਦੇ ਜ਼ੋਰ ਨਾਲ ਹੀ ਸਾਰਾ ਕੁਛ ਚੱਲਦਾ ਸੀ। ਸੋ ਤੀਜੀ ਗੱਲ ਉਹਨਾਂ ਨੇ ਇਹ ਕੀਤੀ ਕਿ ਜੰਗ ਦੇ ਦੌਰਾਨ ਜਿੰਨੇ ਬੈਰੀਅਰਸ, ਰੁਕਾਵਟਾਂ ਖੜੀਆਂ ਹੋ ਗਈਆਂ ਸੀ ਟ੍ਰੇਡ ਅਤੇ ਕਾਮਰਸ ਦੇ ਰਾਹ, ਉਹ ਸਾਰੀਆਂ ਖਤਮ ਕਰ ਦਿੰਦੀਆਂ ਵਿਆਰ। ਸੋ ਇਸ ਤਰ੍ਹਾਂ ਮਤਲਬ ਉਹਨਾਂ ਨੇ ਬੈਠੇ ਉਹ ਸਾਰੀਆਂ ਗੱਲਾਂ ਤੈਅ ਕਰਕੇ ਉਸ ਅਮਲ ਦੇ ਉੱਤੇ ਉਲਟਾਏ, ਅਤੇ ਜਿਹਦੇ ਵਿੱਚੋਂ ਜਿਹੜਾ ਡੱਚ ਰਿਪਬਲਿਕ ਸੀ ਉਹ ਪਹਿਲੀ ਵਾਰ ਉਹਨੂੰ ਮਾਨਤਾ ਮਿਲੀ ਕਿ ਚਾਰਟ ਦੇ ਯਹੂਦੀਆਂ ਦਾ ਇੱਕ ਆਪਣਾ ਸੁਰੱਖਿਅਤ ਦੇਸ਼ ਉਰੂਦ। ਸਪੇਨ ਮੈਂ ਜੀ ਉਹਦੇ ਨਾਲ ਲੜਾਈ ਲੜ ਰਿਹਾ ਸੀਗਾ, ਉਹਨੂੰ ਮਾਨਤਾ ਨਹੀਂ ਸੀ ਦੇ ਰਿਹਾ। ਵੈਸਕਾ ਉਹ ਡੀਫੈਕਟੋ ਤਾਂ ਉਹ ਉਹਦੇ ਜਾ ਚੁੱਕਿਆ ਸੀਗਾ, ਆਪਣੀ ਤਾਕਤ ਉਹ ਆਪਣੀ ਸਥਾਪਿਤ ਕਰ ਚੁੱਕੇ ਸੀ, ਪਰ ਫਿਰ ਬਕਾਇਦਾ ਦਿੱਤੀ ਇਹ ਗੱਲ ਪ੍ਰਵਾਨ ਕਰ ਲਈ ਵੀ ਕਿ ਇਹ ਆਪਦਾ ਇੱਕ ਸੁਤੰਤਰ ਦੇਸ਼ ਹੋ। ਸੋ ਸਵਿਟਜ਼ਰਲੈਂਡ ਵੀ ਉਹਦੇ ਹੋਣ ਦੇ ਵਿੱਚ ਆਇਆ 1648 ਦੇ ਵਿੱਚ ਹੀ, ਰੋਮਨ ਉਪਾਇਤ ਤੋਂ ਵੱਖ ਹੋ ਕੇ ਉਹਦੀ ਕਬਜ਼ੀ ਅਲੱਗ ਹਾਸਤੀ। ਸੋ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਤੈਅ ਹੋਈਆਂ, ਉਹ ਨਿਯਮ ਦੇ ਤੈਅ ਹੋਈ ਜਿਹੜੇ ਫਿਰ ਆਧਾਰ ਬਣੇ ਜਾ ਕੇ ਇੰਟਰਨੈਸ਼ਨਲ ਲਾਅ। ਪਹਿਲਾਂ ਇੰਟਰਨੈਸ਼ਨਲ ਲਾਅ ਦਾ ਕੋਈ ਸੰਕਲਪ ਨਾ ਪੋਸੀਬਲ। ਸੋ ਇਹ ਜਿਹੜੀਆਂ ਗੱਲਾਂ, ਇਹਦੇ ਵਿੱਚ ਉਹਨਾਂ ਨੇ ਨੈਸ਼ਨ ਜਾਂ ਸੈਲਫ ਡਿਟਰਮੀਨੇਸ਼ਨ ਹੈ ਉਹਦਾ ਬੀਜ ਇੱਥੇ ਪਿਆ। ਜਦੋਂ ਕਿਸੇ ਖੇਤਰ ਦੇ ਬੰਦੇ ਇਹ ਕਹਿਣ ਦੁਨੀਆਂ ਨੂੰ ਵੀ ਇਸ ਖੇਤਰ 'ਚ ਰਾਜ ਸਾਡੇ ਹੋਣਾ ਚਾਹੀਦਾ, ਬਾਹਰਲਾ ਕੋਈ ਦਾਖਲ ਨਾ ਦੇ, ਪਹਿਲਾਂ ਇਹ ਗੱਲ ਨਹੀਂ ਸੀ। ਸੋ ਲੈਜੀਟੀਮੇਸੀ ਮਨਾਰਕ ਦੀ ਸੀਗੀ, ਸਮਰਾਟ ਦੀ, ਰਾਜੇ ਬਸ। ਰਿਪਬਲਿਕ ਦੀ ਜਿਹੜੀ ਲੈਜੀਟੀਮੇਸੀ ਸੀ ਉਹ ਨਹੀਂ ਸੀ। ਸੋ ਇੱਥੋਂ ਇਹ ਸ਼ੁਰੂ ਹੋਇਆ। ਇਸ ਤੋਂ ਬਾਅਦ ਆਪਾਂ ਨੂੰ ਇਹ ਪਤਾ ਕਿ ਅਨਲਾਈਟਨਮੈਂਟ ਦੀ ਮੂਵਮੈਂਟ ਆਈ, ਜਿਹੜੀ ਬੜੀ ਤਾਕਤਵਰ ਇੰਟਲੈਕਚੁਅਲ ਮੂਵਮੈਂਟ ਸੀ ਯੂਰਪ ਦੇ ਵਿੱਚ। ਉਸ ਪੀਰੀਅਡ 'ਚ ਉਹਨਾਂ ਨੇ ਬਹੁਤ ਗਿਆਨ ਰਚਿਆ, ਐਨਸਾਈਕਲੋਪੀਡੀਆ ਤੋਂ ਲੈ ਕੇ ਸਾਰੇ ਪੱਖਾਂ ਬਾਰੇ। ਸੋ ਉਹ ਇੱਕ ਪੀਰੀਅਡ ਹੈ ਜਿਹਦੇ ਵਿੱਚ ਅਨਲਾਈਟਨਮੈਂਟ ਦਾ ਮਤਲਬ ਇਹ ਸੀ ਵੀ ਇੱਕ ਦਿਮਾਗਾਂ ਨੂੰ ਰਸ਼ਨਾਉਣ ਵਾਲੇ, ਅਤੇ ਉਹਨਾਂ ਦੀ ਧਾਰਨਾ ਇਹ ਸੀ ਕਿ ਜੋ ਮੱਧ ਯੁੱਗ ਹੈ ਉਹ ਅਧਿਕਾਰ ਦਾ ਯੁੱਗ ਸੀਗਾ, ਉਹਦੇ 'ਚ ਤਾਂ ਜਿਹਦੀ ਲਾਠੀ ਉਹਦਾ ਉਹਦੀ ਭੈਣ ਅਸੂਰ ਕੋਈ ਤਾਕਤ ਦੇ ਜ਼ੋਰ ਨਾਲ ਹੀ ਮਸਲੇ ਹੱਲ ਕੀਤੇ ਜਾਂਦੇ ਸੀ। ਕੋਈ ਵੀ ਰਿਜ਼ਿਸਟੈਂਸ ਵਾਸਤੇ ਕਿ ਮਿਲ ਕੇ ਰਹਿਣ ਲੋਕ, ਉਹ ਫਿਰ ਦੇਸ਼ਾਂ ਦੀ ਕੋ ਰਿਜ਼ਿਸਟੈਂਸ 'ਤੇ ਕੁਛ ਨੋਰਲਸ, ਕੁਛ ਪ੍ਰਿੰਸੀਪਲ ਤਹਿਤ ਵੀ ਇਹਨਾਂ ਦੀ ਪਾਲਣਾ ਕੀਤੀ ਜਾਵੇ। ਹੁਣ ਇਹ ਜਿਹੜੀਆਂ ਗੱਲਾਂ ਇਹ ਇੰਨੀਆਂ ਜਿੰਨੀਆਂ ਵਾਰੀ ਬੋਲਣ ਤੋਂ ਸਰਲ ਲੱਗਦੀਆਂ ਸੌਖੀਆਂ ਗੀਆਂ ਇੰਨੀਆਂ ਨਹੀਂ ਸੀ, ਨਾ ਇੰਨਾ ਸਮੂਥਲੀ ਹੋ ਗਿਆ ਬੈਠੇ ਅਤੇ ਬਸ ਮਸਲੇ ਹੱਲ ਹੋਏ। ਕੋਈ ਵੀ ਵੱਡੀ ਤਬਦੀਲੀ ਕਦੇ ਵੀ ਸਮੂਥਲੀ ਨਹੀਂ ਆਉਂਦੀ। ਜਦੋਂ ਆਪਾਂ ਬਾਅਦ 'ਚ ਇਤਿਹਾਸ 'ਚ ਦਰਜ ਹੋ ਜਾਂਦੀ ਉਦੋਂ ਉਹਦਾ ਨਕਸ਼ਾ ਨਹੀਂ ਬਣਦਾ ਕਿ ਐਕਚੁਲੀ ਕੀ ਵਾਪਰਿਆ। ਉਹ ਰਾਜੀਵ ਲੌਂਗੋਵਾਲ ਸਿੰਘ ਹਫ਼ਤਾ ਜਦੋਂ ਕੋਈ ਕੱਲ੍ਹ ਨੂੰ ਪੜ੍ਹ ਗਿਆ ਇਸ ਤੋਂ 200 ਸਾਲਾਂ ਨੂੰ ਬੰਦੇ ਕਿਤੇ ਉਹ 4 ਲਾਈਨਾਂ ਦੇ ਵਿੱਚ ਹੀ ਗੱਲ ਹੋਈ, ਉਹਦੇ ਪਿੱਛੇ ਕੀ ਕਹਾਣੀ ਸੀ, ਉਦੋਂ ਬਾਅਦ ਕੀ ਹੋਇਆ, ਇਹ ਸਾਰੀ ਡਿਟੇਲ ਇਤਿਹਾਸ ਦੇ ਵਿੱਚ ਨਹੀਂ ਆਉਂਦੀ ਹਿੰਦੀ। ਸੋ ਇਸ ਕਰਕੇ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇੰਨੀ ਸਿੰਪਲ ਅਤੇ ਇੰਨਾ ਸਮੂਥਲੀ ਵੀ ਹੋਇਆ। ਦੂਜੀ ਗੱਲ, ਜਿਹੜੀ ਵੀ ਉਦੋਂ ਸੰਧੀ ਹੋਈ
ਉਹ ਜਿਹੜੀ ਆ ਉਸ ਮੌਕੇ ਦਾ ਤਾਕਤਾਂ ਦਾ ਤੋੜ ਸੀ, ਬੈਲੈਂਸ ਔਫ ਪਾਵਰਸ ਉਹਦੇ ਮੁਤਾਬਕ ਇਹ ਆਈ ਜਾਣਦਾ। ਕੁਛ ਵੀ ਐਬਸੋਲਿਊਟ ਨਹੀਂ, ਕਿਆ ਗੱਲ ਹੋਰ ਫਾਈਨਲ ਹੈ। ਉਸ ਮੌਕੇ ਫਰਾਂਸ ਸਭ ਤੋਂ ਪਾਵਰਫੁੱਲ ਸੀ, ਸੋ ਸਾਰੀਆਂ ਸੰਧੀਆਂ 'ਤੇ ਫਰਾਂਸ ਦੀ ਛਾਪ ਆਏ ਹਿਸਾਬ ਨਾਲ, ਜੋ ਉਹਨੂੰ ਉਹਦੇ ਹਿੱਤ 'ਚ ਜਾਣਦਾ ਸੀ, ਉਹਨੂੰ ਇਲਾਕੇ ਵੀ ਵੱਧ ਮਿਲਦੇ, ਅਧਿਕਾਰ ਵੀ ਵੱਧ ਮਿਲਦੇ। ਅਤੇ ਉਹਨਾਂ ਨੇ ਬਕਾਇਦੇ ਇਹ ਫਿਰ ਟਰਮ ਵੀ ਇਹ ਪਾਈ ਕਿ ਮੌਕੇ ਦੀਆਂ ਤਾਕਤਾਂ ਦੇ ਤੋੜ ਦੇ ਹਿਸਾਬ ਨਾਲ ਇਹ ਨਿਯਮ ਲਾਗੂ। ਜਦੋਂ ਉਹ ਤੋੜ ਹਿੱਲਦਾ, ਬੈਲੈਂਸ ਹਿੱਸਦਾ, ਅਤੇ ਨਾਲ ਦੀ ਨਾਲ ਹੀ ਉਹ ਗੱਲਾਂ ਮੁੜ ਕੇ ਭੁੱਲ ਜਾਂਦੀਆਂ, ਫਿਰ ਕੋਈ ਨਵੇਂ ਨੌਲੇਜ ਪਏ ਹੁੰਦੇ। ਸੋ ਮੇਰੇ ਕਹਿਣ ਤੋਂ ਕੁਛ ਨਹੀਂ ਫਾਇਦਾ। ਜਿਵੇਂ ਇਹ ਕਹਿ ਲਓ ਕਿ UNO ਦੇ ਚਾਰਟਰ 'ਚ ਇਹ ਹੈ ਕਿ ਹਰ ਕੌਮ ਨੂੰ ਆਪਣੇ ਦਾ ਸੈਲਫ ਡਿਟਰਮੀਨੇਸ਼ਨ ਦਾ ਅਧਿਕਾਰ ਹੋਣਾ ਚਾਹੀਦਾ। ਹੁਣ ਇਹਦੀ ਵਿਆਖਿਆ ਦੀ ਜਿਹੜੀ ਇੰਟਰਪ੍ਰਟੇਸ਼ਨ ਹੈ ਉਹ ਤਾਕਤਾਂ ਦੇ ਤੋਲ ਦੇ ਹਿਸਾਬ ਨਾਲ ਹੀ ਹੋ ਰਹੀ, ਕਿਉਂਕਿ ਜਦੋਂ ਅਸੀਂ ਉੱਠ ਕੇ ਦਾਅਵਾ ਕਰੀਏ ਅਸੀਂ ਵੀ ਕੌਮ ਹਾਂ ਅਤੇ ਸਾਨੂੰ ਵੀ ਆਪਾਂ ਨਿਰਣੇ ਦਾ ਅਧਿਕਾਰ ਹੋਵੇ, ਉੱਥੋਂ ਜਵਾਬ ਮਿਲ ਜਾਂਦਾ ਵੀ ਇਸ ਤਰ੍ਹਾਂ ਵੀ ਅਸੀਂ ਕਹਿੰਦੇ। ਹਿੰਦੁਸਤਾਨ ਨੂੰ ਜਿਹੜਾ ਆਕੂਪਾਈਡ ਸੀ ਬ੍ਰਿਟਿਸ਼ ਅੰਪਾਇਰ ਦਾ, ਉਹਨੂੰ ਇੱਕ ਜੋਤ ਮੰਨਿਆ ਸੀ, ਸਾਡਾ ਭਾਵ ਉੱਥੋਂ ਸੀ, ਏਸ਼ੀਆ 'ਚ ਵੀ, ਅਫਰੀਕਾ 'ਚ ਵੀ, ਲੈਟਿਨ ਅਮੈਰੀਕਾ 'ਚ ਵੀ, ਸਾਰੇ ਥਾਵਾਂ ਦੇ ਉੱਤੇ ਉਹਨਾਂ ਨੇ, ਇਹ ਨਹੀਂ ਵੀ ਦੁਨੀਆਂ 'ਚ ਜਿੱਥੇ ਤੂੰ ਵੀ ਕੌਣ ਬੈਠੀ ਹੈ ਅਤੇ ਕੌਣ ਉਹਨੇ ਦਾਅਵਾ ਕਰਤਾ ਅਤੇ ਉਹਨੂੰ ਅਧਿਕਾਰ ਮਿਲ ਗਿਆ। ਸੋ ਉਹੀ ਡੰਡ ਕੇ ਉਸ ਮੌਕੇ ਦੇ ਉੱਤੇ ਜਿਹੜਾ ਤਾਕਤ ਹੈ ਉਹ ਕਿਹਦੇ ਕੋਲ ਅਤੇ ਕੀ ਹੈ, ਉਹ ਫਿਰ ਉਹਨੂੰ ਨਿਰਧਾਰਤ ਕੇ ਡਿਟਰਮ ਕਰ। ਸੋ ਇਹ ਇੱਕ ਬਹੁਤ ਸੰਖੇਪ ਦੇ ਵਿੱਚ ਪਿਛੋਕੜ ਅੱਜ ਦੇ ਸੰਸਾਰ ਦਾ ਕਿ ਵੈਸਟਫੀਲੀਆ ਟ੍ਰੀਟੀ ਤੋਂ ਬਾਅਦ ਜਿਹੜਾ ਫਰਾਂਸ ਦਾ ਇਨਕਲਾਬ ਹੈ 1799 'ਚ ਆਇਆ, ਉਹਨੇ ਜਿਹੜੀ ਮਨਾਰਕੀ ਦੀ ਜਗ੍ਹਾ ਰਿਪਬਲਿਕ ਹੈ ਉਹਦੀ ਲੈਜੀਟੀਮੇਸੀ ਸਥਾਪਿਤ ਕਰ, ਅਤੇ ਨੈਸ਼ਨਲਿਜ਼ਮ ਨੂੰ ਰਾਜ ਨਾਲ ਜੋੜ, ਨੈਸ਼ਨਲਿਜ਼ਮ ਦਾ ਅਤੇ ਰਾਜ ਦਾ ਬੜਾ ਨੇੜੇ ਦਾ ਸੰਬੰਧ ਜੇ, ਕਿ ਨੈਸ਼ਨਲਿਜ਼ਮ ਬਗੈਰ ਰਾਜ ਕਾਇਮ ਨਹੀਂ ਰਹਿ ਸਕਦਾ। ਜਿਵੇਂ ਰਾਜਿਆਂ ਨੇ ਧਾਰਮਿਕ ਜਜ਼ਬੇ ਨਾਲ ਹੁੰਦੇ, ਉਹ ਜਿੰਨਾ ਧਾਰਮਿਕ ਜਜ਼ਬਾ ਉਹਦੇ 'ਚ ਉਹਦੇ ਪ੍ਰਤੀ ਵਫ਼ਾਦਾਰੀ ਲੋਇਲਟੀ ਬਣਦੀ ਸੀ ਉਹ ਧਰਮ 'ਚ ਵਿਸ਼ਵਾਸ ਦੇ ਹਿਸਾਬ ਨਾਲ, ਫਿਰ ਧਰਮ ਵੀ ਕਰਤਾ, ਕਿਉਂਕਿ ਚਰਚ ਦਾ ਰੋਲ ਸਾਨੂੰ ਸਾਰਿਆਂ ਨੂੰ ਪਤਾ ਉਸ ਪੀਰੀਅਡ ਦੇ ਵਿੱਚ ਬਹੁਤ ਹੀ ਇਤਿਹਾਸ ਦੇ ਵਿੱਚ ਮਾੜਾ ਰੋਲ ਸੀ, ਇੰਨਾ ਪਾਵਰਫੁੱਲ ਬਣ ਗਿਆ ਸੀ ਕਿ ਉਹ ਜੋ ਵੀ ਕੁਛ ਕਰ ਰਿਹਾ ਸੀਗਾ, ਈਵਨ ਸਾਇੰਟਿਫਿਕ ਡਿਵੈਲਪਮੈਂਟ ਦੇ ਰਾਹ 'ਚ ਹੀ ਰੋਲਾ ਬਣ ਗਿਆ ਸੀ ਕਿ ਜੋ ਬਾਈਬਲ 'ਚ ਲਿਖਿਆ ਉਹੀ ਫਾਈਨਲ ਹੈ, ਜਿਹੜਾ ਉਸ ਵਿਸ਼ਵਾਸ ਦੇ ਖਿਲਾਫ ਜਾਊ ਉਹ ਆਪਾਂ ਨੂੰ ਪਤਾ ਵੀ ਕਿਵੇਂ ਖੰਭਿਆਂ ਨਾਲ ਬੰਨ ਕੇ ਅੱਗਾਂ ਲਾਈਆਂ ਪਈਆਂ, ਵਿਗਿਆਨੀਆਂ ਨੂੰ ਇਸ ਤਰ੍ਹਾਂ ਕੀਤਾ ਗਿਆ, ਉਹ ਮੈਨੂੰ ਦਬਾਉਣ ਦੇ ਯਤਨ ਕੀਤੇ। ਸੋ ਉਹਦੇ ਵਿੱਚ ਉਹਨਾਂ ਨੇ ਫਿਰ ਅਖੀਰ ਨੂੰ ਫਰੈਂਚ ਰੈਵੋਲਿਊਸ਼ਨ ਤੋਂ ਬਾਅਦ ਜਾਂ ਅਨਲਾਈਟਮੈਂਟ ਦੇ ਦੌਰਾਨ ਇੱਕ ਸਟੈਪ ਇਹ ਚੁੱਕਿਆ ਕਿ ਚਰਚ ਦਾ ਅਤੇ ਸਟੇਟ ਦਾ ਆਪਸ ਵਿੱਚ ਸੰਬੰਧ ਤੋੜ ਦਿਓ। ਗੱਲ ਇਹ ਸੀ ਕਿ ਚਰਚ ਦੀ ਤਾਕਤ ਬਣਨੀ, ਹੁਣ ਇਹ ਦਰਦਾ ਇੱਕ ਸਪੈਸਿਫਿਕ ਸਿਚੁਏਸ਼ਨ 'ਚੋਂ ਪੈਦਾ ਹੋ ਗਈਆਂ ਸੀ, ਪਰ ਸਮੇਂ ਦੇ ਨਾਲ ਜਿਹਦੇ ਜਿਹਦੇ ਹਿੱਤ ਅਤੇ ਜਿਹਦੇ ਕੋਲ ਤਾਕਤ ਆ ਵੀ ਉਹਨੇ ਆਪਦੇ ਹਿਸਾਬ ਨਾਲ ਇਹਨਾਂ ਚੀਜ਼ਾਂ ਨੂੰ ਡਿਸਟੋਰਟ ਕਰ। ਸੋ ਸਾਡੇ ਕੋਲ ਜੋ ਕੁਛ ਵੀ ਆ ਰਿਹਾ ਉਹਨੂੰ ਕੁਛ ਵੀ ਤੁਸੀਂ ਪਿਓਰ ਨਾ ਸਨ ਵੀ ਬਸ ਉਹ ਫਾਈਨਲ ਹੈ ਨਿਯਮ, ਉਹ 'ਤੇ ਬਹਿਸ ਨਹੀਂ ਕਰ ਸਕਦੇ। ਉਹ ਤਾਂ ਕਿਹਦੇ ਕੋਲ ਕਿੰਨਾ ਜ਼ੋਰ ਹੈ ਉਹਨੇ ਇੰਟਰਪ੍ਰੈਟ ਕੀਤਾ ਅਤੇ ਉਸ ਹਿਸਾਬ ਨਾਲ ਹੀ ਉਹ ਗੰਧ ਲਿਆ ਪਿਆ, ਸਾਰਾ ਕੁਛ ਡਿਸਟੋਰਟਡ ਹੈ।
ਅਤੇ ਇਹ ਕਿਤੇ ਵੀ ਬਹਿਸ ਮੁੱਕੀ ਨਹੀਂ ਹੈ, ਨਾ ਮੁੱਕਣੀ ਹੈ, ਇਹ ਬਹਿਸ ਚਲੀ ਜਾਂਦੀ ਹੈ ਜੀ ਉਸ ਤਰ੍ਹਾਂ। ਸੋ ਇਹ ਸਕ੍ਰਿਪਟ ਇੱਥੋਂ, ਜਦੋਂ ਆਪਾਂ ਇਸ ਡਿਟੇਲ 'ਚ ਨਹੀਂ ਜਾਂਦੇ, ਉਸ ਸੰਵਾਦ ਵੱਲੋਂ ਸ਼ਾਇਦ ਆਉਣ ਵਾਲੇ ਦਿਨ ਦੇ ਵਿੱਚ ਇਸ ਮਸਲੇ 'ਤੇ ਜੋ ਮੋਡਰਨਿਟੀ ਦਾ ਸਾਰਾ ਹੈਗਾ ਮਸਲਾ, ਕੀ ਹੋਇਆ, ਕਿਸ ਤਰ੍ਹਾਂ ਹੋਇਆ ਅਤੇ ਉਹਦਾ ਸਾਡੀ ਜ਼ਿੰਦਗੀ 'ਚ ਪ੍ਰਭਾਵ ਕੀ ਪਿਆ, ਸ਼ਾਇਦ ਉੱਥੇ ਕੋਈ ਸੈਮੀਨਾਰ ਵੱਖਰਾ ਪਲੈਨ ਕੀਤਾ ਜਾਓ। ਇੱਥੇ ਆਪਣੇ ਅੱਜ ਦੇ ਇਹ ਟੋਪਿਕ ਦੇ ਵਿੱਚ ਇੰਨੀ ਗੁੰਜਾਇਸ਼ ਨਹੀਂ ਕਿ ਆਪਾਂ ਉਹਦੇ ਡਿਟੇਲਸ ਦੇ ਵਿੱਚ ਜਾ ਸਕਦੇ। ਜਾਂਦਾ ਕਿ ਉੱਥੋਂ ਇੱਕ ਕਨਸੈਪਟ ਆ ਗਿਆ ਸੈਂਕੂਲਰਿਜ਼ਮ ਦਾ, ਕਿ ਧਰਮ ਨੂੰ ਰਾਜ ਦੇ ਮਾਮਲਿਆਂ ਨਾਲ ਅਲੱਗ ਕਰ, ਨਿੱਜੀ ਵਿਸ਼ਵਾਸ ਦਾ ਮਾਮਲਾ ਬਣਾ ਦਿਓ ਬਸ। ਇਹ ਉੱਥੇ ਪ੍ਰਵਾਨ ਹੋ ਗਿਆ ਯੂਰਪ ਦੇ ਵਿੱਚ, ਕਿਉਂਕਿ ਉਹ ਲੋਕ ਅੱਗੇ ਪਏ ਸੀਗੇ, ਚਰਚ ਦੇ ਰੋਡ ਧੋਕੇ ਪਏ ਸੀਗੇ, ਉੱਥੇ ਬਹੁਤ ਛੇਤੀ ਪ੍ਰਵਾਨ ਹੋ ਗਿਆ। ਫਿਰ ਜਿਉਂ ਜਿਉਂ ਯੂਰਪ ਦੀ ਗਲੋਬਲ ਪਾਵਰ ਵੱਧਦੀ ਗਈ, ਉਹਦਾ ਅਸਰ ਸੂਖ ਦੁਨੀਆ ਪੱਧਰ 'ਤੇ ਵੱਧਦਾ ਗਿਆ, ਤਿਉਂ ਤਿਉਂ ਉਹਦੀਆਂ ਗੱਲਾਂ ਉਹ ਦੁਨੀਆ ਪੱਧਰ 'ਤੇ ਫਿਰ ਹੌਲੀ ਹੌਲੀ ਪ੍ਰਵਾਨ ਹੋ ਗਈਆਂ ਅਤੇ ਲਾਗੂ ਹੋਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਤਾਕਤ ਸੀ ਉਹਨਾਂ ਕੋਲ। ਸੋ ਜਦੋਂ ਉਹਨਾਂ ਨੇ ਯੂਰਪ ਵਿੱਚ ਇਹ ਗੱਲਾਂ ਸੈਟਲ ਕਰਨੀਆਂ ਆਪਸ ਵਿੱਚ ਹੀ ਰਹਿ ਕੇ, ਤਾਂ ਉਹਨਾਂ ਨੂੰ ਉਹਦਾ ਬੜਾ ਫਾਇਦਾ ਹੋਇਆ। ਇੱਕ ਤਾਂ ਜਿਹੜੀ ਸਾਰੀ ਸ਼ਕਤੀ ਲੱਗ ਰਹੀ ਸੀ ਜੰਗਾਂ ਅਤੇ ਲੜਾਈਆਂ ਦੇ ਵਿੱਚ, ਉਦੋਂ ਉਹ ਵਿਹਲੇ ਹੋਏ, ਅਤੇ ਉਹਨਾਂ ਨੇ ਵਿਕਾਸ ਵੱਲ ਆਪਦਾ ਜੋ ਸਰਮਾਏਦਾਰੀ ਦਾ ਵਿਕਾ, ਉਹ ਪਤਾ ਆਪਾਂ ਨੂੰ ਵੀ ਕਿ ਉਹ ਜਿਹੜੀ ਉਹ ਜਿਹੜਾ ਪੀਰੀਅਡ ਹੈ ਉਹਦੇ 'ਚ ਉਹਨਾਂ ਨੇ ਬਹੁਤ ਅੰਧਾਧੁੰਦ ਵਿਕਾਸ, ਜਿਹਦੇ ਨਾਲ ਪਾਵਰਫੁੱਲ ਬਹੁਤ ਬਣ, ਕਿਉਂਕਿ ਉਹ ਜੰਗਾਂ ਤੋਂ ਸੁਰਖਰੂ ਹੋਏ ਕੁਛ ਹੱਦ ਤੱਕ, ਕੁਛ ਪੀਰੀਅਡ 'ਚ। ਉੱਥੋਂ ਜਦੋਂ ਉਹ ਤਾਕਤਵਰ ਬਣ ਗਏ, ਹੁਣ ਸਰਮਾਏਦਾਰੀ ਦੀ ਇਹ ਨਿਰੰਤਰ ਲੋੜ ਹੈ, ਜਿਵੇਂ ਮੱਛੀ ਪਾਣੀ ਬਗੈਰ ਨਹੀਂ ਰਹਿ ਸਕਦੀ, ਉਹਨਾਂ ਲਗਾਤਾਰ ਨਵੀਂ ਤੋਂ ਨਵੀਂ ਮਾਰ, ਕਿਉਂਕਿ ਕੈਪੀਟਲ ਦੀ ਇੱਥੇ ਨੇਚਰ ਹੈ ਕਿ ਐਕਸਪੈਂਡ ਔਰ ਪੈਰਿਸ਼, ਜਾਂ ਸਰਮਾਇਆ ਵਧੂ ਅਤੇ ਜਾਂ ਉਹ ਗੱਲ, ਜੇ ਆਪਾਂ ਕਹਿੰਦੇ ਸਰਮਾਏਦਾਰ ਨੂੰ ਇੰਨੀ ਭੁੱਖ ਕਿਉਂ ਜਾ ਰਹੀ, ਵੀ ਕਿਤੇ ਵੀ ਜਾ ਕੇ ਭੁੱਖ ਮਰਦੀ ਨਹੀਂ, ਹੋਰ ਹੋਰ ਹੋਰ, ਕਿਉਂਕਿ ਨਹੀਂ ਉਹ ਉਸ ਕੋਲੇ ਸਰਵਾਈਵ ਨਹੀਂ ਕਰ ਸਕਣਾ ਕੰਪੀਟੀਸ਼ਨ। ਸੋ ਇਹ ਕੰਪੀਟੀਸ਼ਨ ਵੀ ਕੈਪੀਟਲਿਜ਼ਮ ਦਾ ਮਤਲਬ ਜਿਹੜਾ ਪ੍ਰੈਕਟਿਸ ਦੇਸ਼ ਕਹਿ, ਅਤੇ ਉਹਦੀ ਇਹ ਲੋੜ ਹੈ ਲਗਾਤਾਰ। ਸੋ ਉੱਥੇ ਹੁਣ ਮੰਡੀਆਂ ਜਿਹੜੀਆਂ ਉਹ ਤਾਂ ਐਗਜਾਸਟ ਹੋ ਗਈਆਂ, ਸੈਚੂਰੇਸ਼ਨ ਹੋ ਗਈ, ਯੂਰਪ ਦੇ ਵਿੱਚ ਤੈਅ ਹੋ ਗਈਆਂ ਉਹਨਾਂ ਦੀਆਂ ਆਪਸ ਵਿੱਚ ਸੰਧੀਆਂ। ਨਵੀਆਂ ਮੰਡੀਆਂ ਫਿਰ ਜਿਹੜੀਆਂ ਬਾਕੀ ਯੂਰਪ ਤੋਂ ਬਾਹਰ ਸਮੁੰਦਰੋਂ ਪਾਰ ਧਰਤੀਆਂ ਪਈਆਂ ਨੇ, ਏਸ਼ੀਆ, ਅਫਰੀਕਾ, ਲਤੀਨੀ ਅਮਰੀਕਾ ਦੀਆਂ, ਫਿਰ ਉਹ ਪਾਵਰਸ ਜਿਹੜੀਆਂ ਸੀਗੀਆਂ ਯੂਰਪੀਅਨ ਪਾਵਰਸ, ਉਹ ਚੜ੍ਹੀਆਂ ਬਾਹਰਲੀਆਂ ਧਰਤੀਆਂ ਇਹ ਕਬਜ਼ੇ ਕਰ। ਸੋ ਗੱਲ ਤਾਂ ਟੇਲ ਤੋਂ ਸ਼ੁਰੂ ਹੋਈ, ਇਹ ਸਾਰੀਆਂ ਵਪਾਰਕ ਕੰਪਨੀਆਂ ਸੀ ਜਿਹੜੀਆਂ ਐਕਸਪਲੋਰ ਕਰਦੀਆਂ ਸੀ ਬਾਹਰਲੀਆਂ ਮਾਰਕੀਟ, ਕੋਲੰਬਸ ਜਾਂ ਵਾਸਕੋ ਡੀ ਗਾਮਾ, ਉਹ ਕੰਪਨੀਆਂ ਦੇ ਹੈਰ ਕੀਤੇ ਬੰਦੇ ਸੀ, ਉਹ ਮਹਿਮਾ ਭੇਜਦੇ ਸੀ ਬਾਹਰ ਜੰਗੀ ਵੇੜਿਆਂ 'ਤੇ, ਅਤੇ ਲੱਭੋ ਨਵੀਂ ਹੋਰ ਜਗ੍ਹਾ ਲੱਭੋ। ਅਤੇ ਜਦੋਂ ਪਤਾ ਲੱਗ ਗਿਆ ਅੱਡੇ ਬਾਹਰ ਅਮਰੀਕਾ 'ਚ ਤਾਂ ਸੋਨਾ ਬੜਾ, ਫਿਰ ਦੌੜ ਲੱਗ ਗਈ। ਸੋ ਇੱਥੋਂ ਮੇਰਾ ਪਤਾ ਇੱਕ ਮੈਂ ਗੱਲ ਨੂੰ ਇੱਥੇ ਖਤਮ ਕਰਦਿਆਂ ਕਿ ਇੱਥੋਂ ਫਿਰ ਬਸਤੀਵਾਦ ਪੈਦਾ ਹੋਇਆ, ਕਿ ਯੂਰਪ ਦੀਆਂ ਜਿਹੜੀਆਂ ਤਕੜੀਆਂ ਤਾਕਤਾਂ, ਉਹਨਾਂ ਨੇ ਆ ਕੇ ਇਹਨਾਂ ਦੇਸ਼ਾਂ ਨੂੰ ਜਿਹੜੇ ਸੀਗੇ ਗੈਰ ਯੂਰਪੀਅਨ, ਉਹਨਾਂ 'ਤੇ ਆ ਕੇ ਕਬਜ਼ਾ ਕਰ, ਇੱਥੇ ਆਪਦੇ ਰਾਜ ਸਥਾਪਿਤ। ਇਹ ਆ ਰਿਹਾ ਬਸਤੀਵਾਦ। ਸੋ ਇਹ ਨੈਸ਼ਨਲਿਜ਼ਮ ਦੀ ਪੈਦਾਵਾਰ, ਕੋਈ ਰਾਜਾ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ, ਰਾਜੇ ਨੂੰ ਇੰਨੀ ਸਪੋਰਟ ਨਹੀਂ ਸੀ ਮਿਲ ਸਕਦੀ ਆਪਦੀ ਪਬਲਿਕ ਦੀ। ਸੋ ਉਹਨਾਂ ਕੋਲ ਇੱਕ ਵੱਡੀ ਗੱਲ ਆ ਗਈ ਨੈਸ਼ਨਲਿਜ਼ਮ ਦੀ, ਕਿ ਫ੍ਰੈਂਚ ਪਾਵਰ ਵਧਾਉਣੀ ਹੈ, ਬ੍ਰਿਟਿਸ਼ ਪਾਵਰ ਵਧਾਉਣੀ ਹੈ, ਸਪੈਨਿਸ਼ ਪਾਵਰ ਵਧਾਉਣੀ ਹੈ, ਜਿਹੜਾ ਕਿ ਇਹ ਜਜ਼ਬਾ ਹੈ ਨਾ,
ਉੱਥੇ ਕੋਈ ਬੰਦਾ ਨਹੀਂ, ਪਰਸਨ ਕੋਈ ਨਹੀਂ, ਇੰਪਰਸਨਲ ਸਭ ਕੁਛ। ਉਹ ਸੈਂਟੀਮੈਂਟ ਦੇ ਨਾਲ ਉਹ ਦੁਨੀਆਂ ਨੂੰ ਸਰ ਕਰਨ ਦੇ ਸਕੈਂਦਰ ਤਾਂ ਇਕੱਲਾ ਸੀ ਨਾ ਉਹਦੀ ਉਦੇਕ ਵਿੱਚ, ਇੱਥੇ ਇਕੱਲਾ ਕੋਈ, ਪੂਰੀ ਕੌਮ ਨੂੰ ਰਾਮਬੰਦ ਕੀਤਾ ਉਹਨਾਂ। ਸੋ ਕਲੋਨੀਲਿਜ਼ਮ ਬਸਤੀਵਾਦ ਦੀ ਨੂੰ ਅਸੀਂ ਕਹਿੰਦੇ ਹਾਂ ਉਹ ਨੈਸ਼ਨਲਿਜ਼ਮ ਦਾ ਜੁੜਵਾਂ ਭਰਾ। ਬਸਤੀਵਾਦ ਹੋਇਆ ਇਹ ਵੀ ਹੁਣ ਜਿੰਨਾ ਮੈਂ ਇੱਥੇ ਕਹਿਤਾ ਜਿੰਨਾ ਇਹ ਸਿੰਪਲ ਲੱਗਦਾ, ਆਪਾਂ ਨੂੰ ਪਤਾ ਵਿੱਚ ਕਿੰਨਾ ਖੂਨ ਖਰਾਬਾ ਹੋ। ਫਤਿਹ ਕਰਨੀ ਜਾ ਕੇ ਪਹਿਲਾਂ ਜਿੱਤਣਾ ਦੂਜਾ ਦੇਸ਼, ਫਿਰ ਉੱਥੇ ਕਾਇਮ ਰੱਖਣਾ। ਸੋ ਜੜਿਆ ਬਾਪ ਤਾਂ ਇੱਕ ਸੀਗਾ ਕਿਤੇ, ਮਤਲਬ ਵੀ ਦੁਨੀਆ ਪੱਧਰ 'ਤੇ ਜੇ ਅਸੀਂ ਦੇਖੀਏ ਇਹ ਤੋਂ ਕਿਤੇ ਇੱਕ ਨਾਉਣੇ ਕਾਂਡ। ਖਾਸ ਕਰਕੇ ਜੇ ਤੁਸੀਂ ਬੈਲਜੀਅਮ ਦਾ ਰਿਕਾਰਡ ਦੇਖੋ ਅਫਰੀਕਾ ਦੇ, ਹਾਲਾਂਕਿ ਸਾਨੂੰ ਕਿਸੇ ਨੂੰ ਨਹੀਂ ਲੱਗਦਾ ਬੈਲਜੀਅਮ ਵੀ ਕੋਈ ਇਸ ਤਰ੍ਹਾਂ ਦਾ। ਮੈਂ ਕਹਿੰਦਾ ਜਿੰਨੇ ਜਦੋਂ ਬੈਲਜੀਅਮ ਨੇ ਕੀਤੇ ਦੂਜਾ ਕੋਈ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਸੋ ਜਿਹੜੇ ਇਹ ਯੂਰਪ ਦੇ ਸਾਡੇ ਸਾਹਮਣੇ ਇਸ ਤਰ੍ਹਾਂ ਪੇਸ਼ ਹੋ ਰਹੇ ਕਿ ਉਹ ਤਾਂ ਬਹੁਤ ਸੁਲਝੇ ਹੋਏ ਮਾਨਵਵਾਦੀ ਅਤੇ ਸਿਵਲਾਈਜ਼ਡ ਨੇਸ਼ਨਸ, ਐਕਚੁਅਲੀ ਉਹਨਾਂ ਦਾ ਸਾਰਾ ਰਿਕਾਰਡ ਜੇ ਅਸੀਂ ਇਸ ਤਰ੍ਹਾਂ ਦੇ, ਉਹ ਸਾਰਾ ਕੁਛ ਉਹਨਾਂ ਨੇ ਯੂਨੀਵਰਸਿਟੀਆਂ ਵੀ ਬਣਾਈਆਂ, ਵਿੱਦਿਆ ਵਿਹਾਰ ਕੀਤਾ, ਉਹ ਕਿਸ ਕੀਮਤ 'ਤੇ ਕਿੱਥੋਂ ਲੁੱਟ ਮਚਾ ਕੇ ਕਿੱਥੇ ਜੁਰਮ ਢਾਏ, ਇਹਦੇ ਤੁਸੀਂ ਹਿਸਟਰੀ ਪੜ੍ਹੋ ਤਾਂ ਫਿਰ ਪਤਾ ਲੱਗਦਾ ਸਾਨੂੰ ਜਾ ਕੇ ਵੀ ਉਹ ਕੀ ਸੀਗਾ। ਅਮਰੀਕਾ ਦਾ ਇੱਕ ਪ੍ਰੋਫੈਸਰ ਸੀ ਹਾਰਵਰਡ ਜੈਨ, ਉਸਨੇ ਇੱਕ ਕਿਤਾਬ ਲਿਖੀ ਹੈ ਪੀਪਲ ਦੀ ਹਿਸਟਰੀ ਆਫ ਅਮੈਰੀਕਾ। ਉਹਦੇ ਵਿੱਚ ਦੱਸਿਆ ਉਹਨੇ ਸਾਰਾ, ਉਹ ਕਿਤਾਬ ਪੜ੍ਹੋ ਅਗਰ ਤੁਹਾਨੂੰ ਪਤਾ ਲੱਗੂ। ਮੈਕਸੀਕੋ ਦੇ ਵਿੱਚ ਬਾਬਰ ਤਾਂ ਕੁਛ ਵੀ ਨਹੀਂ ਸੀ, ਜਾਂ ਚੰਗੇਜ਼ ਖਾਂ ਕੁਛ ਵੀ ਨਹੀਂ ਸੀ, ਜਿਹੜੇ ਬਦਨਾਮ, ਮਤਲਬ ਇਹ ਨਹੀਂ ਸੀ ਵੀ ਉਹਨਾਂ ਨੇ ਕੁਛ ਕੀਤਾ ਨਹੀਂ, ਪਰ ਦੁਨੀਆਂ 'ਚ ਬਣਾ ਹੀ ਦਿੱਤਾ ਵੀ ਜੋ ਜਾਣ ਮੈਂ ਬਸ ਜਾਂ ਉਹ ਚੰਗੇਜ਼ ਖਾਂ ਅਤੇ ਜਾਂ ਉਹ ਗਦਾਲੀ ਹੈ ਜਾਂ ਉਹ ਔਰੰਗਜ਼ੇਬ ਹੈ, ਇਸ ਤਰ੍ਹਾਂ ਮਤਲਬ ਉਹਨਾਂ ਨੇ ਕਰਤਾ। ਐਕਚੁਅਲੀ ਜੋ ਉਹਨਾਂ ਨੇ ਆਪ ਕੀਤਾ ਜਿੱਥੇ ਵੀ ਗਏ ਨੇ, ਇਸ ਕਿਸਮ ਦੀ ਤਬਾਹੀ ਕਰ। ਹੁਣ ਤਾਂ ਗੱਲਾਂ ਬਹੁਤ ਸਾਹਮਣੇ ਆ ਗਈਆਂ, ਆਸਟ੍ਰੇਲੀਆ 'ਚ, ਅਮਰੀਕਾ 'ਚ, ਉੱਥੋਂ ਦੇ ਐਬੋਰੀਜਨਲਸ ਨਾਲ ਕੀ ਕੁਛ ਹੋਇਆ, ਇਹ ਤਾਂ ਆਪਣੇ ਗੱਲਾਂ ਬਹੁਤ ਬਾਹਰ ਹਨ। ਸੋ ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਇਹ ਜਿਹੜਾ ਹੈਗਾ ਨੈਸ਼ਨਲਿਜ਼ਮ ਦੇ ਨਾਲ ਕਲੋਨੀਲਿਜ਼ਮ ਹੈ। ਹੁਣ ਜਦੋਂ ਕਲੋਨੀਲਿਜ਼ਮ ਆਇਆ ਬਾਹਰਲੀਆਂ ਧਾਰਨੀਆਂ 'ਤੇ ਗਏ, ਇਹਨਾਂ ਨੇ ਇਹ ਨਹੀਂ ਵੀ ਇਕੱਲੀ ਬਸ ਲੁੱਟ ਕੀਤੀ, ਉੱਥੇ ਆਉਂਦੇ ਰਾਸ ਥਾਪ ਕੰਦੀ ਜਿੱਤੇ ਨਹੀਂ ਕੰਮੀ, ਜਿੱਤ ਕੇ ਤਾਂ ਮਤਲਬ ਮੁੜ ਆਉਂਦੇ ਸੀਗੇ ਜਿਵੇਂ ਪਹਿਲੇ ਇਨੋਵੇਟਰ ਹੁੰਦੇ ਸੀਗੇ, ਲੁੱਟ ਮਾਰ ਕੀਤੀ ਵਾਪਸ ਮੁੜ ਗਏ। ਇਹਨਾਂ ਨੇ ਉੱਥੇ ਆਪਦੇ ਅੰਪਾਇਰ ਰਾਜ ਸਥਾਪਿਤ ਕੀਤੇ, ਰਾਜ ਸਥਾਪਿਤ ਕਰਨ ਵਾਸਤੇ ਇਹਨਾਂ ਨੂੰ ਲੋਕਲ ਭਾਈਵਾਲਾਂ ਦੀ ਲੋੜ ਸੀ। ਇੰਨਾ ਲੰਮਾ ਚਿਰ ਹੁਣ ਕੁਛ ਕੁ ਲੱਖ ਬੰਦੇ ਹੀ ਆਓ, ਲੱਖ ਵੀ ਨਹੀਂ ਸੀ। ਅੰਗਰੇਜ਼ਾਂ ਦੀ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਦੇ 'ਚ ਹਜ਼ਾਰਾਂ ਦੀ ਗਿਣਤੀ ਤੋਂ ਵੱਧ ਨਹੀਂ ਸੀ ਕਿਤੇ ਫੌਜਾਂ ਵੀ ਗਏ। ਸੋ ਉਹ ਲੋਕਲ ਨਾਲ ਮਿਲਦੇ ਸੀਗੇ ਆਪਦੇ ਭਾਈ ਨਾਲ, ਲਾਲਚ ਕਿ ਤੁਹਾਨੂੰ ਆਹ ਮਿਲ, ਅਤੇ ਹਿਊਮਨ ਨੇਚਰ ਇਹ ਤਾਂ ਹਮੇਸ਼ਾ ਹੀ ਰਿਹਾ ਸਰੀਵੀ ਤੌਰ 'ਤੇ ਵੀ ਬੰਦੇ ਨੇ ਲਾਲ 'ਚ ਜਾ ਕੇ ਜੋ ਕੁਛ ਵੀ ਉਹ ਕਰਦਾ। ਸੋ ਜਦੋਂ ਇੱਥੇ ਇਹਨਾਂ ਨੇ ਰਾਜ ਸਥਾਪਿਤ ਕੀਤੇ, ਲੰਮਾ ਬਾਈਯਾਰਾ ਇੱਥੇ ਕਿ ਅਸੀਂ ਬਹੁਤ ਇਸ ਤਰ੍ਹਾਂ ਜਿਵੇਂ ਅੰਗਰੇਜ਼ਾਂ ਨੇ ਕੀਤਾ, ਜਿਵੇਂ ਇੱਥੇ ਰੇਡਾਂ ਪਛਾਣੀਆਂ, ਜਿਵੇਂ ਐਜੂਕੇਸ਼ਨ ਦਾ ਸਿਸਟਮ ਕੀਤਾ, ਜਿਸ ਕਿਸਮ ਦੇ ਪ੍ਰਬੰਧ ਕੀਤੇ, ਉੱਥੋਂ ਤਾਂ ਇਹ ਸੋਚ ਕੇ ਸੀ ਨਾ ਪੁਸ਼ਤਾਂ ਤੱਕ ਅਸੀਂ ਇੱਥੇ ਰਾਜ ਕਰ। ਸੋ ਉਹਦੇ ਨਾਲ ਕੀ ਹੋਇਆ ਕਿ ਇੱਕ ਪੜ੍ਹੀ ਲਿਖੀ ਜਮਾਤ ਹਰ ਜਗ੍ਹਾ ਉਹ ਲੋਕਲ ਪਾਪੂਲੇਸ਼ਨ 'ਚੋਂ ਵੀ ਪੈਦਾ ਹੋਈ, ਅਨੀਟ। ਉਹ ਜਿਹੜਾ ਅਨੀਟ ਹੈ ਉਹ ਵੀ ਜਿਹੜੀ ਸੋਚ ਸੀ ਉਹ ਮਾਲਕ ਦੀ ਤਰਜ਼ 'ਤੇ ਕਿਉਂਕਿ ਐਜੂਕੇਸ਼ਨ ਉਹ ਨਹੀਂ,
ਤੇ ਉਹਨਾਂ ਨੂੰ ਇਹ ਵੀ ਲੱਗਿਆ ਕਿ ਇਹ ਜਿਹੜੀਆਂ ਐਡੀਆਂ ਵੱਡੀਆਂ ਤਾਕਤਾਂ ਵੜਨੀਆਂ, ਉਹਦਾ ਰਾਜ ਇਹਨਾਂ ਦੀ ਸਿਆਣਤ 'ਚ ਪਿਆ, ਇਹਨਾਂ ਦੇ ਗਿਆਨ 'ਚ ਪਿਆ। ਇਹਨਾਂ ਦਾ ਗਿਆਨ ਸੁਪੀਰੀਅਰ ਹੈ, ਸਾਡਾ ਗਿਆਨ ਇਨਫੀਰੀਅਰ। ਸੋ ਉਹ ਤੁਹਾਨੂੰ ਫਿਰ ਉਹ ਗਿਆਨ ਦੇ ਮਰੀਦ ਵੜ, ਉਹੀ ਗਿਆਨ ਹਾਸਿਲ ਕੀਤਾ, ਉਸ ਹੀ ਸੱਚੇ ਜਿਹਦੇ ਵਿੱਚ ਢਲ। ਹਰ ਜਗ੍ਹਾ 'ਤੇ ਤਕਰੀਬਨ ਇਹ 1921 ਦੇ ਫਰਕ ਨਾਲ ਜਿਹੜਾ ਲੋਕਲ ਰਲੀਤ ਪੈਦਾ ਹੋਇਆ, ਉਸ ਨੇ ਉਹ ਵਿਚਾਰ ਲਿਆਂਦੇ। ਸੋ ਇਸ ਹਿਸਾਬ ਨਾਲ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਇਹ ਜਿਹੜਾ ਨੈਸ਼ਨਲਿਜ਼ਮ ਕਦੋਂ ਪੈਦਾ ਹੋਇਆ ਅਤੇ ਕਿਵੇਂ ਪੈਦਾ ਹੋਇਆ। ਇਹ ਜਿਹੜਾ ਸਾਡਾ ਇੱਥੋਂ ਦਾ ਮਾਡਰਨ ਅਲੀਟ ਹੈ, ਇਹ ਜਦੋਂ ਉਹਦੀ ਜਨਮ ਪੱਤਰੀ ਦੇਖੋ ਤਾਂ ਉੱਥੋਂ ਇਹ ਗੱਲ ਸਮਝ ਆ। ਸੋ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਬੰਗਾਲ ਨੂੰ ਫਤਿਹ ਕੀਤਾ, ਬੰਗਾਲ ਤੋਂ ਤੁਰਿਆ ਅਤੇ ਬੰਗਾਲ ਜਾਂ ਕਲਕੱਤਾ ਉਹਨਾਂ ਦਾ ਉਹ ਕੇਂਦਰ ਬਣਿਆ ਬਾਕੀ ਸਾਰੇ ਥਾਂ ਨਾਲ। ਸੋ ਬੰਗਾਲ ਦੇ ਵਿੱਚ ਐਜੂਕੇਸ਼ਨ ਬਹੁਤ ਪਹਿਲਾਂ ਆ ਗਈ। ਸੋ ਉਹ ਐਜੂਕੇਸ਼ਨ ਬੰਗਾਲ ਦੇ ਇੱਕ ਵਰਗ ਨੇ ਲਈ, ਉਹ ਵਰਗ ਕਿਹੜਾ ਸੀ? ਉਹ ਟੋਟਲੀ ਅਪਰ ਕਾਸਟ, ਬ੍ਰਾਹਮਣ ਵੈਦਿਆ ਕਿਆਸਟ ਆ ਤਿੰਨ ਜਾਤਾਂ। ਇਹ ਜਦੋਂ ਕਈ ਪੁਸ਼ਪਾਂ ਪੜ੍ਹਦੇ ਸੀ ਫਿਰ ਜਾ ਕੇ ਦੂਜਿਆਂ ਨੂੰ ਹੌਲੀ ਹੌਲੀ, ਉਹਦੇ 'ਚ ਵੀ ਜੇ 100 ਤੋਂ 2 ਬੰਦੇ ਦੂਜਿਆਂ 'ਚੋਂ ਆ। ਸੋ ਇਹ ਇੱਕ ਅਲੀਟ ਇਹਨੂੰ ਬੰਗਾਲ ਦੇ ਇਹ ਸੈਕਸ਼ਨ ਨੂੰ ਭਦਰ ਲੋਕ ਕਹਿੰਦੇ ਨੇ, ਇਹਦਾ ਨਾਮ ਭਦਰ ਲੋਕ, ਜਿਹੜਾ ਅਪਰ ਕਾਸਟ ਪੜ੍ਹਿਆ ਲਿਖਿਆ ਇਹ ਮੀਟ ਹੈ। ਇਹ ਸਾਰੇ ਜਿਹੜੇ ਰਾਜਾ ਰਾਮ ਮੋਹਨ ਰਾਏ, ਵਿਵੇਕਾਨੰਦ, ਆਪਣਾ ਟੈਗੋਰ ਵੀ, ਸਾਰੀ ਫੈਮਿਲੀ, ਇਹ ਸਾਰੇ ਉਸ ਦੇ ਵਿੱਚੋਂ। ਸੋ ਇਹ ਮੀਟ ਪੈਦਾ ਹੋਇਆ ਅਤੇ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਨੇ ਉਹ ਜਿਹੜੇ ਉੱਥੋਂ ਦੇ ਸੰਕਲਪ ਹੈ ਪੱਛਮੀ, ਉਹ ਗ੍ਰਹਿਣ ਕੀਤੇ। ਉਹ ਗ੍ਰਹਿਣ ਕੀਤੇ ਅਤੇ ਉਹਨਾਂ ਨੂੰ ਇਹ ਲੱਗਿਆ ਕਿ ਇਹਨਾਂ ਦੀ ਜਿਹੜੀ ਤਾਕਤ ਆ ਉਹ ਇਸ ਗੱਲ ਦੇ ਵਿੱਚ ਹੀ ਹੈ ਕਿ ਇਹ ਇੱਕ ਕੌਮ ਦੇ ਤੌਰ 'ਤੇ ਸੋਚ ਰਹੇ। ਸਾਡੇ ਲੋਕ ਤਾਂ ਇੱਥੇ ਧਰਮਾਂ, ਜਸਤਾਂ, ਫਿਰਕਿਆਂ ਕਿੰਨੇ ਕੁਛ 'ਚ ਵੰਡੇ ਪਏ, ਯੂਰਪ ਦੇ ਵਿੱਚ ਵੀ ਪਹਿਲਾਂ ਇਹ ਸੀ। ਸੋ ਨੈਸ਼ਨਲਿਜ਼ਮ ਦੀ ਪਹਿਲੀ ਵਿਕਟਰੀ ਇਹ ਹੁੰਦੀ ਹੈ ਕਿ ਜਿਹੜੇ ਕਲਚਰਲ ਡਿਫਰੈਂਸਿਸ ਨੇ ਉਹ ਖਤਮ ਕਰ, ਉਸ ਖਿੱਤੇ ਦੇ ਵਿੱਚ ਇੱਕੋ ਜਿਹੀ ਯੂਨੀਫਾਰਮ ਕਲਚਰ ਉਹ ਸਥਾਪਿਤ ਕਰਦਾ। ਉਹ ਕਿਹਦੀ ਹੋ ਖਤਮ, ਕਿਹੜੇ ਹੋਣਗੇ, ਡਿਵੈਲਪ ਕਿਹੜੀ ਹੋ, ਇਹ ਤਾਕਤ 'ਤੇ ਨਿਰਭਰ ਕਰੂ ਉਸ ਮੌਕੇ 'ਤੇ। ਸੋ ਉਸ ਖਿੱਤੇ ਦਾ ਜਿਹੜਾ ਸੈਕਸ਼ਨ ਵਰਗ ਸਮਾਜ ਦਾ ਪਾਵਰਫੁੱਲ ਹੈ, ਉਹ ਫਿਰ ਆਪਦੇ ਮੁਤਾਬ, ਆਪਦੀਆਂ ਸ਼ਰਤਾਂ 'ਤੇ, ਆਪਦੇ ਹਿੱਤਾਂ ਮੁਤਾਬਕ ਇਹ ਤੈਅ ਕਰਦਾ ਕਿ ਇਸ ਖਿੱਤੇ ਦੀ ਨੇਸ਼ਨ ਕਿਹੜੀ ਹੈ, ਉਹਦਾ ਨੈਸ਼ਨਲ ਕਲਚਰ ਕੀ ਹੈ, ਉਹਦੇ ਨੈਸ਼ਨਲ ਇੰਟਰਸਟ ਕੀ ਨੇ, ਉਹ ਨੈਸ਼ਨਲਿਜ਼ਮ ਦੇ ਨਕਸ਼ ਪਰ। ਸੋ ਭਾਰਤੀ ਨੈਸ਼ਨਲਿਜ਼ਮ ਦੇ ਜਿਹੜੇ ਨਕਸ਼ ਘੜੇ ਉਹ ਬੰਗਾਲੀ ਭਗਨ ਲੋਕ ਦੇ ਘੜੇ, ਉਹ ਸਾਰਾ ਹੀ ਅਪਰ ਕਾਸਟ ਸੀ, ਚੰਗੀ ਕੌਣ ਦੇ ਸਾਰੇ ਜਿਹੜੇ ਪੜ੍ਹੇ। ਇਹ ਜਿਹੜਾ ਤੱਥ ਹੈ ਇਹ ਸਮਝਣਾ ਬਹੁਤ ਜ਼ਰੂਰੀ। ਉਹਨੂੰ ਕਿਹਾ ਤਾਂ ਜਾਊ ਸਾਰੇ ਲੋਕਾਂ ਦਾ ਸਾਂਝੇ, ਪਰ ਉੱਥੇ ਛਾਪ ਉਹਦੀ ਲੱਗੀ ਹੋ। ਹੁਣ ਅੰਗਰੇਜ਼ ਇੱਥੇ ਆਏ, ਉਹਨਾਂ ਨੇ ਇੱਥੋਂ ਦੇ ਸਮਾਜ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਲੋੜ ਹੈ ਜਿਹੜੇ ਸਮਾਜ 'ਚ ਤੁਸੀਂ ਬਿਲਕੁਲ ਬੇਹਤਰ 'ਤੇ ਜਾ ਕੇ ਆਪਦੀ ਤਾਕਤ ਟੈਨ ਕਰਨੀ ਹੈ, ਤੁਹਾਨੂੰ ਉੱਥੋਂ ਦੇ ਲੋਕਾਂ ਦੇ ਮਤਲਬ ਕਲਚਰ, ਕਸਟਮ, ਟਰੈਡੀਸ਼ਨ ਸਭ ਕੁਝ ਸਮਝਣਾ ਪਊ, ਤਾਂ ਕਿ ਉਹਨਾਂ ਨੂੰ ਸਮਝ ਕੇ ਫਿਰ ਤੁਸੀਂ ਉਹਨਾਂ 'ਤੇ ਰਾਜ ਕਰ ਸਕਦੇ ਹੋ। ਉਹ ਸਮਝਣ ਦੀ ਕੋਸ਼ਿਸ਼ ਕੀਤੀ, ਇੱਥੇ ਆ ਕੇ ਉਹਨਾਂ ਨੇ ਉਹ ਮਤਲਬ ਪੜ੍ਹਿਆ ਵੀ ਧਰਮ ਕਿਹੜਾ। ਮੈਂ ਇਸ ਡਿਟੇਲ 'ਚ ਨਹੀਂ ਜਾਂਦਾ ਕਿਉਂਕਿ ਜਿਹੜੀ ਆਪਣੀ ਸ਼ਹੀਦ ਕਰਤਾਰ ਸਿੰਘ ਸਰਾਭਾ ਵਾਲੀ ਮੇਰੀ ਕਿਤਾਬ ਛੇਤੀ 2 ਮਹੀਨੇ ਤੱਕ ਬਾਤ ਪਾ ਜੂਗੀ,
ਉਹਦੇ 'ਚ ਇੱਕ ਚੈਪਟਰ ਮੈਂ ਜਿਹੜੀ ਆਹ ਗੱਲ ਮੈਂ ਅੱਜ ਕੀਤੀ ਸੀ ਕਿ ਕਰਤਾਰ ਸਿੰਘ ਸਰਾਭਾ ਨੂੰ ਨਹੀਂ ਸਮਝਿਆ ਜਾ ਸਕਦਾ ਜੇ ਤੁਸੀਂ ਇੱਥੇ ਹਿੰਦੁਸਤਾਨ 'ਚ ਨੈਸ਼ਨਲ ਯੂਨੀਵਰਸਿਟੀ ਆਏ ਨੂੰ, ਜਾਂ ਕਿਸੇ ਵੀ ਨਾ ਭਗਤ ਸਿੰਘ ਸਮਝਿਆ ਜਾ ਸਕਦਾ, ਨਾ ਗਾਂਧੀ ਨੂੰ ਸਮਝਿਆ ਜਾ ਸਕਦਾ, ਨਾ ਮੋਦੀ ਨੂੰ ਸਮਝਿਆ ਜਾ ਸਕਦਾ, ਨਾ ਭਾਰਤ। ਇਹ ਇੰਨਾ ਜ਼ਰੂਰੀ ਹੈ ਕਿ ਇਸ ਤੋਂ ਬਿਨਾਂ ਸਾਨੂੰ ਬੰਦਿਆਂ 'ਤੇ ਸਮਝ ਨਹੀਂ ਆਉਂਦੀ। ਸੋ ਉਹਦੇ ਵਿੱਚ ਥੋੜ੍ਹਾ ਜਿਹਾ ਵੱਧ ਡਿਟੇਲ 'ਚ, ਅਤੇ ਬਾਕੀ ਜਿਹਨੂੰ ਹੋਰ ਲੋੜ ਹੈ ਤਾਂ ਬੜਾ ਕੁਛ ਅੱਜ ਕੱਲ੍ਹ ਸਭ ਕੁਛ ਸਾਹਮਣੇ ਆ ਚੁੱਕਿਆ। ਹੰਡੈਲਫੀਅਡ ਯੂਨੀਵਰਸਿਟੀ ਜਿਹੜੀ ਹੈਗੀ ਆ ਅਮਰੀਕਾ ਦੀ, ਉਹਨਾਂ ਨੇ 1994 ਦੇ ਵਿੱਚ ਯੂਨੀਵਰਸਿਟੀ 'ਚ ਇੱਕ ਬਹੁਤ ਵੱਡਾ ਸੈਮੀਨਾਰ ਇਸੇ ਮਸਲੇ 'ਤੇ ਕੀਤਾ ਸੀ ਕਿ ਅੰਗਰੇਜ਼ਾਂ ਨੇ ਭਾਰਤ 'ਚ ਜਾ ਕੇ ਜਿਹੜਾ ਗਿਆਨ ਰਚਿਆ ਉਹਦਾ, ਉਹ ਗਿਆਨ ਕੀ ਸੀ। ਇੱਥੇ ਦੁਨੀਆਂ ਭਰ ਦੇ ਵਿਦਵਾਨਾਂ ਨੇ, ਪ੍ਰੋਫੈਸਰਾਂ ਨੇ ਆਪਦੇ ਆਪਦੇ ਪਰਚੇ ਪੜ੍ਹੇ, ਮੁੜ ਕੇ ਉਹਨਾਂ ਨੇ ਉਹਨੂੰ ਕਿਤਾਬ ਦੇ ਰੂਪ ਛਾਪਤਾ। ਸੋ ਅੱਜ ਕੱਲ੍ਹ ਹੁਣ ਮਤਲਬ ਬੜਾ ਕੁਛ ਅਵੇਲੇਬਲ ਦਾ ਸਾਹਮਣੇ ਆ ਗਿਆ ਸਮਝਣ ਵਾਸਤੇ ਸਾਡੇ। ਸੋ ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਜਦੋਂ ਜਿਹੜਾ ਇਹਨੇ ਹਿੰਦੂ ਮਨੀਟ ਸੀਗਾ, ਇਹਨਾਂ ਨੇ ਇਹ ਗੱਲ ਦੇਖੀ ਕਿ ਇਹ ਸਾਡੇ 'ਤੇ ਕਿਉਂ ਰਾਜ ਕਰ ਰਹੇ, ਇਹਨਾਂ ਕੋਲ ਕਿਹੜੀ ਗੱਲ ਬੰਧੂਗਾ, ਬੰਦੇ ਦੀ ਗਿਣਤੀ ਸਾਡੀ ਜ਼ਿਆਦਾ, ਧਰਮ ਵੀ ਸਾਡਾ ਕਿਤੇ ਪੁਰਾਣਾ, ਸਭ ਕੁਛ ਹੈ, ਅਤੇ ਗੱਲ ਕੀ ਹੈ, ਉਹ ਬਿੱਦਰ ਸਿੰਘ ਹੀ ਕੀ ਹੈ। ਉਹ ਫਿਰ ਉਹਨਾਂ ਨੇ ਇਹ ਬੁੱਝੀ ਕਿ ਇਹ ਹੋਮੋਜੀਨੀਅਸ ਕੌਣ, ਇੱਕ ਰੂਪ ਤ੍ਰਿੜਾ ਮਟਾਤੀਆਂ ਇਹਨਾਂ ਨੇ ਆਪਸ ਵਿੱਚ ਹੌਲੀ ਹੌਲੀ ਤਮਿਲ ਦੇ। ਸੋ ਉਹਦੇ ਵਿੱਚ ਉਹਨਾਂ ਦਾ ਮਤਲਬ ਇਹ ਹੈ, ਉਸ ਤੋਂ ਪਹਿਲਾਂ ਜਿਹੜਾ ਹਿੰਦੂ ਟਰਮ ਵੀ ਕੋਈ ਨਹੀਂ ਸੀ, ਕਿਤੇ ਵੀ ਹਿੰਦੂ ਟਰਮ ਨਹੀਂ ਸੀ ਮਿਲਦੀ ਪੈਂਦਾ। ਅਤੇ ਆਪਾਂ ਸਾਰਿਆਂ ਨੂੰ ਪਤਾ ਕਿ ਇਹ ਤਾਂ ਉਹਨਾਂ ਨੇ ਮੇਨਲੀ ਤਾਂ ਇੰਡਸ ਅਰਬਾਇਆਂ ਨੂੰ ਸ਼ਬਦ ਫੜਿਆ, ਉਹਨਾਂ ਨੂੰ ਜਿਹੜਾ ਹੈਗਾ ਆਪਣਾ ਇੰਡਸ ਨਹੀਂ ਸੀ ਕਹਿਣਾ ਆਉਂਦਾ, ਹਾਹਾ ਬੋਲਦੇ ਸੀ ਉਹ ਹਿੰਦੂ ਕਹਿਣ ਲੱਗ ਗਏ ਅਤੇ ਤੋਂ ਹਿੰਦੂ ਚੱਲ, ਇਹਨਾਂ ਨੇ ਉਹ ਟਰਮ ਪ੍ਰਵਾਨ ਕਰ। ਸੋ ਹਿੰਦੂ ਕੌਣ ਜਾਂ ਇੰਡੀਅਨ ਕੌਣ, ਵੈਸੇ ਇੱਥੇ ਰਹੀ ਅੰਗਰੇਜ਼ਾਂ ਵਾਸਤੇ ਵੀ ਸਮਝਣਾ, ਇਹ ਕਿੱਥੇ ਜੇ ਹੱਦਾਂ ਕਿੱਥੇ ਖਤਮ ਹੁੰਦੀਆਂ, ਕਦੋਂ ਕੌਣ ਬੰਦਾ, ਕੌਣ ਹਿੰਦੂ ਹੈ, ਕੌਣ ਨਹੀਂ ਹਿੰਦੂ, ਕੌਣ ਕੀ ਹੈ, ਇਹ ਸਾਰੇ ਕੁਛ ਨੂੰ ਸਮਝਣ ਦਾ ਯਤਨ ਕੀਤਾ। ਅਤੇ ਬੜੇ ਵੱਡੇ ਵਿਦਵਾਨ ਉਹਨਾਂ ਦੇ ਆਏ, ਉਹ ਆਦ ਵੀ ਜਿਹੜੇ ਇੱਥੇ ਐਡਮਿਨਿਸਟ੍ਰੇਟਰ ਸੀਗੇ ਬਹੁਤ ਹੀ ਵੱਡੇ ਵਿਦਵਾਨ ਸੀ, ਇਕੱਲੇ ਐਡਮਿਨਿਸਟ੍ਰੇਟਰ ਨਹੀਂ ਸੀ। ਅਤੇ ਇਸ ਕਰਕੇ ਉਹਨਾਂ ਨੇ ਮਤਲਬ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਅਤੇ ਉਹਦੇ ਵਿੱਚੋਂ ਸੰਤ ਰੂਪ 'ਚ ਗੱਲ ਇਹ ਹੈ ਕਿ ਉਹਨਾਂ ਨੇ ਹਿੰਦੂ ਇਜਮ ਦੀ ਡੈਫੀਨੇਸ਼ਨ ਦੇ ਬਹੁਤ ਲੰਮੇ ਆ ਮਿਰਚ ਜਾ ਕੇ, ਉਹਨਾਂ ਨੇ ਗੀਤਾ ਜਿਹੜੀ ਹੈ ਉਹ ਵੀ ਟਰਾਂਸਲੇਟ ਕਰਵਾਈ, ਰਮਾਇਣ ਵੀ ਟਰਾਂਸਲੇਟ ਕਰਵਾਈ, ਮਹਾਭਾਰਤ ਵੀ, ਮਨੋ ਸਿੰਵਰਤੀ ਜੋ ਵੀ ਗ੍ਰੰਥ ਸੀਗੇ ਉਹਨਾਂ, ਉਹ ਉਹਨਾਂ ਨੇ ਟਰਾਂਸਲੇਟ। ਸੋ ਇਹਦੇ ਵਿੱਚੋਂ ਇੰਪੋਰਟੈਂਟ ਗੱਲ ਇਹ ਕਿ ਮੇਰੇ ਜਿਹੜੇ ਜਿੰਨੇ ਯੂਰਪ ਦੇ ਲੋਕ ਹਨ, ਜਿਹਨੂੰ ਅਸੀਂ ਓਰੀਐਂਟਲਿਸਟ ਕਹਿੰਦੇ ਹਾਂ ਅਕੈਡਮਿਕਸ ਦੇ ਵਿੱਚ ਟਰਮ ਇਹ ਆਉਂਦੀ ਹੈ, ਜਿਹਦੇ ਯੂਰਪੀਅਨ ਵਿਦਵਾਨ ਪੂਰਬ ਬਾਰੇ ਵਹਿਮ ਆਪਦਾ ਗਿਆਨ ਰਚ ਰਹੇ ਕਿ ਪੂਰਬ ਕੀ ਹੈ ਅਤੇ ਹਿੰਦੁਸਤਾਨ ਕੀ ਹੈ, ਉਹਨੂੰ ਕਹਿੰਦੇ ਨੇ ਓਰੀਐਂਟਲਿਸਟ। ਉਹਨਾਂ ਨੇ ਮਤਲਬ ਇਹ ਸਿੱਟੇ 'ਤੇ ਪਹੁੰਚੇ, ਉਹਨਾਂ ਦੇ ਵਿੱਚ ਇਹ ਗੱਲ ਵੜੀ ਹੈ ਕਿ ਜਿਹੜੀ ਆਰੀਅਨ ਰੇਸ ਹੈ ਇਹ ਮਾਸਟਰ ਰੇਸ ਹੈ, ਇਹ ਦੁਨੀਆਂ 'ਤੇ ਕਿਉਂ ਭਾਵ ਸੀ ਉਹਦੀ ਕੋਈ ਵਿਆਖਿਆ ਦੇਣੀ ਸੀ ਨਾ, ਉਹ ਕਹਿੰਦੇ ਉਹਦੀ ਕੋਈ ਲਿਆਕਤੀ ਹੈ ਨਹੀਂ, ਮਾਸਟਰ ਰੇਸ ਹੈ ਇਹਨੂੰ, ਇਹ ਤਾਂ ਮਤਲਬ ਕੋਈ ਰੱਬੀ ਇਹਦੇ ਉੱਤੇ ਕਿਰਪਾ ਹੈ ਇਸ ਤਰ੍ਹਾਂ, ਬੱਚੇ ਨਾਲ ਉਹ ਸੁਪੀਰੀਅਰ ਹੈ। ਸੋ ਇਹ ਜਿਹੜੀ ਰੇਸ਼ੀਅਲ ਸੁਪਰੀਮੇਸੀ ਇਹ ਇਹਦਾ ਆਧਾਰ ਬਣੀ ਨਹੀਂ, ਬਸਤੀਵਾਦ ਨੂੰ ਉਹ ਮਤਲਬ ਕਿਸੇ ਵੀ ਤਰ੍ਹਾਂ ਜਸਟੀਫਾਈ ਨਹੀਂ ਸੀ ਕਰ ਸਕਦਾ। ਈਸਟ ਇੰਡੀਆ ਕੰਪਨੀ ਦੇ ਕੁਛ ਬੰਦੇ ਚੱਲ ਲੁਟੇਰੇ ਹੋਣਗੇ, ਉਹਨਾਂ ਨੂੰ ਲੁੱਟ ਵੀ ਹੋਊਗੀ, ਜਦੋਂ ਉੱਥੇ ਜਾ ਕੇ ਇੰਗਲੈਂਡ 'ਚ ਖਬਰਾਂ ਪਹੁੰਚਦੀਆਂ ਸੀ ਵੀ ਇੰਨੇ ਲੋਕ ਮਾਰਤੇ ਜੰਗ ਵਿੱਚ, ਉਹ ਜੋ ਜਸ਼ਨ ਮਨਾਉਂਦੇ ਹੁੰਦੇ ਸੀ, ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਇੱਕ ਸਿਵਲਾਈਜੇਸ਼ਨ ਦਾ ਮਿਸ਼ਨ ਅਕੰਪਲਿਸ਼ ਕਰ ਰਹੇ ਹਾਂ।
ਕਿ ਇਹ ਜਿਹੜੇ ਪੂਰਵ ਦੇ ਲੋਕ ਹਨ ਅਣਸਿਖਲਾਈ ਦੇ ਜਹਾਲ ਨੇ ਅਤੇ ਇਹਨਾਂ ਨੂੰ ਅਸੀਂ ਸਭਿਅਤਾ ਦੇ ਰਾਹੇ ਪਾਉਣ। ਜ਼ੁਲਮ ਜਿਹੜਾ ਹੈਗਾ, ਜਿਹੜਾ ਵੱਡਾ ਜ਼ੁਲਮ ਹੈ, ਉਹ ਬਿਨਾਂ ਕਿਸੇ ਆਪਣੇ ਮਨ 'ਚ ਇਹ ਮਿੱਥ ਕੇ ਕਿ ਮੈਂ ਆਪਣੀ ਨੋਬਲ ਮਿਸ਼ਨ ਹੈ ਮੇਰਾ, ਹੈ ਇੱਦੋਂ ਬੜਾ ਜੰਗੀਰ ਉਹਨਾਂ ਭਾਰ ਨਹੀਂ ਚੱਲ ਸਕ ਸਮੂਹ ਤੌਰ 'ਤੇ ਤਾਂ ਬਿਲਕੁਲ ਨਹੀਂ। ਜਦੋਂ ਕੰਮ ਮੈਨੂੰ ਕੁਛ ਲੱਗਣਾ ਚਾਹੀਦਾ ਕਿ ਮੈਂ ਕੁਛ ਬਹੁਤ ਵੱਡਾ ਵਧੀਆ ਕਰਨਾ। ਸੋ ਜੋੜਪਾਲ ਨੂੰ ਲੱਗਦਾ ਸੀ ਕਿ ਅਸੀਂ ਇਹਨਾਂ ਨੂੰ ਸਭਿਅਤਾ ਦੇ ਪਾਠ ਪੜ੍ਹਾਉਣੇ, ਇਹ ਤਾਂ ਜਾਣ ਲੋਕ ਹਨ। ਸੋ ਉਹਦੇ ਵਿੱਚੋਂ ਉਹਨਾਂ ਨੇ ਉਹ ਸਾਰੇ ਜ਼ੁਲਮ ਕੀਤੇ। ਜਦੋਂ ਟੀਪੂ ਸੁਲਤਾਨ ਨੇ ਦਿੱਤੇ ਹੈ ਤਾਂ ਸਾਰੇ ਇੰਗਲੈਂਡ ਦੇ ਵਿੱਚ ਜਸ਼ਨ, ਜਿਵੇਂ ਦੀਵਾਲੀ 'ਤੇ ਹੁੰਦਾ ਇਸ ਤਰ੍ਹਾਂ ਜਸ਼ਨ ਮਨਾਏ ਅਤੇ ਬਹੁਤ ਵੱਡਾ ਕਿਲਾ ਅਸੀਂ ਫਤਿਹ ਕਰ ਲਿਆ ਅੰਤ। ਸੋ ਫਿਰ ਕੀ ਚੱਲਿਆ, 1757 ਦੇ ਵਿੱਚ ਪਲਾਸੀ ਦੀ ਲੜਾਈ ਦੇ ਵਿੱਚ ਸਿਰਾਜ-ਉਦ-ਦੌਲਾ ਨਵਾਬ ਨੂੰ ਬੁਲਾਉਣ ਦੇ ਡਿਫੀਟ ਦਿੱਤੀ। 1757 ਤੋਂ ਲੈ ਕੇ 1857 ਤੱਕ ਇੱਕ ਸਦੀ ਜਿਹੜਾ ਹਿੰਦੂ ਅਲੀਟ ਹੈ ਉਹ ਐਕਟਿਵਲੀ ਕੋਲੈਬਰੇਟ ਕੀਤਾ ਬ੍ਰਿਟਿਸ਼ ਰਾਜ ਦੇ, ਕਿਤੇ ਨਹੀਂ ਲੜਿਆ, ਉਹਦੇ ਮਤਹਿਤ ਉਹ ਕੰਮ ਕਰਦਾ ਰਿਹਾ। ਗਿਆਨ ਦੇ ਖੇਤਰ 'ਚ ਵੀ ਰਲ ਕੇ ਕੰਮ ਕੀਤੇ ਉਹਨਾਂ ਨੇ, ਜੋ ਵੀ ਰਚਨਾ ਹੋਈ ਗਿਆਨ ਦੀ ਉਹਨਾਂ ਨੂੰ ਕੀ ਪਤਾ ਸੀ ਗੀਤਾ ਕੀ ਆ, ਉਹਨਾਂ ਨੇ ਪੰਡਿਤ ਬੁਲਾਏ, ਫਾਟਕਾਂ ਤੋਂ ਪੁੱਛਿਆ। ਸੋ ਉਹ ਜਿਹੜੇ ਸਾਰੇ ਗ੍ਰੰਥ ਉਹਨਾਂ ਨੇ ਜਿਵੇਂ ਇੰਟਰਪ੍ਰੀਟ ਕੀਤੇ, ਤੋ ਹਿੰਦੂਇਜ਼ਮ ਮੇਰਾ ਕਹਿਣ ਤੋਂ ਭਾਵ ਹੈ ਅਤੇ ਹਿੰਦੂਇਜ਼ਮ ਦੀ ਡੈਫੀਨੇਸ਼ਨ ਉਹਨਾਂ ਨੇ ਦੇ ਤੀ ਕਿ ਇਸ ਧਰਤੀ ਦੇ ਖਿੱਤੇ 'ਚ ਜਿਹੜਾ ਉਹਨਾਂ ਦਾ ਬ੍ਰਿਟਿਸ਼ ਇੰਪਾਇਰ ਸੀ, ਜਿਹਨੂੰ ਅੱਜ ਭਾਰਤ ਵਰਸ਼ ਕਹਿੰਦੇ ਆ ਜਾਂ ਕਹਿੰਦੇ ਪੁਰਾਣਾ ਇਹਨਾਂ ਦਾ ਹੈ, ਇਸ 'ਚ ਰਹਿੰਦੇ ਲੋਕ ਹਿੰਦੂ ਧਰਮ ਦੇ ਫਾਦੋ, ਉਹਨਾਂ ਵਿੱਚ ਵੱਖ ਵੱਖ ਵਿਖੇਤੇ ਤਾਂ ਹੈ ਉਹਦੀ ਜੜ ਜਿਹੜੀ ਹੈ ਮੂਲ ਸਾਂਝਾ ਸਾਰਿਆਂ। ਸੋ ਯੂਨਿਟੀ ਪ੍ਰਾਇਮਰੀ ਹੈ, ਡਿਫਰੈਂਸ ਸੈਕੰਡਰੀ ਆ, ਇਹ ਉਹਨਾਂ ਦੀ ਧਾਰਨਾ। ਬਕਾਇਦਾ ਉਹਨਾਂ ਨੇ ਮਤਲਬ ਇਹ ਗੱਲਾਂ ਲਿਖੀਆਂ ਵੀ ਇਸ ਧਰਤੀ 'ਤੇ ਰਹਿਣ ਵਾਲੇ ਲੋਕਾਂ ਦਾ ਧਰਮ ਹਿੰਦੂ ਧਰਮ, ਦੂਜੇ ਧਰਮਾਂ ਨੂੰ ਇਹਨਾਂ ਨੇ ਨਾ ਬੁੱਧ ਧਰਮ ਨੂੰ, ਨਾ ਜੈਨ ਧਰਮ ਨੂੰ, ਨਾ ਸਿੱਖ ਧਰਮ ਜੀ, ਇਹਨਾਂ ਨੂੰ ਸਿਰਫ ਇੱਕ ਜਿਵੇਂ ਠਰਕਿਆਂ ਦੇ ਤੌਰ, ਉਹ ਉਹਨਾਂ ਨੇ ਕ੍ਰਿਸਚੀਅਨਿਟੀ ਦੇ ਵਿੱਚ ਵੀ ਦੇਖਿਆ ਸੀ ਵੀ ਕਿੰਨੇ ਗਾਹ ਫਿਰਕੇ ਹੁੰਦੇ। ਸੋ ਉੱਥੇ ਵੀ ਉਹਨਾਂ ਨੇ ਇਹ ਕੀਤਾ ਕਿ ਉਹ ਸਾਰੇ ਡਿਫਰੈਂਸ ਖਤਮ ਕੀਤੇ ਅਖੀਰ, ਅਤੇ ਕੰਸੋਲੀਡੇਟ ਕਰਨੇ ਇੱਕ ਨੇਸ਼ਨ ਦੇ ਤੌਰ 'ਤੇ ਅਲੱਗ ਅਲੱਗ ਖਿੱਤਿਆਂ ਦੇ ਨੇ। ਸੋ ਜਦੋਂ ਹਿੰਦੂ ਨੂੰ ਇਹ ਪਤਾ ਲੱਗਿਆ ਕਿ ਇਹਨਾਂ ਦੀ ਤਾਕਤ ਦਾ ਰਾਜ ਇਹ ਵੀ ਇਹਨਾਂ ਨੇ ਆਪਣੇ ਆਪ ਨੂੰ ਉਹ ਡਿਫਰੈਂਸ ਤੋਂ ਉੱਪਰ ਉੱਠ ਕੇ ਕੌਮ ਦੇ ਤੌਰ 'ਤੇ ਜਿੱਥੇ ਵੰਡ ਕਰ ਸਿਆ, ਤਾਂ ਉਹਨਾਂ ਦੇ ਅੰਦਰ ਵੀ ਇਹ ਐਸਪੀਰੇਸ਼ਨ, ਇਹ ਸਦਰ, ਇਹ ਤਮੰਨਾ ਜਾਣ ਕਿ ਅਸੀਂ ਵੀ ਆਪਣੇ ਆਪ ਉਸ ਤਰ੍ਹਾਂ ਜਿੱਥੇ। ਸੋ ਹਿੰਦੀ ਵੀ ਇਸ 18ਵੀਂ ਸਦੀ ਦੇ ਵਿੱਚ ਹੀ ਜਾ ਪਈ ਸੀ ਇਹ ਗੱਲ ਉਹਦੇ ਮਨ ਦੇ ਕੇ ਕਿ ਅਸੀਂ ਆਹ ਹਾਸਲ, ਪਰ ਔਖਾ ਬੜਾ ਸੀ। ਹੋਰ ਗੱਲਾਂ ਤਾਂ ਹੋ ਜਾਣ, ਯੂਰਪ ਦੇ ਵਿੱਚ ਜਾਤ ਪਾਤ ਨਹੀਂ ਸੀ ਘੱਟੋ ਘੱਟ, ਅਤੇ ਇਹ ਐਡਾ ਵੱਡਾ ਪਿੰਡਾ ਸੀ ਜਾਂ ਐਡੀ ਵੱਡੀ ਰੁਕਾਵਟ ਸੀ ਜਿਹੜੀ ਸਰ ਕਰਨੀ ਬਹੁਤ ਆ। ਜਿੰਨੇ ਮਰਜ਼ੀ ਸੁਧਾਰ ਕਰਨੇ ਬ੍ਰਾਹਮਣ ਹਿੰਦੂ ਧਰਮ 'ਚ, ਪਰ ਸੁਧਾਰਾਂ ਦੀ ਲਹਿਰ ਚੱਲਦੀ ਨਾ ਜਿਹਨੂੰ ਕਹਿੰਦੇ ਹਿੰਦੂ ਰਿਫੋਰਮ ਮੂਵਮੈਂਟ, ਐਕਚੁਅਲੀ ਉਹ ਹਿੰਦੂ ਰਿਵਾਈਵਲਿਸਟ ਮੂਵਮੈਂਟਸ ਰਿਫੋਰਮ, ਜਿਹੜੇ ਬਹੁਤ ਹੀ ਕੁਰੂਪ ਗੱਲਾਂ ਸੀ ਜਿਹੜੀਆਂ ਜਿਹਦੇ ਮਤਲਬ ਪੱਛਮ ਹੱਸ ਰਿਹਾ ਸੀ, ਉਹ ਉਹਨਾਂ ਨੇ ਉਹ ਤਾਂ ਸਹਿਮਤੀ ਹੋ ਜਿਵੇਂ ਸਤੀ ਹੈ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਜ਼ਿਆਦਾ ਈਵਲਸ ਲੱਗੀਆਂ ਵੀ ਚਲੋ ਇਹ ਖਤਮ ਕਰ। ਸੋ ਐਕਚੁਅਲੀ ਜੋ ਸੁਧਾਰ ਕਹਿੰਦੇ ਉਹ ਹਿੰਦੂ ਧਰਮ ਦੀ ਕੰਸੋਲੀਡੇਸ਼ਨ ਹੋ ਰਹੀ,
ਡੋਮੀਨੇਸ਼ਨ ਆਫ ਪ੍ਰਕਾਸ਼ ਦੀ ਬ੍ਰਾਹਮਣ ਦੀ ਵੀ ਉਹ ਸਾਰੇ ਲੋਕ ਹੀ ਉਸ ਬੁੱਕਲ ਦੇ ਵਿੱਚ ਉਸ ਘੇਰੇ 'ਚ ਆ ਜਾਣ, ਪਰ ਉੱਥੇ ਹੈਜਮਨੀ ਸੁਪਰੀਮੇਸੀ ਜਿਹੜੀ ਉਹ ਬ੍ਰਾਹਮਣ ਦੀ, ਉਹ ਬਰਾਬਰੀ ਦੇ ਆਧਾਰ 'ਤੇ ਨਹੀਂ ਹੋ ਰਹੀ, ਇੱਕ ਹੈਰਾਰਕੀਕਲ ਕਿਹਦਾ ਦਰਜਾ ਕਿੱਥੇ। ਸੋ ਇਹ ਇੱਕ ਪ੍ਰੋਸੈਸ ਚੱਲ ਰਿਹਾ। ਸੋ ਹਿੰਦੂ ਰੀਟ ਦੇ ਮਨ 'ਚ ਰਾਸ਼ਟਰਵਾਦ ਦਾ, ਨੈਸ਼ਨਲਿਜ਼ਮ ਦਾ ਜਿਹੜਾ ਦਿਨ 'ਤੇ ਪੁੰਗ ਰਿਹਾ, ਉਹਦੇ 'ਚ ਉਹਨਾਂ ਨੇ ਏਜੰਡਾ ਮਿਥਿਆ ਕਿ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ, ਮੁਸਲਮਾਨਾਂ ਨੂੰ ਪਾਸੇ ਕੱਢ ਦਿਓ, ਕਿਉਂਕਿ ਉਹਨਾਂ ਨੇ ਡਿਫਾਈਨ ਇਹ ਕਰਤਾ ਕਿ ਇਸ ਧਰਤੀ 'ਤੇ ਜਿਹੜਾ ਧਰਮ ਪੈਦਾ ਹੋਇਆ ਉਹ ਹਿੰਦੂ ਧਰਮ ਲਈ ਹਿੱਸਾ, ਜਿਹੜੇ ਬਾਹਰੋਂ ਆਏ ਨੇ ਕ੍ਰਿਸਚੀਅਨਿਟੀ ਅਤੇ ਇਸਲਾਮ ਉਹ ਸਾਡੇ ਬਾਹਰ ਨੇ। ਅਦਰ ਅਦਰ ਡਿਫਾਈਨ ਕਰਤਾ ਨੈਸ਼ਨਲਿਜ਼ਮ ਵਾਸਤੇ ਕਿਤੇ ਵੀ ਹੈ ਕਿ ਅਸਲੀ ਅਤੇ ਉਹ, ਕਿਉਂਕਿ ਬਿਨਾਂ ਨੈਗੇਟਿਵਿਟੀ ਤੋਂ, ਬਿਨਾਂ ਟਾਰਗੇਟ ਕੀਤੇ, ਬਿਨਾਂ ਦੁਸ਼ਮਣ ਤੋਂ ਤੁਸੀਂ ਆਪਣੇ ਆਪ ਨੂੰ ਕੰਸਲਟੇਟ ਵੀ ਅਸੀਂ ਕੌਣ ਆ ਇਹ ਡਿਫਾਈਨ ਕਰ ਲਿਆ, ਅਤੇ ਅਸੀਂ ਕੌਣ ਨਹੀਂ ਉਹ ਡਿਸਾਈਡ ਕਰਨ। ਉਸ ਹਿਸਾਬ ਨਾਲ ਉਹਨਾਂ ਨੇ ਆਪਣੇ ਆਪ ਨੂੰ ਪੱਕੇ ਪਏ ਕੀਤਾ, ਕੰਸੋਲੀਡੇਟ। ਸੋ ਇਸ ਤਰ੍ਹਾਂ ਹਿੰਦੂ ਨੇ ਇਹ ਕਰ ਲਏ ਕਿ ਅਸੀਂ ਇਸ ਧਰਤੀ 'ਤੇ ਪੈਦਾ ਹੋਏ ਸਾਰੇ ਧਰਮਾਂ ਦੇ ਲੋਕਾਂ ਨੂੰ ਹਿੰਦੂ ਇਜ਼ਮ ਦੇ ਝੰਡੇ ਹੇਠ ਇਕਮੁੱਠ ਕਰਨਾ, ਅਤੇ ਜਿਹੜੇ ਵਿਦੇਸ਼ੀ ਨੂੰ ਉਹਨਾਂ ਨੂੰ ਅਸੀਂ ਢਾਡ। ਸੋ ਹਿੰਦੁਸਤਾਨ ਦਾ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਹੈ, ਇਹਦੇ DNA 'ਚ ਐਂਟੀ ਮੁਸਲਿਮ ਹੈ ਜੀ, ਦੀ ਆਦਰ ਇਹ ਉਹਦੇ ਵਾਸਤੇ ਆਦਰ ਸੀਗਾ ਮੁੜ ਤੁਰ। ਇਸ ਕਰਕੇ ਉਹ ਇੱਕ ਸਦੀ ਪੂਰੀ ਜਿਹੜਾ ਹਿੰਦੂ ਹੈ ਉਹ ਅੰਗਰੇਜ਼ਾਂ ਦੇ ਖਿਲਾਫ ਨਹੀਂ ਲੜਿਆ, ਉਹ ਸ਼ੁਕਰਗੁਜ਼ਾਰ ਹੋਇਆ ਕਿ ਸਾਨੂੰ ਮੁਗਲ ਰਾਜ ਤੋਂ ਸਾਡਾ ਛੁਟਕਾਰਾ ਹੋਇਆ। ਦੂਜੀ ਗੱਲ, ਨੈਸ਼ਨਲਿਜ਼ਮ ਦੇ ਵਾਰ ਵਾਸਤੇ ਇਹ ਜ਼ਰੂਰੀ ਹੈ ਕਿ ਤੁਹਾਨੂੰ ਸੱਚੀ ਇਹ ਦੱਸੇ ਕਿ ਅਸੀਂ ਸਭ ਨਾਲੋਂ ਬਿਹਤਰ, ਸਾਡਾ ਇਤਿਹਾਸ ਬਹੁਤ ਤਕੜਾ, ਸਾਡਾ ਸਿਧਾਂਤ, ਸਾਡਾ ਧਰਮ, ਸਾਡੀ ਵਿਚਾਰਧਾਰਾ, ਸਾਡੀਆਂ ਪਰੰਪਰਾਵਾਂ, ਸਾਡਾ ਕਿਰਦਾਰ। ਜੇ ਇਹ ਰਿਲੀਜਨ ਪੈਦਾ ਨਹੀਂ ਹੁੰਦਾ ਤਾਂ ਤੁਹਾਡਾ ਕੋਈ ਦਾਅਵਾ ਹੀ ਨਹੀਂ ਬਣ, ਤੁਸੀਂ ਜਜ਼ਬਾ ਨਹੀਂ ਉਭਾਰ ਸਕ। ਸੋ ਨੈਸ਼ਨਲਿਜ਼ਮ ਅਤੇ ਝੂਠ ਇਹਨਾਂ ਨੂੰ ਨਖੇੜਿਆ ਨਹੀਂ ਜਾ ਸਕਦਾ, ਕਿਉਂਕਿ ਸੰਜਣਾ ਪਊਗਾ ਕੁਛ ਨਾ ਕੁਛ। ਸੋ ਹਿੰਦੂਆਂ ਨੇ ਫਿਰ ਕੀ ਕੀਤੀ, ਜਿਹੜੇ ਹਿੰਦੂ ਵਿਦਵਾਨ ਸੀ, ਐਨਲਾਈਟਨਡ ਮਾਈਂਡ ਜਿਹੜੇ ਹਿੰਦੂ, ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੀ ਜੋ ਅੱਜ ਦੀ ਦਸ਼ਾ ਹੈ ਉਹਨੂੰ ਦੇਣ ਕੇ ਤਾਂ ਪੱਛਮ ਵਾਲੇ ਆਸਰ ਹੈ, ਇੰਨਾ ਕੁਛ ਨਿਬਰ ਗਿਆ ਸਾਰਾ ਕੁਛ, ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਧਰਮ ਦਾ ਵੀ ਕੀ ਬਣ ਗਿਆ ਸੀ, ਸਮਾਜ ਦਾ ਵੀ ਕੀ ਬਣ ਗਿਆ ਸੀ, ਕਿਹੜੀ ਕੁਰੀਤੀ ਸੀ ਜਿਹੜੀ ਉਦੋਂ ਨਹੀਂ ਆਈ ਸੀ, ਭਾਵੇਂ ਪੁਜਾਰੀਆਂ ਤੋਂ ਲੈ ਕੇ ਹਰ ਕਿਸਮ ਜ਼ਿੰਦਗੀ ਦੇ ਹਰ ਖੇਤਰ। ਸੋ ਇਹਦੀ ਕੋਈ ਵਿਆਖਿਆ ਚਾਹੀਦੀ ਸੀ ਉਹਨਾਂ, ਇਹ ਕਿਉਂ ਹੋ ਗਿਆ, ਇਹਦੀ ਵਿਆਖਿਆ ਫਿਰ ਉਹਨਾਂ ਨੇ ਕਰ ਕਿ ਵੇਦਾਂ ਅਤੇ ਉਪਨਿਸ਼ਦਾਂ ਦੇ ਜ਼ਮਾਨੇ 'ਚ ਹਿੰਦੂ ਧਰਮ ਬਹੁਤ ਹੀ ਮਹਾਨ, ਪਿਓਰ ਅਤੇ ਗੌਰਵਸ਼ਾਲੀ ਸੀ। ਫਿਰ ਬਾਹਰੋਂ ਹਮਲੇ ਸ਼ੁਰੂ ਹੋ ਗਏ ਮਲੇਸ਼ਾ, ਉਹਨਾਂ ਨੇ ਸਾਨੂੰ ਆ ਕੇ ਇਹ ਸਾਰੀ ਜਿਹੜੀ ਸਾਡੀ ਸ਼ਾਨ ਸੀਗੀ ਉਹ ਸਾਰੀ ਲੋੜ। ਸੋ ਹੁਣ ਜੋ ਵੀ ਕੁਰੀਤੀਆਂ ਆਈਆਂ ਉਹ ਸਾਡੀਆਂ, ਉਹ ਵੇਦਾਂ ਥੋੜ੍ਹੀਆਂ, ਉਹ ਬਾਹਰਲੇ ਪ੍ਰਭਾਵਾਂ 'ਚੋਂ ਆਏ। ਸੋ ਉਹਨਾਂ ਨੇ ਉਹਦੀ ਇੱਕ ਵਿਆਖਿਆ ਕੱਢ, ਸੋ ਵਿਆਖਿਆ ਕੱਢ ਲਈ ਤਾਂ ਨਾਲ ਹੀ ਸੁਪਨਾ ਕਿ ਉਹੀ ਬਲੋਰੀ ਫਿਰ ਸਥਾਪਿਤ ਕਰ ਲਈ, ਉਹ ਸੁਨਹਿਰੀ ਯੁੱਗ, ਹਰ ਕੌਮ ਨੂੰ ਇੱਕ ਆਪਦਾ ਸੁਨਹਿਰੀ ਯੁੱਗ ਚਾਹੀਦਾ, ਸੁਪਨਾ ਵੀ ਉਹ ਦੁਆਰਾ ਹਾਸਲ ਕਰਨਾ, ਤਾਂ ਹੀ ਉਹਦੇ ਵਿੱਚ ਉਹ ਗਮ ਜਾ ਸਕਣ, ਜੇ ਸੱਚਾ ਨਹੀਂ ਤਾਂ ਝੂਠਾ ਕੱਟ ਲਓ।
ਸੋ ਉਹਨਾਂ ਨੇ ਕਰ ਲਿਆ ਕਿ ਅਸੀਂ ਉਹ ਬੇਦਾਂ ਵਾਲੀ ਜਿਹੜੀ ਹੈਗੀ ਹੈ ਉਪਨਿਸ਼ਦਾਂ ਦੇ ਉਹ ਸੁਨਹਿਰੀ ਯੁੱਗ ਉਹ ਸੁਬਲਾਈਨ ਸਪਿਰਚੁਐਲਿਟੀ ਉਹ ਅਸੀਂ ਮੁੜ ਕੇ ਇੱਥੇ ਹਾਸਲ ਕਰ ਰਹੇ ਹਾਂ, ਫਿਰ ਇਹ ਦੁਨੀਆ ਦੀ ਇੱਕ ਤਾਕ ਅਜਿੱਤ ਭਾਰਤ ਬਣ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਅੱਜ ਦੇ ਅੱਜ ਦੀ ਜੋ ਇੰਡੀਅਨ ਸਟੇਟ ਕਰ ਰਹੀ ਹੈ, ਜੋ ਕੁਛ ਸਾਡੇ ਨਾਲ ਹੋ ਰਿਹਾ, ਜੋ ਅਜੇ ਹੋਣਾ, ਕਿਉਂਕਿ ਜਦੋਂ ਕਿਸੇ ਵਰਗ ਦੇ ਵਿੱਚ ਇਹ ਅਰਜ਼ ਜਾਗ ਪਏ ਨਾ ਕਿ ਮੈਂ ਦੁਨੀਆ ਪੱਧਰ ਦੀ ਤਾਕਤ ਬਣੂੰ, ਉਹ ਅਸੀਂ ਦੇਖਿਆ ਅਮਰੀਕਾ ਅਤੇ ਰੂਸ ਨੇ ਕੀ ਕੀਤਾ, ਹਿਟਲਰ ਨੇ ਕੀ ਕੀਤਾ। ਸਿਕੰਦਰ ਤਾਂ ਵਿਅਕਤੀ ਸੀ, ਜੇ ਆਪਾਂ ਬਾਅਦ 'ਚ ਗੱਲ ਕਰਾਂਗੇ, ਜਿਹੜੀ ਮਾਡਰਨ ਸਟੇਟ ਹੈ ਉਹਦੇ 'ਚ ਕਪੈਸਿਟੀ ਕਿੰਨੀ ਆ ਜਾਂਦੀ ਹੈ ਕੁਛ ਕਰਨ ਦੀ, ਵਿਅਕਤੀ ਤੋਂ ਬਾਹਲਾ ਕੁਛ ਨਹੀਂ, ਉਹਦੇ ਅੰਦਰ ਜਿੰਨੀਆਂ ਮਰਜ਼ੀ ਖਰਚਾ ਜਾਗ ਪੈ, ਉਹਦੀ ਇੱਕ ਲਿਮੀਟੇਸ਼ਨ ਹੁੰਦੀ ਹੈ ਕੀ ਕਰ ਦੂਗਾ, ਉਹਦੇ ਕੋਲ ਉਹ ਮਸ਼ੀਨ ਨਹੀਂ ਹੁੰਦੀ। ਹੁਣ ਤਾਂ ਇੱਕ ਪਰਫੈਕਟ ਮਸ਼ੀਨ ਸਿਰਜਲੀ ਇਹਨਾਂ ਨੇ 300 ਸਾਲਾਂ ਦੇ, ਜਿਹਨੂੰ ਮਾਡਰਨ ਸਟੇਟ ਕਹਿੰਦੇ। ਸੋ ਉਹਦੇ ਨਾਲ ਜਿਹੜੀ ਇਹਦੀ ਵਿਨਾਸ਼ਕਾਰੀ ਸਮਰੱਥਾ ਸਟੇਟ ਦੀ, ਉਹ ਫਿਰ ਵਿਅਕਤੀ ਦਾ ਸੁਪਨਾ ਨਹੀਂ ਰਹਿੰਦਾ, ਇੱਕ ਵਰਗ ਦਾ ਸੁਪਨਾ ਬਣ ਜਾਂਦਾ, ਅਤੇ ਉਹਦੀ ਵਿਅਕਤੀਆਂ ਦੇ ਸਫਾਏ ਵੀ ਉਹਦੇ ਵਰਗਾਂ ਦੇ ਸਫਾਏ ਹੋਣ। ਸੋ ਇਹ ਗੱਲ ਜਿਹੜੀ ਸੀਗੀ ਉਹਨਾਂ ਦੀ ਕਿ ਉਹ ਸੁਨਹਿਰੀ ਯੁੱਗ ਦੇ ਕੇ ਆਉਣਾ, ਇਹ ਰਾਜਾ ਰਾਮ ਮੋਹਨ ਰਾਏ ਤੋਂ ਸ਼ੁਰੂ ਹੋਈ, ਬਰਮਿਥਾਨੰਦ, ਅਰਵਿੰਦੋ ਘੋਸ਼, ਫਿਰ ਤਾਂ ਉਹਦੀ ਇੱਕ ਗਲੈਕਸੀ ਹੈ, ਇੱਡੇ ਜਹੀਰ ਦਿਮਾਗ ਹਿੰਦੂ ਦੇ ਜਿਨ੍ਹਾਂ ਨੇ ਫਿਰ ਇੱਥੇ ਕਾ ਕੇ, ਅਤੇ ਇਹਦੇ ਵਿੱਚ ਉਹਨਾਂ ਨੇ ਬੜਾ ਸਹਿਤ ਵੀ ਰਹਿ, ਅਤੇ ਇਹਦੇ 'ਚੋਂ ਸਭ ਤੋਂ ਜਿਹੜਾ ਮਹੱਤਵਪੂਰਨ ਜਿਹਨੇ ਫਰਕ ਪਾਇਆ ਉਹ ਸੀ ਬੈਂਕਮ ਚੰਦਰ ਚਟੋਪਾਧਿਆ ਦਾ ਨਾਵਲ ਆਨੰਦ ਮਠ, ਜਿਹੜਾ ਪੋਲੀਟੀਕਲ ਡਾਕੂਮੈਂਟ ਬਣ ਗਿਆ ਫਿਰ ਹਿੰਦੂ ਨੈਸ਼ਨਲਿਜ਼ਮ ਵਾਸਤੇ। ਇਹ ਉਹਨੇ 19ਵੀਂ ਸਦੀ ਦੇ ਵਿੱਚ ਨਾਵਲ ਲਿਖਿਆ ਸੀਗਾ ਹੱਦ ਜਿਹੇ 'ਚ। ਉਸ ਨਾਵਲ ਦੇ ਵਿੱਚ ਇਹ ਸੀ ਕਿਉਂਕਿ ਹਿੰਦੂ ਦੇ ਵਿੱਚ ਜਿਹੜੀ ਇਹ ਗੱਲ ਆਈ, ਇਹ ਤਾਂ ਉਹਨਾਂ ਨੇ ਕਹਿਤਾ ਕਿ ਜਿਹੜੇ ਬਾਹਰ ਦੇ ਹਮਲੇ ਹੋਏ ਉਹਨੇ ਸਾਡੀ ਜਿਹੜੀ ਸਾਰੀ ਸੀਗੀ ਚਰਿੱਤਰ ਅਤੇ ਸ਼ਾਨ ਉਹ ਗੁਆਤੀ, ਪਰ ਅਗਲਾ ਕਹਿੰਦਾ ਵੀ ਤੁਸੀਂ ਕਿੰਨੇ ਉਹ ਕਿੰਨੇ ਕੁ ਸੀਗੇ, ਇਹ ਵੀ ਕਿਵੇਂ ਹੋ ਗਿਆ, ਤੁਹਾਡੀ ਗਿਣਤੀ ਤਾਂ ਉਹਨਾਂ ਨੂੰ ਹਮਲਾਵਰਾਂ ਨਾਲੋਂ ਕਿੰਨੇ ਗੁਣਾ ਵੱਧ ਸੀਗੀ, ਤੁਸੀਂ ਰਜਿਸਟੈਂਸ ਕਿਉਂ ਨਹੀਂ ਦੇ ਸਕੇ। ਇਹਦੇ ਵਿੱਚੋਂ ਉਹਨਾਂ ਨੇ ਇਹ ਆਧਾਰ ਸਰ ਦਿੱਤਾ ਕਿ ਜਿਹੜਾ ਹਿੰਦੂ ਹੈ ਉਹ ਸਪਿਰਚੁਅਲੀ ਬਹੁਤ ਸੁਪੀਰੀਅਰ ਹੈ ਫਿਜੀਕਲੀ ਬਹੁਤ ਵੀ, ਅਤੇ ਜਿਹੜਾ ਮੁਸਲਮਾਨ ਹੈ ਉਹ ਸਪਿਰਚੁਅਲੀ ਬੰਕਰਪਟ ਹੈ, ਬਿਲਕੁਲ ਜਹਾਲ ਹੈ, ਜਾਂਗਲੀ ਹੈ, ਵੈਸ਼ੀ ਹੈ, ਪਰ ਫਿਜੀਕਲੀ ਤਕੜਾ ਬਹੁਤ। ਆ ਫਿਜੀਕਲ ਮਾਈਟ ਨਾਲ ਉਹਨੇ ਸਾਨੂੰ ਕਰ, ਸੋ ਉਹਦੇ ਵਿੱਚ ਉਹਨਾਂ ਨਾਲ ਜਸਮੀਨਤਾ ਦਾ ਜਿਹੜਾ ਪ੍ਰਭਾਵ ਸੀਗਾ ਉਹ ਜਿੰਨਾ ਚਿਰ ਨਹੀਂ ਨਿਕਲਦਾ ਹਿੰਦੂ ਦੇ ਵਣ 'ਚੋਂ, ਦਿਸ ਐਂਡ ਦਿਸ ਮੁਸਲਮਾਨ ਦੇ ਫਸਾਨ, ਕਿ ਜੇ ਹੀਨਤਾ ਦਾ ਪ੍ਰਭਾਵ ਕੱਢਿਆ ਜਾਵੇ। ਹੀਨਤਾ ਦਾ ਪ੍ਰਭਾਵ ਕੱਢਣ ਵਾਸਤੇ ਮਿਲਟਰਾਈਜੇਸ਼ਨ, ਸੈਨਿਕ ਵਾਰਤਾ ਦਿਆ, ਸੋ ਇੱਥੋਂ ਗੱਲ ਸ਼ੁਰੂ ਹੋਈ, ਬਕਾਇਦਾ ਬੰਗਾਲ ਤੋਂ ਸ਼ੁਰੂ ਹੋਈ, ਉੱਥੇ ਇਹ ਬੈਂਕਿੰਗ ਚੰਦਰ ਚਟੋਪਾਧਿਆ ਦੇ ਨਾਵਲ ਨੇ ਫਰਕ ਪਾਇਆ। ਉਸ ਨਾਵਲ ਉਹ ਨਾਵਲ ਕੀ ਇੱਕ ਕਲਪਨਾ ਕਹਾਣੀ ਹੈ ਵੀ 18ਵੀਂ ਸਦੀ ਦੇ ਵਿੱਚ ਜਿਹੜੇ ਹਿੰਦੂ ਹੈ ਸਨੈਸੀ ਉਹ ਨਵਾਬ ਦੇ ਖਿਲਾਫ ਲੜਦੇ ਆ, ਮੁਗਲ ਨਵਾਬ ਦੇ ਖਿਲਾਫ ਲੜ ਕੇ ਜਿੱਤ ਪ੍ਰਾਪਤ ਕਰਦੇ, ਜਿੱਤ ਪ੍ਰਾਪਤ ਕਰਦੇ ਅਤੇ ਉਹਨਾਂ ਦੇ ਘਰਾਂ ਨੂੰ ਮੁਸਲਮਾਨਾਂ ਦੇ ਪੱਗਾਂ ਲਾਉਂਦੇ। ਉਦੋਂ ਉਹ ਬੰਦੇ ਮਾਤਰਮ ਦਾ ਗੀਤ ਗਾਉਂਦੇ, ਬੰਦੇ ਮਾਤਰਮ ਬਿਲਕੁਲ ਚੰਦਰ ਚਟੋਪਾਧਿਆ ਨੇ ਗੀਤ ਲਿਖਿਆ ਸੀ ਇਹ ਨਾਵਲ ਤੋਂ ਪਹਿਲਾਂ। ਇਸ ਨਾਵਲ 'ਚ ਉਹਨੇ ਉਹ ਫਿੱਟ ਕਰਤਾ ਥਾਂ ਥਾਂ ਜਿਹੜੀਆਂ ਭੀੜਾਂ ਲਜਿੰਦੂ ਕਾਤਲ ਭੀੜਾਂ
ਉਹ ਬੰਦੇ ਮਾਤਰਮ ਦੇ ਜਕਾਰੇ ਛੱਡਦੀਆਂ, ਉਹ ਇਹ ਸਾਰਾ ਕੁਛ ਕਰ। ਸੋ ਬੰਦੇ ਮਾਤਰਮ ਕੀ ਬਣਿਆ? ਫਿਰ ਉਹਦਾ ਇੱਕ ਇਹ ਵਾਰ ਜਿਵੇਂ ਸਾਡੇ ਵਾਸਤੇ ਬੋਲੇ ਸੋਹਣਿਆ, ਉਹ ਉਹਨਾਂ ਵਾਸਤੇ ਉਸ ਤਰ੍ਹਾਂ ਦਾ ਬਣ ਗਿਆ ਜਿੱਥੇ ਦਾ ਜਜ਼ਬਾ ਉਭਾਰਦਾ ਅਤੇ ਨਾਲ ਨਫ਼ਰਤ ਵੀ। ਸਾਡਾ ਜਿਹੜਾ ਮਹਾਰਾਜ ਸਾਡਾ ਜਿਹੜਾ ਵਾਰ ਕਰਾਈ ਹੈ ਜਿਵੇਂ ਜੰਗੀ ਸੁਨਾਰਾ ਕਹਿੰਦੇ ਹਾਂ, ਉਹ ਨਫ਼ਰਤ ਨਹੀਂ ਕਿਤੇ ਪੈਦਾ ਪਏ ਕਿ ਕਿਹਦੇ ਖਿਲਾਫ਼, ਇਹਦੇ 'ਚ ਤਾਂ ਨਫ਼ਰਤ ਗੁੰਨੀ ਪਈ ਆ ਬੰਦੇ ਮਾਤਰ। ਸੋ ਨੈਸ਼ਨਲਿਜ਼ਮ ਵਾਸਤੇ ਬਹੁਤ ਜ਼ਰੂਰੀ ਹੈ ਸਿੰਬਲਸ ਕੁਛ, ਅਤੇ ਕੁਛ ਵਿਅਕਤੀ ਆਈਕੋਨਸ ਜਿਹੜੇ ਹੀਰੋ ਹੈ, ਉਹ ਉਹਨਾਂ ਤੋਂ ਬਿਨਾਂ ਇਹਦੇ ਗੱਲ ਕਿਤੇ ਵੀ ਸੰਭਵ ਨਹੀਂ। ਸੋ ਬੰਦੇ ਮਾਤਰ ਆ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਸੀ ਕਿਸੇ ਨੂੰ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ ਆ, ਬੰਦੇ ਮਾਤਰਮ, ਭਾਰਤ ਮਾਤਾ ਅਤੇ ਤਿਰੰਗਾ, ਇਹ ਤਿੰਨਾਂ ਨੇ ਜਿਹੜੇ ਮਤਲਬ ਬਕਾਇਦਾ ਹਥਿਆਰ ਅਤੇ ਪਰਮਾਣੂ ਹਥਿਆਰਾਂ ਕੋਲ ਸੈਟ ਨਹੀਂ ਬੌਧਕ ਖੇਤਰ, ਅਤੇ ਉੱਥੇ ਜਦੋਂ ਕਿਰਲ ਬੇਦੀ ਬਾਰ ਬਾਰ ਉਹ ਲਹਿਰਾਉਂਦੀ ਆ ਜਾਂ ਬੰਦੇ ਮਾਤਰਮ ਸਾਰਾ ਦੇਸ਼ ਬੋਲ ਰਿਹਾ, ਅਤੇ ਕਿੰਨੇ ਸਿੱਖ ਉੱਠ ਕੇ ਉਵੇਂ ਮੋਮਬੱਤੀਆਂ ਪੜ੍ਹ ਕੇ, ਕੋਈ ਜਲੰਧਰ, ਕੋਈ ਲੁਧਿਆਣੇ, ਕੋਈ ਚੰਡੀਗੜ੍ਹ, ਉਵੇਂ ਬੰਦੇ ਮਾਤਰਮ ਕਰਦੇ ਕਰਦੇ ਮਲ ਤੁਰ ਗਏ। ਸੋ ਇਹ ਉਹਨਾਂ ਦਾ ਸੀ। ਦੂਜੀ ਗੱਲ ਭਾਰਤ ਮਾਤ ਜਿਹੜਾ ਇਹ ਕਿ ਤੁਹਾਡੀ ਨੈਸ਼ਨਲਿਜ਼ਮ ਦਾ ਜਜ਼ਬਾ ਉਭਾਰਨ ਵਾਸਤੇ ਕੁਛ ਜਿਹੜੀ ਹੈਗੀ ਹੈ ਫੈਂਸੀਜ਼ ਕਲਪਨਾ ਦੇ ਵਿੱਚ ਤੁਹਾਡੇ ਗੱਲ ਹੋਵੇ, ਉਹ ਲਿਦੁਆ ਨੇ ਇਹ ਲਿਆਂਦੀ ਕਿ ਜਿਹੜਾ ਉਹਨਾਂ ਦਾ ਸੀ ਇਹਨਾਂ ਸਮਥਿੰਗ ਮਦਰ, ਜਿਹੜੀ ਮਦਰ ਗੋਡੈਸ, ਜਿਹੜਾ ਹਿੰਦੁਸਤਾਨ ਹੈ, ਭਾਰਤ ਹੈ, ਇਹ ਮਾਤਾ ਹੈ, ਕਿਉਂਕਿ ਉਹਨਾਂ ਦੇ ਦੇਵੀ ਪੂਜਨ ਦੀ ਪਰੰਪਰਾ ਤਾਂ ਪਹਿਲਾਂ ਹੀ ਪਈ ਹੈ। ਸੋ ਇਹਨੂੰ ਮੈਟਰਨਿਟੀ ਨਾਲ ਜੋੜਤਾ ਲੈਂਡ ਨੂੰ, ਅਤੇ ਉਹਦੇ ਵਿੱਚੋਂ ਭਾਰਤ ਮਾਤਾ ਦਾ ਆਇਆ। ਭਾਰਤ ਮਾਤਾ ਸਫਰੇ, ਉਹ ਫਿਰ ਉਹਦੇ ਉਹ ਆ ਗਈਆਂ ਮਤਲਬ ਜਿਹੜੇ ਆਪਣੇ ਮੋਟਿਵਸ, ਅਤੇ ਜਜ਼ੀਰਾ ਵਿੱਚ ਜਾਕੜੀ ਹੋਈ ਹੈ, ਲਹੂ ਚੋ ਰਿਹਾ, ਉਹ ਸਾਰਾ ਕੁਛ ਕਰਨ ਬਾਅਦ। ਸੋ ਇਹ ਮੁਸਲਮਾਨ ਨੇ ਕਿਸੇ ਨੇ ਗੰਨਾ ਪ੍ਰਵਾਨ ਨਹੀਂ, ਕਿਉਂਕਿ ਉਹਨਾਂ ਦੇ ਧਰਮ ਦੇ ਵਿੱਚ ਉਹਨਾਂ ਨੂੰ ਇੰਨੀ ਚੇਤਨਤਾ ਸੀ ਕਿ ਧਰਤੀ ਦੇ ਕਿਸੇ ਟੁਕੜੇ ਨੂੰ ਪੂਜਣਾ, ਅਬਰ ਤਾਲਾ ਤੋਂ ਬਿਨਾਂ ਕਿਸੇ ਨੂੰ ਵੀ ਪੂਜਣਾ, ਵਿਧ ਗੁ ਬਜਾਇਸ਼ੀ ਦੇ ਆਰ ਸੋ ਕਲੀਅਰ ਇਸ ਡਿਟਰਮਿਨਡ। ਸਾਡੀ ਜਿਹੜੀ ਚੇਤਨਾ ਉਹ ਬਹੁਤ ਚਿਰ ਪਹਿਲਾਂ ਹੌਲੀ ਹੌਲੀ ਇਰੋਟ ਹੋਣੀ ਜਾਂ ਕਰੰਪਟ ਹੋਣੀ ਸ਼ੁਰੂ ਹੋ, ਫੋਰ ਸਾਰਿਆਂ ਫੋਰ ਵੀ ਜਿੱਥੇ ਔਖਾ ਹੋ ਗਿਆ ਸੀ ਵੀ ਹਿੰਦੂ ਕੌਣ ਅਤੇ ਸਿੱਖ ਕੌਣ, ਸਭ ਕੁਛ ਇੰਨਾ ਰਲ ਗੁੜ ਪਹਿਲਾਂ ਹੀ ਹੋ ਗਿਆ ਸੀ। ਇਸ ਕਰਕੇ ਸਿੱਖ ਨੇ ਬਿਨਾਂ ਕਿਸੇ ਵਿਰੋਧ ਤੋਂ ਇਹ ਸਾਰੀਆਂ ਗੱਲਾਂ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਮੌਜ ਨਾਲ ਪ੍ਰਵਾਨ ਤੇ ਸਿੰਘ ਸਭਾ ਲਹਿਰ ਚੱਲੀ, ਬਹਿਸ ਹੋਈ, ਉਹ ਬਹਿਸ ਧਾਰਮਿਕ ਖੇਤਰ ਤੱਕ ਜਿੱਥੋਂ ਤੱਕ ਰਹੀ ਉੱਥੇ ਤਾਂ ਠੀਕ ਰਿਹਾ, ਧਾਰਮਿਕ ਖੇਤਰ 'ਚ ਸਿੱਖਾਂ ਨੇ ਇੰਨੀ ਕੁ ਗੱਲ 'ਤੇ ਪਹਿਰਾ ਦਿੱਤਾ ਕਿ ਅਸੀਂ ਹਿੰਦੂ ਨਹੀਂ। ਜਦੋਂ ਕੋਈ ਧਾਰਮਿਕ ਤੌਰ 'ਤੇ ਕਹਿੰਦਾ ਵੀ ਸਿੱਖ ਜਿਹੜਾ ਹਿੰਦੂ ਧਰਮ ਦਾ ਅੰਗ ਹੈ, ਇਹ ਸਿੰਘ ਸਭਾ ਨੇ ਸਟੈਬਲਿਸ਼ ਕਰਤਾ ਬੜਾ ਦਲੀਨ ਦੇ ਨਾਲ, ਬੜਾ ਕੰਮ ਹੋਇਆ ਉਸ ਮੌਕੇ 'ਤੇ। ਯਾਨੀ ਜੀ ਨੂੰ ਪਤਾ ਕਿੰਨੇ ਟਰੈਕਟ ਛਪੇ, ਕੀ ਕੁਛ ਹੋਇਆ, ਅਸਲ ਅੱਜ ਨਹੀਂ ਸੀ ਜਿਵੇਂ ਅਸੀਂ ਅੱਜ ਸਾਡੀ ਕੌਮ ਜੋ ਕੰਮ ਕਰ ਰਹੇ, ਇਕੱਠੇ ਹੋਏ, ਲੱਖਾਂ ਦੀ ਗਿਣਤੀ ਜਕਾਰੇ ਛੱਡੇ, ਨਾ ਤੂੰ ਪਹਿਲਾਂ ਸੋਚ ਵਿਚਾਰ, ਨਾ ਵੀ ਬਾਅਦ 'ਚ ਸੋਚ। ਉਹ ਤਾਂ ਇੱਕ ਬਹੁਤ ਹੀ ਇੰਟੈਂਸ ਜਿਹੜੀ ਹੈ ਸਿੱਖਤ ਵਾਲੀ ਇੰਟਲੈਕਚੁਅਲ ਐਕਟੀਵਿਟੀ ਹੋਈ, ਬੜਾ ਕੁਛ ਲਿਖਿਆ ਗਿਆ, ਬੜੀਆਂ ਮੀਟਿੰਗਾਂ ਹੋਈਆਂ, ਬੜੀਆਂ ਬਹਿਸਾਂ ਹੋਈਆਂ, ਤਾਂ ਕਿਤੇ ਜਾ ਕੇ ਇਹ ਗੱਲਾਂ ਨਿਤਰੀਆਂ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਧਰਮ ਖੇਤਰ ਤਾਂ ਸਿੱਖ ਡਟ ਗਏ ਕਿ ਅਸੀਂ ਹਿੰਦੂ ਧਰਮ ਦਾ ਪਾਰਟ ਨਹੀਂ, ਪਰ ਜਦੋਂ ਉਹ ਇੱਕ ਰਾਜ ਸੀ ਵਿਚਾਰਧਾਰਾ ਆ ਗਈ ਨੈਸ਼ਨਲਿਜ਼ਮ ਦੀ, ਉੱਥੇ ਉਹਨੂੰ ਪਤਾ ਹੀ ਨਹੀਂ। ਉਹੀ ਬੰਦੇ, ਉਹੀ ਵਿਦਵਾਨ ਜਿਹੜੇ ਕਹਿੰਦੇ ਸੀ ਹਿੰਦੂ ਨਹੀਂ, ਉਹਨਾਂ ਨੇ ਸਾਰਾ ਕੁਛ ਬਿਲਕੁਲ ਪ੍ਰਵਾਨ।
ਸੋ ਇਹ ਬੰਦੇ ਮਾਤਰਮ ਭਾਰਤ ਮਾਤਾ ਇਸ ਪਾਪੂਲਰਾਈਜ ਹੋ ਗਿਆ ਸਿੱਖਾਂ ਦੇ ਵਿੱਚ। ਸੋ ਸਿੱਖਾਂ ਨੇ ਮਤਲਬ ਇਹ ਗੱਲ ਫੌਜ ਨਾਲ ਪ੍ਰਵਾਨ ਕਰਨ ਦੀ, ਖਾਸ ਕਰਕੇ ਜਦੋਂ ਆਜ਼ਾਦੀ ਦੀ ਲੜਾਈ ਚੱਲੀ ਤਾਂ ਜਿਹੜਾ ਦੇਸ਼ ਭਗਤੀ ਦਾ ਜਜ਼ਬਾ ਹੈ ਇਹ ਜਿਹੜਾ ਹੈਗਾ ਇੱਥੇ ਆ ਕੇ ਸਮਾ ਖਾਧੀ। ਦੇਸ਼ ਭਗਤੀ ਦੈਟ ਵੀ ਅਸੀਂ ਕਿਸੇ ਨੂੰ ਕਹੀਏ ਵੀ ਦੇਸ਼ ਭਗਤ ਹੋਣਾ ਕੋਈ ਮਾੜਾ, ਕੋਈ ਨਹੀਂ ਕਹਿ ਸਕਦਾ ਮਾੜਾ, ਹਰੋ ਚੰਗਾ ਕਿ ਦੇਸ਼ ਵਾਸਤੇ ਮਾਤਮਾ। ਪਰ ਇੱਥੇ ਹੋਇਆ ਕਿ ਬੈਂਕੁਲ ਚੰਦਰ ਚੈਟਰਜੀ ਨੇ ਕੀ ਕਿਹਾ, ਉਹਨੇ ਥਰਾਈ ਜੀ ਕੀਤਾ ਕਿ ਦੇਸ਼ ਭਗਤੀ ਸਾਰੇ ਧਰਮਾਂ ਤੋਂ ਉੱਚਾ ਧਰਮ, ਸੁਪਰਾ ਰਿਲੀਜ। ਹੁਣ ਜਦੋਂ ਉਹਨੂੰ ਉਹ ਪਦਵੀ ਦੇ ਤੀ ਤੁਸੀਂ ਕਿ ਸਭ ਤੋਂ ਉੱਚਾ ਧਰਮ ਦੇਸ਼ ਭਗਤੀ, ਜਿਹਦਾ ਮਤਲਬ ਤੁਹਾਡੀ ਪਹਿਲੀ ਵਫਾਦਾਰੀ ਹੋ ਜਾਏ ਆਪਦੇ ਧਰਮ ਨਾਲ ਦੂਜੇ ਨੰਬਰ, ਅਤੇ ਜਿਹਨੂੰ ਤੁਸੀਂ ਪਹਿਲੇ ਨੰਬਰ 'ਤੇ ਰੱਖ ਲਿਆ ਜੀ ਉਹ ਇਹ ਮੰਗ ਕਰਦਾ ਵੀ ਆਪਦੇ ਧਰਮ 'ਤੇ ਵੀ ਖਿਲਾਫ ਚੱਲ। ਇਹ ਤਾਂ ਲੋਇਲਟੀ ਜਿਹੜੀ ਮਲਟੀਪਲ ਲੋਇਲਟੀ ਤੁਹਾਡੇ ਉਹ ਚੁਣਦਾ ਹੈ, ਤੁਹਾਡੀ ਪਹਿਲੀ ਵਫਾਦਾਰੀ ਕਿਹਦੇ ਨਾਲ, ਮੇਰੇ ਨਾਲ ਹੈ ਕੋਹਦੇ ਨਾਲ ਹੈ ਕੋਹਦੇ ਨਾਲ। ਸੋ ਉਹ ਵਫਾਦਾਰੀ ਮੰਗ ਕਰਦੀ ਹੈ, ਫਿਰ ਤੁਹਾਡੀ ਆਪਦੀ ਚੋਇਸ ਰਹਿ ਨਹੀਂ ਜਾਂਦੀ, ਨਾ ਸੋਚਣ ਦਾ ਮੌਕਾ ਮਿਲਦਾ। ਇੱਕ ਵਾਰ ਜਦੋਂ ਤੁਸੀਂ ਉਹ ਦਿਮਾਗ ਦੇ ਵਿੱਚ ਥਾਂ ਦੇ ਤੀ ਫਿਰ ਆਟੋਮੈਟਿਕ ਐਕਸ਼ਨ ਨਿਕਲਣ ਦੇ, ਫਿਰ ਸਿੱਖ ਜਰਨੈਲ ਵੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਸਤੇ ਬੜੇ ਮੌਜ ਨਾਲ ਸੌਫ ਨਾਲ ਤਿਆਰ ਹੋਏ, ਅਦਰਵਾਈਜ਼ ਹੀ ਹੋ ਸਕਦਾ। ਜੇ ਹਿੰਦੂ ਇਹ ਕਹਿੰਦੇ ਵੀ ਹਿੰਦੂ ਧਰਮ ਦੀ ਰੱਖਿਆ ਕਰਨ ਲਈ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਬਹੁਤ ਜ਼ਰੂਰੀ ਹੈ, ਇੱਕ ਵੀ ਸਿੱਖ ਨੇ ਨਾ ਨਹੀਂ ਸਕੇ, ਪਰ ਜਦੋਂ ਇਹ ਦੇਸ਼ ਦੀ ਰੱਖਿਆ ਨੇ। ਸੋ ਦੇਸ਼ ਭਗਤੀ ਦਾ ਜਿਹੜਾ ਜਜ਼ਬਾ ਸੀਗਾ, ਇਹ ਜਿਹੜਾ ਦੇਸ਼ ਭਗਤੀ ਦੀ ਡੈਫੀਨੇਸ਼ਨ ਇਹਦਾ ਜਦੋਂ ਇਹ ਬਣਾਤੀ ਉਹਨੇ ਬੈਂਕੁਲ ਚੰਦਰ ਨੇ, ਇਹਦੀ ਫਿਰ ਉਹਨਾਂ ਨੇ ਜਿੰਨੇ ਉਹਨਾਂ ਦੇ ਸਕੋਲਰ ਸੀਗੇ ਇਹਦੀ ਦੰਪ ਕੇ ਜਾਇਦਾ ਕਾਰਡ। ਸੋ 80s ਦੇ ਵਿੱਚ ਜਦੋਂ ਅਸੀਂ ਆਪਦੀ ਲੜਾਈ ਲੜ ਰਹੇ ਸੀਗੇ ਵੱਡੀ ਖੂਨੀ ਸੰਘਰਸ਼, ਉਦੋਂ ਗਿਰੀਨਾਰ ਜੈਨ ਉਹਨਾਂ ਦਾ ਮੇਨ ਆਈਡੀਆਲੋਗ ਬਣ ਕੇ ਉੱਭਰਿਆ ਹਿੰਦੂ ਲੋਕੀ ਦਾ, ਜਿਹੜਾ ਟਾਈਮਸ ਆਫ ਇੰਡੀਆ ਦਾ ਸੰਪਾਦਕ ਸੀ, ਉਹਨੇ ਇਹ ਲਿਖਿਆ ਕਿ ਜਿਹੜਾ ਬੈਂਕੁਲ ਚੰਦਰ ਚਟੋਪਾਧਿਆ ਦਾ ਇਹ ਆਈਡੀਆ ਦੇਸ਼ ਭਗਤੀ ਬਾਰੇ, ਇਟ ਇਜ਼ ਮਾਸਟ ਰਾਈਟ, ਇਹ ਉਹਦਾ ਮੇਰੀ ਧਿਆਨ। ਇਹਨਾਂ ਨੂੰ ਇਸ ਤਰ੍ਹਾਂ ਉਹ ਵੀ ਪਤਾ ਲੱਗ ਗਿਆ ਕਿ ਅੱਜ ਸਾਡੇ ਇੰਟਰਸਟ ਇਸ ਤਰ੍ਹਾਂ। ਸੋ ਦੇਸ਼ ਭਗਤੀ ਦੇ ਚੱਕਰ 'ਚ ਸਿੱਖ ਪਾਇਆ ਪਾਇਆ ਆਉਂਦੀ ਏਰੋਸੈਕਸ ਧਰਮਕਾਰ ਦੀ ਭਾਰ ਕਿ ਦੇਸ਼ ਦੀ ਜਾਂਦੀ ਲੜਾਈ ਲੜ ਰਹੇ ਹਾਂ। ਇਹ ਤਾਂ ਹੈ ਨਹੀਂ ਮੈਂ ਕਰਨਾਲ ਦੇ ਵਾਸਤੇ ਲੜਾਂ ਕਿਉਂਕਿ ਗੁਰੂ ਸਾਹਿਬ ਨੇ ਸਾਰਾ ਜੋ ਸਾਨੂੰ ਦਿੱਤਾ ਹੈਗਾ ਸਾਡੇ 'ਚੋਂ ਉਸ ਤਰ੍ਹਾਂ ਦੀ ਤੰਗ ਨਾ ਜਿਹੜੀ, ਸਿਰਫ ਆਪਦੇ ਵਾਸਤੇ ਲੜੋ ਜੋ ਸਾਡੀਆਂ ਮੂਲ ਸਿੱਖਿਆਵਾਂ ਹਨ, ਜੋ ਮੂਲ ਕਿਰਦਾਰ ਹੈ। ਅੱਜ ਕੀ ਬਣ ਗਿਆ ਇਹ ਗੱਲ ਵੱਖਰੀ ਹੈ ਨਾ, ਅਸੀਂ ਹੌਲੀ ਹੌਲੀ, ਪਰ ਜਦੋਂ ਆਪਾਂ ਨੂੰ 18ਵੀਂ ਸਦੀ ਦੇ ਵਿੱਚ ਸਾਰਾ ਪਤਾ ਵੀ ਹਿੰਦੂਆਂ ਦੀਆਂ ਬਹੁਤ ਬੈਠੀਆਂ ਛਡਾਉਣੇ ਤਿੱਛੇ ਜਾਂ ਕਿਸੇ ਵੀ ਮਜ਼ਲੂਮ ਦੇ, ਹਰ ਮਜ਼ਲੂਮ 'ਤੇ ਹੋ ਰਿਹਾ ਜ਼ੁਲਮ, ਜਿਹੜਾ ਮਜ਼ਲੂਮ ਦਾ ਦਰਦ ਸਾਡਾ ਆਪਣਾ ਦਰਦ ਹੋਣਾ ਚਾਹੀਦਾ, ਗੁਰੂ ਸਾਹਿਬ ਨੇ ਹੀ ਸਿਖਾਇਆ। ਸੋ ਇਸ ਕਰਕੇ ਸਿੱਖਾਂ ਨੇ ਤਾਂ ਮਤਲਬ ਆਪਦੀ ਉਸ ਇਨੋਸੈਂਸ 'ਚੋਂ ਮਸੂਮਪਣੇ 'ਚੋਂ ਇਹ ਗੱਲ ਕੀਤੀ ਕਿ ਅਸੀਂ ਕੰਮ ਆਪਦੇ ਵਾਸਤੇ ਨਹੀਂ ਸਾਰਿਆਂ ਵਾਸਤੇ। ਹਿੰਦੂ ਇਹ ਕਰੀ ਗਿਆ, ਉਹ ਖਿਆਲ ਉਹ ਸੰਕਲਪ ਅਸ਼ੋਤਲੇ 'ਚ ਪਤਾ ਵੀ ਨਹੀਂ ਲੱਗਿਆ ਸਿੱਖਾਂ ਨੂੰ ਕਿਵੇਂ ਗ੍ਰਹਿਣ ਕਰੇ। ਸੋ ਪੰਜਾਬ ਦੇ ਵਿੱਚ ਭਾਰਤ ਮਾਤਾ ਅਤੇ ਬੰਦੇ ਮਾਤਰਮ ਜਿਹੜਾ ਦਾਖਲ ਹੋਇਆ, ਸਮਾਗਤ ਹੋਇਆ, ਇਹ ਗਾਤਰੀ ਬਾਬਿਆਂ ਦੇ ਥਰੂ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਉਹ ਵਿਚਾਰੇ ਬਿਲਕੁਲ ਨਹੀਂ, ਉਹਨਾਂ ਨੂੰ ਤਾਂ ਪਤਾ ਨਹੀਂ ਸੀ ਬੰਗਾਲ 'ਚ ਕੀ ਚੱਲ ਰਿਹਾ, ਕਿਹੜਾ ਬੈਂਕੁਲ ਚੰਦਰ ਹੈ, ਕੌਣ ਕੀ ਹੈ। ਉਹ ਉਹਨਾਂ ਨੂੰ ਉੱਥੇ ਜਾ ਕੇ ਨਾਲਾ ਹਰਦਿਆਲ ਨੇ ਦੱਸਿਆ ਵੀ ਇੱਥੇ ਨਾਲਾ ਹਰਦਿਆਲ ਦੇ ਠੀਕ ਨੇ ਕੀ ਕਹਾ। ਉਹ ਉਹਨਾਂ ਨੇ ਪ੍ਰਵਾਨ ਕਰ ਲਈ, ਜਦੋਂ ਇੱਕ ਵਾਰ ਪ੍ਰਵਾਨ ਕਰ ਲਈ ਕਵਿਤਾਵਾਂ 'ਚ ਆ ਗਈ, ਲਿਖਤਾਂ 'ਚ ਆ ਗਈ, ਪ੍ਰਚਾਰ 'ਚ ਆ ਗਈ, ਅਤੇ
ਆਪਣੀ ਸਾਡੀ ਕੌਮ ਦੇ ਵਿੱਚ ਦੇਸ਼ ਭਗਤਾਂ ਦੀ ਸ਼ਹੀਦਾਂ ਪ੍ਰਤੀ ਸਾਡੇ ਬਹੁਤ ਵੱਡੀ ਪੂਜਾ ਕਰਦੇ ਹਾਂ ਅਸੀਂ ਨੈਚੁਰਲੀ। ਸੋ ਦਿਓ ਸ਼ਹੀਦ ਨੇ ਕਹਿਤਾ ਸਾਨੂੰ ਪ੍ਰਵਾਨ ਹੋ ਗਿਆ। ਮਤਲਬ ਇਸ ਤਰ੍ਹਾਂ ਦਾ ਨਾ ਇੱਕ ਬੜਾ ਲੰਮਾ ਜਿਹਾ ਇੱਥੇ ਬੜਾ ਡਿਟੇਲਸ ਨਹੀਂ ਜਾਣਦੇ ਆਪਾਂ ਕਿਵੇਂ ਜੇ ਠੰਡੇ ਗਏ ਹਾਂ। ਇਹਦਾ ਸਿਲਸਿਲਾ ਬਹੁਤ ਵੱਡਾ ਲੰਬਾ ਗੁੰਝਲਦਾਰ ਹੈ ਅਤੇ ਇਹਦੀਆਂ ਬੜੀਆਂ ਪਰਤਾਂ 'ਚ ਸਾਰੀਆਂ ਗੁੰਝਲਾਂ ਥੋਲੋਂ ਇਨਸਾਨ ਥੋਲ। ਸੋ ਇਹ ਚੰਗਾ ਚਲੋ ਮਨ ਕੱਟ ਸ਼ੋਰਟ ਕਰਕੇ ਕਿ ਇਹ ਇੱਕ ਆਈਡੀਆ ਸਥਾਪਿਤ ਕਰਤਾ ਉਹਨਾਂ ਨੇ ਨੈਸ਼ਨ ਦੇ ਜਗ੍ਹਾ ਦਾ, ਇੰਡੀਅਨ ਨੇਸ਼ਨ ਡਿਫਾਈਨ ਕਰਤੀ। ਹੁਣ ਇੰਡੀਅਨ ਨੇਸ਼ਨ ਦਾ ਮਤਲਬ ਇਹ ਸੀ ਵੀ ਜੋ ਹਿੰਦੂ ਕਲਚਰ ਹੈ ਉਹ ਇੰਡੀਅਨ ਕਲਚਰ, ਟਰਮਾਂ ਹੀ ਉਹ ਪ੍ਰਚਲਿਤ ਕਰਤੀਆਂ ਉਹ ਛੱਡ। ਇੰਡੀਅਨ ਕਲਚਰ, ਇੰਡੀਅਨ ਸਿਵਲਾਈਜੇਸ਼ਨ, ਇੰਡੀਅਨ ਫਰੀਡਮ, ਇੰਡੀਅਨ ਇੰਟਰੈਸ, ਇਹ ਸਾਰਾ ਕੁਛ ਇਸ ਤਰ੍ਹਾਂ ਇੰਡੀਅਨ ਟ੍ਰੈਡੀਸ਼ਨਸ, ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨਸ, ਪਰ ਦੂਜੇ ਸ਼ਬਦ ਹੀ ਬੈਠਦੇ ਨੇ। ਇਸ ਨੂੰ ਉਹਨਾਂ ਨੇ ਸਾਰਾ ਕੁਛ ਇਸ ਤਰ੍ਹਾਂ ਕਰ। ਉਸ ਤੋਂ ਬਾਅਦ ਪੰਜਾਬ 'ਚ ਕਿਵੇਂ ਆਇਆ ਹੈ? ਪੰਜਾਬ 'ਚ ਜਦੋਂ ਪੰਜਾਬ ਅੰਗਰੇਜ਼ਾਂ ਨੇ ਜਿੱਤਿਆ 1849 'ਚ, ਇੱਥੇ ਰਾਜ ਕਰਨ ਵਾਸਤੇ ਉਹਨਾਂ ਨੂੰ ਜੋ ਲੋਕਲ ਅਨੁਵਾਦ ਕਰਨਾ ਚਾਹੀਦਾ ਸੀ, ਉਹਨਾਂ ਅੰਗਰੇਜ਼ਾਂ ਦੀ ਗਿਣਤੀ ਤਾਂ ਬਹੁਤ ਥੋੜ੍ਹੀ ਸੀ ਨਾ, ਉਹਨਾਂ ਨੂੰ ਤਾਂ ਇੱਥੇ ਬਹੁਤ ਬੰਦੇ ਚਾਹੀਦੇ ਸੀ ਜਿਹੜੇ ਉਹਨਾਂ ਦੀ ਸਪੋਰਟ ਕਰਨ। ਇੱਕਦਮ ਪੰਜਾਬ 'ਚੋਂ ਪੈਰ ਨਹੀਂ ਸੀ ਹੋ ਸਕਦੇ ਕਿਉਂਕਿ ਪੰਜਾਬ 'ਚ ਤਾਂ ਜਿਹੜੀ ਅੰਗਰੇਜ਼ੀ ਦੀ ਐਜੂਕੇਸ਼ਨ ਉਹ ਤਾਂ ਅੰਗਰੇਜ਼ਾਂ ਦੇ ਆਉਣ ਨਾਲ ਹੀ ਸ਼ੁਰੂ ਹੋਣੀ ਸੀ। ਸੋ ਉੱਥੋਂ ਉਹ ਬੰਗਾਲ ਤੋਂ ਲੈ, ਸੋ ਮੁੱਢ ਦੇ ਵਿੱਚ 2200 ਬੰਦਾ ਉਹ ਲੈ ਕੇ ਆਏ ਜੋ ਐਡਮਿਨਿਸਟ੍ਰੇਟਰ ਐਂਡ ਐਜੂਕੇਟ ਉਹ ਸੀ ਜਿਨ੍ਹਾਂ ਨੇ ਸਕੂਲ ਖੋਲ੍ਹੇ, ਚਲਾਏ, ਪ੍ਰਿੰਸੀਪਲ ਬਣੇ, ਕਾਲਜ ਬਣਾਏ, ਅਖਬਾਰ ਚਲਾਏ, ਕਿਤਾਬਾਂ ਲਿਖੀਆਂ, ਆਪਣੇ ਡਿਕਸ਼ਨਰੀਆਂ ਲਿਖੀਆਂ, ਵਿਆਕਰਨ ਦੀ ਵਿਆਖਿਆ ਕੀਤੀ। ਮੈਂ ਜੋ ਵੀ ਐਜੂਕੇਸ਼ਨ ਉਹ ਉਹਨਾਂ ਨੇ, ਉਹ ਬੰਗਾਲੀ ਕੌਣ ਸੀ ਉਹ ਮੈਂ ਤੁਹਾਨੂੰ ਦੱਸ, ਬੰਗਾਲੀ ਭਾਤਨ ਲੋਕ ਸਾਰੇ ਫਰਕਾਸ। ਸੋ ਉਹ ਨਜ਼ਰੀਆ ਜਿਹੜਾ ਮਾਂ ਦਾ ਸੀ ਉਹ ਪੰਜਾਬ ਦੇ ਵਿੱਚ ਆ ਕੇ ਉਹਦੀ ਜੜਦਾ ਉਹ ਉਹਨਾਂ ਨੇ ਕੀਤਾ। ਸੋ ਪਹਿਲਾਂ ਮਿਸ਼ਨਰੀ ਵੀ ਆਏ, ਇਹ ਜਿਹਦੀ ਥੋੜ੍ਹੀ ਡਿਟੇਲ, ਮਤਲਬ ਸਭ ਤੋਂ ਪਹਿਲਾਂ ਜਿਹੜਾ ਹਿੰਦੁਸਤਾਨ ਦੇ ਵਿੱਚ ਬ੍ਰਾਹਮਣ ਕ੍ਰਿਸ਼ਚਨ ਬਣਿਆ ਉਹ ਗੋਲਕ ਨਾਥ ਚੈਟਰਜੀ, ਉਹ ਇੱਥੇ ਆਏ। ਉਹਨੇ ਆ ਕੇ ਜਲੰਧਰ ਮਿਸ਼ਨ ਸਕੂਲ ਖੋਲ੍ਹਿਆ। ਜਲੰਧਰ ਬਹੁਤ ਵੱਡਾ ਗੜ੍ਹ ਬਣਿਆ, ਜਲੰਧਰ, ਅੰਮ੍ਰਿਤਸਰ, ਲਾਹੌਰ, ਲੁਧਿਆਣਾ ਅਤੇ ਹੁਸ਼ਿਆਰਪੁਰ ਇਹ ਟਾਰਗੇਟ ਕਰ ਲਿਆ ਉਹਨਾਂ ਨੇ ਆਉਂਦਿਆ। ਸੋ ਉਹ ਸੀਗਾ ਜਿਹੜਾ ਮਤਲਬ 19ਵੀਂ ਸਦੀ ਦੇ ਵਿੱਚ ਬਹੁਤ ਮੁੱਢ 'ਚ ਇੱਥੇ ਆ ਗਿਆ ਸੀ। ਉਹਨੇ ਇੱਥੇ ਮਿਸ਼ਨ ਸਥਾਪਿਤ ਕੀਤਾ, ਸਕੂਲ ਖੋਲ੍ਹਿਆ ਅਤੇ ਉਹਨੇ ਫਿਰ ਇੱਕ ਉੱਥੋਂ ਕਾਲੀ ਚਰਨ ਬਹੁਤ ਉੱਚੀ ਕੁਲ ਦਾ ਬਾਹਮਣ ਉਹ ਵੀ ਮਿਸ਼ਨਰੀ ਬਣਿਆ, ਉਹਨੂੰ ਬੁਲਾਇਆ, ਉਹਨੂੰ ਆ ਕੇ ਹੁਸ਼ਿਆਰਪੁਰ ਦੇ ਸਕੂਲ ਦਾ ਮੁਖੀ ਬਣਾਇਆ, ਉਹਦੀ ਕੁੜੀ ਨਾਲ ਵਿਆਹ, ਆਪਦੀ ਕੁੜੀ ਨੂੰ ਉਹਨੂੰ ਵਿਆਹੀ, ਉਹਦਾ ਰਿਸ਼ਤੇਦਾਰੀ ਗਲਦੀ। ਉਹਨਾਂ ਦਾ ਜਿਹੜਾ ਮੁੰਡਾ ਸੀਗਾ ਉਹ ਮੈਥ ਦਾ ਬਹੁਤ ਵੱਡਾ ਟੀਚਰ ਬਣਿਆ ਅਤੇ ਉਹ ਜਿਹੜਾ FC ਕਾਲਜ ਸੀ ਲਾਹੌਰ ਦਾ ਜਿੱਥੇ ਭਗਤ ਸੂਰੀ ਵੀ ਪੜ੍ਹੇ ਉਹਦਾ ਜਾ ਕੇ ਡਾਇਰੈਕਟਰ ਬਣਿਆ। ਮੈਂ ਥੋੜ੍ਹਾ ਜਿਹਾ ਦਿੰਦਾ ਨਾ ਜਿਵੇਂ ਵੀ ਉਹਨਾਂ ਨੇ ਸਾਰੀਆਂ ਉੱਚੀਆਂ ਪਦਵੀਆਂ 'ਤੇ ਆ ਕੇ ਬਹਿ ਗਏ ਉਹ ਐਜੂਕੇਸ਼ਨ ਦੇ, ਪੱਤਰਕਾਰ ਜਿੰਨੇ ਵੀ ਸੀ, ਇਤਿਹਾਸਕਾਰ ਜਿੰਨੇ ਵੀ ਸੀ, ਇਹ ਆ ਕੇ ਉਹਨਾਂ ਨੇ ਆ ਕੇ ਇਸ ਤਰ੍ਹਾਂ ਇੱਥੇ ਸ਼ੁਰੂ ਹੋਇਆ। ਸੋ ਜਿਹੜੇ ਫਿਰ ਸਾਡੇ ਲੋਕਲ ਸਿੱਖ ਜਾਂ ਹਿੰਦੂ ਜੋ ਪੜ੍ਹੇ ਉਹ ਉਹਨਾਂ ਤੋਂ ਹੀ ਪੜ੍ਹੇ ਅਤੇ ਉਹਨਾਂ ਰਿਤਾਦ ਕੀ ਪਏ ਉਸੇ ਰਿਤਾਦ ਫੰਡ ਸੋਚ ਠੰਡ। ਸੋ ਉਹ ਜਿਹੜੇ ਬ੍ਰਾਹਮਣ ਆਏ ਪਹਿਲਾਂ ਜਾਂ ਬੰਗਾਲੀ ਆਏ ਉਹ ਬ੍ਰਹਮੋ ਸਮਾਜ ਦੇ ਬੰਦੇ ਸੀ। ਬ੍ਰਹਮੋ ਸਮਾਜ ਦਾ ਆਪਾਂ ਨੂੰ ਪਤਾ 1823 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਸ਼ੁਰੂ ਕੀਤੀ ਸੀ। ਪਰ ਇੱਕ ਗੱਲ ਜਿਹੜੀ ਮੈਂ ਇੱਥੇ ਥੋੜ੍ਹੀ ਜਿਹੀ ਟਾਈਮ ਲੱਗੂਗਾ 5-7 ਮਿੰਟ 'ਚ ਕਿ ਪੰਜਾਬ ਦਾ ਜਿਹੜਾ ਹਿੰਦੂ ਰੇਟ ਹੈ, ਇੱਕ ਤਾਂ ਇਹ ਵੀ ਪੰਜਾਬ 'ਚ ਸਿੱਖ ਨਾਲੋਂ ਹਿੰਦੂ ਵੱਧ ਪੜ ਗਿਆ ਸੀ ਕਿਉਂਕਿ ਉਦੋਂ ਪਰ ਟ੍ਰੈਡੀਸ਼ਨ ਸੀ, ਸਿੱਖਾਂ ਕੋਲ ਉਹ ਟ੍ਰੈਡੀਸ਼ਨ ਨਹੀਂ ਸੀ। ਸੋ ਜਿੰਨੇ ਖੱਤਰੀ, ਬ੍ਰਾਹਮਣ, ਬਾਣੀ ਇਹ ਸਾਰੇ ਸੀਗੇ
ਇਹਨਾਂ ਨੇ ਸਭ ਤੋਂ ਪਹਿਲਾਂ ਐਜੂਕੇਸ਼ਨ ਦੇ, ਦੂਜੀ ਗੱਲ ਉਹ ਬ੍ਰਹਮੋ ਸਮਾਜ ਨਾਲ ਨਹੀਂ ਜੁੜੇ, ਉਹ ਪਾਰੀਆ ਸਮਾਜ ਨਾਲ ਜੁੜੇ। ਇਹ 1877 ਦੇ ਵਿੱਚ ਦਿਆਨੰਦ ਆਇਆ ਗੁਜਰਾਤ ਤੋਂ, ਦਿੱਲੀ ਆਇਆ ਸੀ, ਉਹ ਵਿਕਟੋਰੀਆ ਦਾ ਦਰਬਾਰ ਲੱਗਿਆ ਸੀ ਉਹਦੇ ਵਾਸਤੇ। ਅੰਗਰੇਜ਼ਾਂ ਨਾਲ ਤਾਂ ਕੋਈ ਉਦੋਂ ਹੈ ਨਹੀਂ ਸੀ, ਅੰਗਰੇਜ਼ਾਂ ਨੂੰ ਤਾਂ ਉਹ ਕਹਿ ਰਹੇ ਸੀ ਸਾਨੂੰ ਬਚਾ ਤਾਂ ਇਹਨਾਂ ਨੂੰ ਮੁਗਲਾਂ, ਉਹ ਤਾਂ ਹਿੰਦੂਆਂ ਦਾ ਮੁਸਲਮਾਨਾਂ ਦੇ ਖਿਲਾਫ ਆਪਦੇ ਆਪ ਨੂੰ ਜਥੇਬੰਦ ਕਰ ਰਹੇ ਸੀਗੇ। ਸੋ 1877 ਵਿੱਚ ਉਹ ਆਇਆ ਅਤੇ ਉੱਥੋਂ ਹਿੰਦੂ ਅਲੀਟ ਨੇ ਇੱਥੇ ਬੁਲਾ ਲਿਆ। ਇੱਥੇ ਉਹ 6 ਮਹੀਨੇ 1.5 ਸਾਲ ਠਹਿਰੇ, ਪੰਜਾਬ ਦੇ ਵਿੱਚ ਲਗਾਤਾਰ 1.5 ਸਾਲ ਰਿਹਾ। ਫਿਰ ਜਗ੍ਹਾ ਜਗ੍ਹਾ ਉਹਨੇ ਉਹ ਆਰੀਆ ਸਮਾਜ ਦੀਆਂ ਬ੍ਰਾਂਚਾਂ ਸਥਾਪਿਤ ਕੀਤੀ। ਜਿੱਦਾਂ ਹਿੰਦੂ ਅਲੀਟ ਹੈ ਉਹ ਬ੍ਰਹਮੋ ਸਮਾਜ ਨੂੰ ਛੱਡ ਕੇ, ਕਿਉਂਕਿ ਬ੍ਰਹਮੋ ਸਮਾਜ ਅਗਰੈਸਿਵ ਨਹੀਂ ਸੀ, ਉਹ 'ਚ ਕਾਫੀ ਕੁਛ ਕ੍ਰਿਸਚੀਅਨਿਟੀ ਵਾਲਾ ਸੀ। ਪ੍ਰੇਰਨਾ ਰਾਹੀਂ ਮਿਲ ਕੇ ਰਹਿਣ ਦਾ, ਜਿਹੜੀਆਂ ਸਾਰੀਆਂ ਇਸ ਕਿਸਮ ਦੀਆਂ ਵੈਲਿਊਜ਼ ਉਹ ਪ੍ਰਮੋਟ ਕਰਦਾ ਸੀ, ਅਤੇ ਪੱਛਮ ਦੀ ਵੀ ਜੈ ਜੈਕਾਰ ਕਰਦਾ ਸੀ। ਕ੍ਰਿਸਚੀਅਨਿਟੀ ਪ੍ਰਤੀ ਵੀ ਬੜਾ ਸੋਫਟ ਸੀ। ਇਹ ਹਿੰਦੂ ਜਿਹੜਾ ਹੈਗਾ ਆਪਣਾ ਅਨੀਟ ਪੰਜਾਬ ਦਾ, ਪੰਜਾਬ ਇਹਨੂੰ ਚਾਹੀਦਾ ਥੋੜ੍ਹਾ ਅਗਰੈਸ, ਕਿਉਂਕਿ ਉਹ ਜਿਹੜਾ ਏਕਤਾ ਦਾ ਭਾਵ ਹੈ ਇਹਨੂੰ ਕੋਈ ਵੱਡੀ ਚੀਜ਼ ਚਾਹੀਦੀ ਜੁੜਨ ਵਾਸਤੇ ਜਿੱਥੋਂ ਇਹ ਆਪਣੀ ਤਾਕਤ ਲੈ ਸਕੇ। ਸੋ ਇਹ ਏਡੀ ਵੱਡੀ ਗਿਣਤੀ 'ਚ ਕਿਉਂ ਗਿਆ, ਇਹਦੀ ਵਿਆਖਿਆ ਇੱਕ ਪੰਜਾਬੀ ਦੇ ਵਿਦਵਾਨ ਨੇ ਕੀਤੀ ਹੈ ਇੱਕੋ ਪਹਿਰੇ 'ਚ, ਉਹ ਮੈਂ ਤੁਹਾਨੂੰ ਪਹਿਰਾ ਹੈ ਸੱਚ ਪੜ੍ਹ ਕੇ ਸੁਣਾਉਣਾ। ਉਸ ਤੋਂ ਸਾਡੇ ਵਾਸਤੇ ਬਹੁਤ ਕੁਛ ਸਾਫ ਹੋ ਰਿਹਾ। ਆ ਪਿਛਲਾ ਸਾਰਾ ਜੋ ਕੁਛ ਸਾਡੇ ਨਾਲ ਵਾਪਰਿਆ ਪਿਛਲੇ 100 ਸਾਲਾਂ ਤੋਂ ਲੈ ਕੇ ਅੱਜ ਤੱਕ, ਅਤੇ ਜੋ ਇਹਦੇ ਵਾਪਰਨਾ, ਉਹਦੇ ਜਿਹੜੇ ਮਾਨਸਿਕਤਾ ਅਤੇ ਸੋਚ ਕੇ ਉਹਦੇ ਦਿਮਾਗ ਦਾ ਜਿਹੜਾ ਹੈਗਾ ਨਾ ਡੀਕੋਡ ਕਰਨਾ, ਇਹ ਹੈ ਕਿ ਚੀਜ਼ ਕੀ ਹੈ, ਇਹਦਾ ਮਤਲਬ ਮੈਂ ਇੱਕ ਗੱਲ ਥੋੜ੍ਹੀ ਕਲੈਰੀਫਾਈ ਕਰ ਲਈ ਚੁੱਕਾ ਵੀ, ਜਦੋਂ ਆਪਾਂ ਇਹ ਕਰਦੇ ਇਹਨਾਂ ਧਰਮਾਂ 'ਚ ਗੱਲ ਕਰਦੇ ਨਾ, ਹਿੰਦੂ ਹੈ ਡਜ ਨਾਟ ਮੀਨ ਈਚ ਐਂਡ ਐਵਰੀ ਹਿੰਦੂ, ਇਹ ਕਦੇ ਵੀ ਨਹੀਂ ਹੁੰਦਾ ਕਿ ਤੁਸੀਂ ਸਿੱਖਾਂ ਨੂੰ ਮਾਣ ਕਹਿਣਾ, ਡਜ ਨਾਟ ਮੀਨ ਈਚ ਐਂਡ ਐਵਰੀ ਸਿੱਖ। ਉਸ ਤਰ੍ਹਾਂ ਉਹਦੇ ਡੋਮੀਨੈਂਟ ਕਰੈਕਟਰ ਦੀ ਆਪਾਂ ਗੱਲ ਕਰਦੇ ਹਾਂ, ਐਕਸੈਪਸ਼ਨ ਬੜੀਆਂ ਨੋਬਲ ਸੋਲਸ ਹਿੰਦੂ 'ਚੋਂ ਹਮੇਸ਼ਾ ਹੀ ਰਹਿੰਦੀਆਂ ਅਤੇ ਅੱਜ ਵੀ ਹੋ ਗਏ ਹੈਗੀ, ਕਿੰਨੇ ਬੰਦੇ ਤੁਸੀਂ ਦੇਖ ਰਹੇ ਕਿਵੇਂ ਬੋਲ ਰਹੇ ਲੜ ਰਹੇ। ਸੋ ਪੰਜਾਬੀ ਹਿੰਦੂ ਕਿਉਂ ਗਿਆ ਉਹਦੇ ਵੱਲ, ਇਹਦੀ ਵਿਆਖਿਆ ਪੰਜਾਬੀ ਵਿਦਵਾਨ ਨੇ ਕੀਤੀ ਹੈ 1990 'ਚ, ਉਹਨੇ ਲੇਖ ਲਿਖਿਆ ਸੀਗਾ ਜਦੋਂ ਇੱਥੇ ਪੰਜਾਬ 'ਚ ਪੂਰਾ ਆਪਣਾ ਜੰਗ ਚੱਲ ਰਹੀ ਸੀ। ਜਿਹੜਾ ਆਰੀਆ ਸਮਾਜ ਲਹਿਰ ਨੂੰ ਪੰਜਾਬ ਵਿੱਚ ਹੈਰਾਨ ਕਰਨ ਵਾਲੀ ਸਫਲਤਾ ਇਸ ਕਰਕੇ ਹੋ, ਕਿਉਂਕਿ ਪੰਜਾਬੀ ਹਿੰਦੂ ਪਿਛਲੇ  300-400 ਸਾਲਾਂ ਦੀਆਂ ਸਿਮਰਤੀਆਂ ਜੋ ਸਿੱਖ ਧਰਮ ਦੀ ਸਥਾਪਨਾ ਅਤੇ ਖਾਲਸਾ ਰਾਜ ਨਾਲ ਜੁੜੀਆਂ ਹੋਈਆਂ ਸਨ, ਤੋਂ ਹਰ ਪੱਖੋਂ ਮੁਕਤ ਹੀ ਹੋਣਾ ਨਹੀਂ ਸਨ ਚਾਹ ਰਹੇ, ਸਗੋਂ ਇਸ ਦੇ ਸਮਾਨ ਅੰਤਰ ਵਿਹਾਰਕ ਅਤੇ ਅਧਿਆਤਮਿਕ ਪੱਧਰ 'ਤੇ ਕਿਸੇ ਅਜਿਹੀ ਵਿਚਾਰਧਾਰਾ ਦੀ ਤਲਾਸ਼ ਵਿੱਚ ਸਨ ਜਿਸ ਨੂੰ ਉਹ ਸਵੀਕਾਰ ਕਰ ਸਕਣ। ਪੰਜਾਬ ਦੇ ਨੇੜਲੇ ਭੂਤ ਦੀਆਂ ਇਤਿਹਾਸਕ ਸਿਮਰਤੀਆਂ ਨਾਲ ਉਹਨਾਂ ਦੀ ਕਿਸੇ ਤਰ੍ਹਾਂ ਦੀ ਸਾਂਝ ਸੰਭਵ ਨਹੀਂ ਸੀ, ਕਿਉਂਕਿ ਉਹ ਆਪਣੀਆਂ ਜੜ੍ਹਾਂ ਵੈਦਿਕ ਕਾਲ ਤੱਕ ਫੈਲੀਆਂ ਸਮਝਦੇ ਸਨ ਅਤੇ ਇਸ ਕਰਕੇ ਉਚੇਰੇ ਅਤੇ ਕੁਲੀਨ ਹੋਣ ਦੇ ਭਰਮ ਵਿੱਚ ਸਨ। ਨੇੜਲੇ ਭੂਤ ਦੀਆਂ ਪਾਸਟ ਦੀਆਂ ਸਿਮਰਤੀਆਂ ਸਿੱਖ ਧਰਮ ਦੀ ਜੱਦੋਜਹਿਦ ਅਤੇ ਚੜ੍ਹਤ ਨਾਲ ਜੁੜੀਆਂ ਹੋਣ ਕਰਕੇ ਪੰਜਾਬ ਦੇ ਪ੍ਰਵਚਨ ਸੰਸਾਰ ਦਾ ਪ੍ਰਧਾਨ ਰੂਪ ਸਿੱਖ ਧਰਮ ਦੇ ਪ੍ਰਭਾਵ ਹੇਠ ਆ ਗਿਆ। ਸੋ ਉਹ ਹਿੰਦੂ ਜਿਹੜਾ ਹੈਗਾ ਪੰਜਾਬੀ ਹਿੰਦੂ, ਜੇ ਉਹ ਇਸ ਇਤਿਹਾਸ ਨਾਲ ਜੁੜਦਾ 400-500 ਸਾਲ ਦੇ ਇਤਿਹਾਸ, ਫਿਰ ਉਹ ਜਿਹੜੀ ਉਹਦੀ ਵੈਦਿਕ ਤੱਕ ਆਪਦੇ ਆਪ ਨੂੰ ਦੇਖਣਾ, ਇੱਕ ਤਾਂ ਪੁਰਾਤਨਤਾ ਪ੍ਰਾਚੀਨਤਾ ਅਸੀਂ ਕਿੰਨੇ ਪੁਰਾਣੇ, ਅਤੇ ਇੱਕ ਸੁਪਰੀਮੇਸ ਇਹ ਵੇਦ ਦੇ ਦੋ ਸੁਪੀਰੀਅਰ, ਗੁਰੂ ਗ੍ਰੰਥ ਸਾਹਿਬ ਨਾਲੋਂ ਕਿਸੇ ਵੀ ਚੀਜ਼ ਨਾਲੋਂ ਵੀ ਸਭ ਤੋਂ ਵੱਧ ਸੁਪੀਰੀਅਰ ਹੋਵੇ। ਸੋ ਉਹਨਾਂ ਨੇ ਇਸ ਨਾਲੋਂ ਟੁੱਟ ਕੇ
ਅਤੇ ਜਿਹੜਾ ਦਿਆਨੰਦ ਉਹਦਾ ਸਿੱਖ ਸੀ ਇਹੀ ਕਿ ਵੈਦਿਕ ਯੁੱਗ ਫਿਰ ਹੁਣ ਤਾਂ ਸਿੱਧਾ ਨਾਰਾ ਹੀ ਇਹ ਚੁੱਕਿਆ ਕਿ ਵੈਦਿਕ ਯੁੱਗ ਦੀ ਚੜ੍ਹਤ ਫਿਰ ਬਾਹਰ। ਸੋ ਫਿਰ ਜਿਹੜਾ ਪੰਜਾਬੀ ਹਿੰਦੂ ਹੈ ਉਹ ਤਕਰੀਬਨ ਫੋਲ ਹੋ ਉਹ ਆਰੀਆ ਸਮਾਜ ਨਾਲ ਫਿਰ ਇਹ ਜਿੰਨੇ ਲਾਲਾ ਲਾਜਪਤ ਰਾਏ ਸੀ ਲਾਲਾ ਹਰਦਿਆਲ ਸੀ ਇਹ ਜਿੰਨੇ ਵੀ ਸਾਡੇ ਮਤਲਬ ਹੋ ਗਏ ਅਜੀਤ ਸਿੰਘ ਭਗਤ ਸਿੰਘ ਦਾ ਸਾਰਾ ਪਰਿਵਾਰ ਉਹ ਟੋਟਲ ਆਰੀਆ ਸਮਾਜੀ ਕਨਵਰਟ। ਉਹਨਾਂ ਨੇ ਫਿਰ ਜੋ ਕੁਛ ਕੀਤਾ ਇੱਕ ਬਹੁਤ ਹੀ ਵੱਖਰਾ ਵਿਸ਼ਾ ਕੀਤੀ ਉਹਨੇ ਫਿਰ ਰੋਲ ਕੀ ਨਿਭਾ। ਸੋ ਪੰਜਾਬ ਦੇ ਵਿੱਚ ਜਿਹੜਾ ਨੈਸ਼ਨਲਿਜ਼ਮ ਉਹ ਬੰਗਾਲ ਨਾਲੋਂ ਵੀ ਵੱਖਰਾ ਉਹ ਇੰਨਾ ਐਂਟੀ ਸਿੱਖ ਹੋ ਗਿਆ ਕਿਉਂਕਿ ਉਹ ਇਸ ਸਿਮਰਤੀ ਨਾਲ ਟੁੱਟਣਾ ਚਾਹੁੰਦੇ ਨੇ ਨੇੜਲੀ ਨਾਲ। ਇਹਦੇ 'ਚ ਆਪਦੇ ਆਪ ਨੂੰ ਬੜਾ ਮੀਣਾ ਸਮਝ ਉਹਨੂੰ ਨਜ਼ਰ ਆਉਂਦਾ ਅਮਦਾਸ ਕਿ ਸਾਡੀਆਂ ਬਹੂਆਂ ਬੈਠੀਆਂ ਇਹਨਾਂ ਨੇ ਬਚਾਈਆਂ। ਤਾਂ ਹੀ ਗਿਰੀ ਲਾਲ ਰਜੈਨ ਨੇ ਸਿੱਖਾਂ ਨੂੰ ਬੜੇ ਧਮਕੀ ਭਰੇ ਲਹਿਜੇ 'ਚ ਕਿਹਾ ਸੀ। ਫਿਰ ਹੁਣ ਹਿੰਦੂ ਇਹ ਗੱਲ ਸੁਣਨਾ ਨਹੀਂ ਚਾਹੁੰਦਾ ਕਿ ਸਿੱਖਾਂ ਨੇ ਉਹਨਾਂ ਨੂੰ ਵੀ ਪਹਿਲਾਂ ਸੁਣੀ ਵੇਖ। ਉਹਦੇ 'ਚ ਹਿੰਦੂ ਦਾ ਕਰੈਕਟਰ ਜਿਹੜਾ ਮੈਂ ਪਹਿਲਾਂ ਵੀ ਕਈ ਥਾਵਾਂ ਦੇ ਦੱਸਿਆ ਵਿੱਚ ਇਹ ਹੈ ਕਿ ਜਦੋਂ ਇਹਦੇ ਹੱਥ 'ਚ ਤਾਕਤ ਨਹੀਂ ਰਾਜਸੀ ਪ੍ਰਭੁਤਾ ਨਹੀਂ ਉਦੋਂ ਇਹ ਆਪਦੇ ਆਪ ਨੂੰ ਖਿਆਲ ਦੀ ਪੱਤਰ 'ਤੇ ਮਹਾਨ ਬਣਾਉਂਦਾ ਖਿਆਲ ਦੀ ਪੱਤਰ 'ਤੇ ਆਈਡੀ ਦੇ ਤੌਰ ਥੋਟ ਦੇ ਤੌਰ 'ਤੇ ਉਹਦੀ ਮਹਿਮਾ ਤੱਕ ਪਰ ਦੁਨੀਆ ਨੂੰ ਸਰ ਕਰਨ ਦੀ ਤਮੰਨਾ ਪਈ ਹੈ। ਠੀਕ ਇਹ ਉਹਨਾਂ ਨੂੰ ਪਤਾ ਸੀਗਾ ਕਿ ਉਹਦੀ ਸੀਮਤਾ ਹੀ ਹੈ ਵੀ ਤੁਸੀਂ ਦੁਨੀਆ ਨੂੰ ਕਿਵੇਂ ਸਰ ਕਰ ਲਓ ਵੀ ਤੁਸੀਂ ਤੁਹਾਨੂੰ ਕੁਛ ਹਜ਼ਾਰ ਆ ਕੇ ਹਮਲਾਵਰ ਤਾਂ ਸਾਰੇ ਦੇਸ਼ ਨੂੰ ਭੇਟਾਂ ਨੂੰ ਆਪ ਲੈਂਦਾ ਸੀ। ਉਹਦੇ 'ਚੋਂ ਫਿਰ ਵਿਵੇਕਾਨੰਦ ਨੇ ਜਿਹੜੀ ਸੰਧੀ ਵਾਸਤੇ ਇਹਨਾਂ ਦੀ ਗੱਲ ਕੀਤੀ ਜਦੋਂ ਸ਼ਿਕਾਗੋ ਉਹ ਸਰਵ ਧਰਮ ਸੰਮੇਲਨ ਜਾ ਕੇ ਬੋਲਿਆ ਕਿ ਅਸੀਂ ਦੁਨੀਆ ਨੂੰ ਸਪਿਰਚੁਅਲੀ ਫਤਿਹ ਕਰ ਹਲੀ ਬਹੁਤ ਵੱਡੀ ਕਿਤੋਂ ਸਪਿਰਚੁਅਲੀ ਸੀ ਦੁਨੀਆ ਨੂੰ ਮਤਲਬ ਪਿੱਛੇ ਅਰਜ ਪਈ ਹੈ ਸਰ ਕਰਨ ਦੀ ਸਪਿਰਚੁਅਲੀ। ਸੋ ਜਿਹਦੇ ਵਿੱਚ ਇਹ ਗੱਲ ਆ ਗਈ ਕਿ ਮੈਂ ਦੁਨੀਆ 'ਤੇ ਆਪਦੇ ਝੰਡੇ ਗੱਡਣੇ ਨੇ ਭਾਵੇਂ ਸਪਿਰਚੁਅਲੀ ਭਾਵੇਂ ਕਿਸੇ ਵੀ ਉਹ ਫਿਰ ਦੂਜਿਆਂ ਨੇ ਇਨਸਾਫ ਨਹੀਂ ਉਹਦੇ 'ਚ ਸਾਡੇ। ਸੋ ਗੁਰੂ ਸਾਹਿਬ ਦੇ ਕਿਸੇ ਵੀ ਗੱਲ 'ਚੋਂ ਇਹੋ ਜਿਹੀ ਗੱਲ ਨਹੀਂ ਉਹ ਤਾਂ ਇਹ ਵੀ ਆਪਦੇ ਧਰਮ ਮੁਤਾਬਕ ਆਪਦੀ ਪਰੰਪਰਾ ਆਪਦੇ ਸੱਭਿਆਚਾਰ ਮੁਤਾਬਕ ਉਹਦੇ 'ਚ ਜੋ ਸੂਖਮ ਜੋ ਠੀਕ ਹੈ ਜੋ ਸਬਲਾਈਮ ਹੈ ਉਹ ਤਾਂ ਉਹਨੂੰ ਵਾਲ ਹੁਣ ਤਾਂ ਮਰਦਾਨੇ ਨੂੰ ਨਹੀਂ ਕਿਹਾ ਕਿ ਤੂੰ ਨਮਾਜ਼ ਪੜ੍ਹਨੀ ਛੱਡਦੀ ਸਾਰੀ ਉਮਰ ਨਾ ਰਿਹਾ। ਸੋ ਦੂਜੀ ਗੱਲ ਮੈਂ ਬਹੁਤਾ ਡਿਟੇਲ 'ਚ ਨਾ ਜਾਵਾਂ ਜਿਹੜਾ ਨੈਸ਼ਨਲਿਜ਼ਮ ਵੀ ਗੱਲ ਹੈ ਕਿਉਂਕਿ ਇਹ ਡਿਫਰੈਂਸਿਸ ਕਲਚਰ ਡਿਫਰੈਂਸਿਸ ਤੋਂ ਇਹਨੂੰ ਖਤਰਾ ਲੱਗਦਾ। ਨੈਸ਼ਨਲ ਸਟੇਟ ਬਣਾਉਣੀ ਹੈ ਨਾ ਨੈਸ਼ਨਲ ਸਟੇਟ ਦੇ ਵਿੱਚ ਜੇ ਅੰਦਰੂਨੀ ਇਕਸਾਰਤਾ ਨਹੀਂ ਆਊ ਤਾਂ ਉਹ ਆਪਦੇ ਆਪ ਨੂੰ ਸਿਕਿਓਰ ਨਹੀਂ ਉਹਨੂੰ ਖਤਰੇ ਲੱਗਣ ਸਟੇਬਿਲਿਟੀ ਨਹੀਂ ਹੋ ਹਰ ਡਿਫਰੈਂਸ ਤੋਂ ਉਹਨੂੰ ਖਤਰਾ ਲੱਗ ਉਹ ਫਿਰ ਉਹ ਡਿਫਰੈਂਸ ਕਲਚਰ ਡਿਫਰੈਂਸ ਹੌਲੀ ਹੌਲੀ ਖਤਮ ਕਰ ਅਸਿਮੀਲੇਸ਼ਨ। ਸੋ ਜਿਹੜੇ ਨੋਨ ਕਨਫੋਰਮਿੰਗ ਐਲੀਮੈਂਟਸ ਹੈ ਫਸਟ ਦੇ ਆਰ ਮੇਡ ਵਿਜੀਬਲ ਦੈਨ ਅਸਿਮੀਲੇਟਡ ਔਰ ਨਿਮੀ ਜਿਹੜੇ ਅਸਿਮੀਲੇਸ਼ਨ ਹੁਣ ਤਿਆਰ ਹੈ ਉਹਨੂੰ ਅਸਿਮੀਲੇਟ ਕਰ ਲਓ ਜਿਹੜੇ ਅਸਿਮੀਲੇਟ ਬਾਕੀ ਨੂੰ ਲਿਮੀਲੇਟ। ਸੋ ਸਿੱਖਾਂ ਦੀ ਪਰ ਅਸਿਮੀਲੇਸ਼ਨ ਹੋਈ ਹੁਣ ਵੀ ਚੱਲ ਰਹੀ ਹੈ ਬਹੁਤ ਹੱਦ ਤੱਕ ਹੋ ਗਈ ਉਹ ਅਸਿਮੀਲੇਸ਼ਨ ਹਿੰਦੂ ਧਰਮ ਦੇ ਸਿੱਧੇ ਰੂਪ 'ਚ ਨਹੀਂ ਉਹ ਨੈਸ਼ਨਲਿਜ਼ਮ ਦੇ ਰੂਪ ਰਾਹੀਂ ਸਿੱਧਾ ਰਹੀ ਸੀ ਸਿੱਖਾਂ ਨੇ ਨਾਲ ਉਹਦੇ ਵਾਸਤੇ ਇਹ ਹਿੰਦੂ ਨੂੰ ਪਤਾ ਕਿ ਇਹਦੀ ਸਭ ਤੋਂ ਜਿਹੜੀ ਹੈਗੀ ਹੈ ਵੱਡੀ ਵਫਾਦਾਰੀ ਉਹ ਗੁਰੂ ਨਾਲ ਸਿੱਖ ਗੁਰੂ ਨਾਲ ਨਹੀਂ ਰੁੱਟ ਸਕਦਾ ਹੋਰ ਜੇ ਮਰਜ਼ੀ ਨੂੰ ਫਿਰ ਉਹ ਸਿੱਖ ਨਹੀਂ ਰਹੂ। ਉਹਨਾਂ ਨੇ ਕੀ ਕੀਤਾ ਗੁਰੂਆਂ ਨੂੰ ਇਸ ਤਰ੍ਹਾਂ ਪ੍ਰਵਾਸ ਗੁਰੂ ਕੌਲ ਸੀ ਸਭ ਤੋਂ ਪਹਿਲਾਂ ਬੰਗਾਲੀਆਂ ਨੇ ਲਿਖਿਆ ਉਸ ਤੋਂ ਬਾਅਦ ਫਿਰ ਅੱਜ ਤੱਕ ਕਿੰਨੀਆਂ ਆਖਦਾ। ਸੋ ਗੁਰੂਆਂ ਨੇ
ਰਾਸ਼ਟਰਵਾਦ ਦੇ ਨੈਸ਼ਨਲਿਸਟ ਬਣਾਉਣਾ ਉਹਨਾਂ ਦੀ ਪਹਿਲੀ ਲੋੜ ਸੀ ਜੇ ਸਿੱਖ ਨੂੰ ਆਪਦੇ ਕਲਾ ਵਿੱਚ। ਸੋ ਇਹ ਪ੍ਰੋਸੈਸ ਚੱਲਿਆ, ਬਾਬਰ ਬਾਣੀ ਦੀ ਵਰਤੋਂ ਇਸ ਤਰ੍ਹਾਂ ਕੀਤੀ ਅਤੇ ਸਿੱਖਾਂ ਨੇ ਉਹ ਬਹੁਤ ਈਜ਼ਲੀ ਵਾਇਲ ਕਰ। 1968 'ਚ ਸਪੋਕਸਮੈਨ ਵੀਕਲੀ ਹੁੰਦਾ ਸੀ ਇੱਕ ਪੇਪਰ ਦਿੱਲੀ ਤੋਂ, ਸਰਦਾਰ ਹੁਕਮ ਸਿੰਘ ਜਿਹੜੇ ਸਪੀਕਰ ਰਹੇ ਆ ਉਹਨਾਂ ਉਹ ਕੱਢਦੇ ਹੁੰਦੇ, ਉਹਨਾਂ ਨੇ ਉਹਦੇ 'ਚ ਲਿਖਿਆ ਕਿ ਜਿਹੜੀ ਬਾਬਰ ਬਾਣੀ ਹੈ ਉਹ ਭਾਰਤ ਮਾਤਾ ਦੀ ਸਵੈ ਜੀਵਨੀ ਦੇ ਪੱਤਰੇ ਆ। ਅਤੇ ਫਿਰ ਹੁਣ ਕਿੱਥੇ ਰਿਡਿਊਸ ਕਰਤਾ ਜਾ ਕੇ ਬਾਬਰ ਭਾਰਤ ਮਾਤਾ ਦੀ ਸਵੈ ਜੀਵ, ਅਤੇ ਗੁਰੂ ਨਾਨਕ ਸਾਹਿਬ ਭਾਰਤ ਮਾਤਾ ਦੇ ਸਭ ਤੋਂ ਸੱਚੇ ਸੀ। ਹੁਣ ਅਸਟਾ ਭਾਈ ਗੁਰਦਾਸ ਤੋਂ ਲੈ ਕੇ ਚੌਥੇ ਪਾਤਸ਼ਾਹ ਤੋਂ ਲੈ ਕੇ ਆਪਾਂ ਤਾਂ ਸਾਰਾ ਗੁਰਬਾਣੀ 'ਚ ਸਾਰੀ ਪਰੰਪਰਾ 'ਚ ਇਹੀ ਗ੍ਰਹਿਣ ਕੀਤਾ ਹੈਗਾ ਕਿ ਜਗਤ ਗੁਰੂ ਸੀ ਉਹਨਾਂ ਵਾਸਤੇ, ਗੁਰੂ ਗੁਰੂ ਵਾਸਤੇ ਜਿਹਨੂੰ ਅਲਹਾਮ ਹੋਇਆ, ਜਿਹਨੂੰ ਮਤਲਬ ਆਪਾਂ ਕਹੀਏ ਵੀ ਅਕਾਲ ਪੁਰਖ ਨੇ ਭੇਜਿਆ, ਉਹ ਇੱਕ ਧਰਤੀ ਦੇ ਟੁਕੜੇ ਵਾਸਤੇ ਭੇਜਣ ਕਿ ਅਕਾਲ ਪੁਰਖ ਵੀ ਇੰਨਾ ਡਿਸਕ੍ਰਿਮੀਨੇਟਰੀ ਇੰਨਾ ਹੋ ਸਕਦਾ, ਮਤਲਬ ਵੀ ਤੰਗ ਨਜ਼ਰ ਜਾਂ ਵਿਤਕਰੇਵਾਜ ਵੀ ਆ ਧਰਤੀ। ਸੋ ਧਰਤੀ ਦੇ ਇੱਕ ਹਿੱਸੇ ਨੂੰ ਸੇਕਰਡ ਕਹਿਣਾ, ਇੱਕ ਮਟੈਰਿਟੀ ਇੱਕ ਸੇਕਰਡਨੈਸ ਧਰਤੀ ਨਾਲ ਜੋੜ, ਇਹ ਹਿੰਦੂ ਨੇ ਦੋਵੇਂ ਜੋੜ। ਪੁੰਨੈ ਭੂਮੀ, ਜਿਹਦਾ ਮਤਲਬ ਹਿੰਦੁਸਤਾਨ ਤੋਂ ਬਾਹਰ ਨੂੰ ਜਿਹੜੀ ਭੂਮੀ ਆ ਉਹ ਭੂਮੀ ਭ੍ਰਿਸ਼ਟ, ਉੱਥੋਂ ਵਾਲੇ ਬੰਦੇ ਮਲੇਸ਼। ਹੁਣ ਦੇਖੋ ਕਿੰਨੀ ਨਫ਼ਰਤ ਕਿੰਨੀ ਜ਼ਹਿਰ ਇਸ ਗੱਲ ਨਾਲ, ਕੋਈ ਪਤਾ ਨਹੀਂ ਜਿਹੜੇ ਉਹਦੇ ਫਾਲੋਅਰ ਦੇ ਹਿੰਦੂ ਜਿਹੜੇ ਹਿੰਦੂ ਆਮ ਜੱਤਾ, ਪਰ ਇਹ ਇੰਨੀ ਫੈਲਦੀ ਹੈ ਇੰਨੀ, ਕਿਉਂਕਿ ਜੱਚਦੀ ਬੜੀ ਹੈਗਾ। ਸੋ ਹੁਣ ਤੁਸੀਂ ਸਾਰਾ ਪ੍ਰਾਪਤਗੰਡਾ ਦੇਖੋ, ਤੁਸੀਂ ਸੋਸ਼ਲ ਮੀਡੀਆ ਦੇਖ ਲਓ, ਚੈਨਲ ਦੇਖ ਲਓ, ਬਸ ਇੱਕੋ ਗੱਲ 'ਤੇ ਲੱਗੇ ਹੋ ਕਿ ਉਹ ਜ਼ਹਿਰ ਭਰੇ। ਸੋ ਜਦੋਂ ਐਡਾ ਵੱਡਾ ਪ੍ਰੋਜੈਕਟ ਚੱਲ ਰਿਹਾ ਕਿ ਇਸ ਭਾਰਤ ਦੇ ਵਿੱਚੋਂ ਜਿਹੜੀਆਂ ਬਾਕੀ ਪਰੰਪਰਾਵਾਂ ਨੂੰ ਖਤਮ ਕਰ ਦੇਣ, ਹਿੰਦੂ ਪਰੰਪਰਾ ਦੇ ਝੰਡੇ ਬੁਲੰਦ ਹੋਣਗੇ ਇੰਡੀਅਨ ਦੇ ਨਾਂ 'ਤੇ, ਜਦ ਸਿਮੀਲੇਟ ਹੋ ਜਾਣਗੀਆਂ, ਕਰਪਟ ਹੋ ਜਾਣਗੀਆਂ, ਡਿਸਪਾਊਟ ਹੋ ਜਾਣਗੀਆਂ, ਉਹਦੇ ਵਿੱਚ ਬੋਲਿਆ ਜਾਊਗਾ ਅਤੇ ਜਾਂ ਲਿਮੀਨੇਟ ਕਰ। ਇਸ ਪ੍ਰੋਜੈਕਟ ਦੇ ਵਿੱਚ ਸਿੱਖਾਂ ਤੋਂ ਜਿਹੜਾ ਵੀ ਉਹਨਾਂ ਦਾ ਭਾਈਵਾਲ ਬਣ ਰਿਹਾ, ਆਪਦੇ ਕਿਸੇ ਸਾਲ 'ਚ ਆਪਦੇ ਕਿਸੇ ਲਾਲਚ 'ਚ, ਉਹ ਕਿਸੇ ਵੀ ਤਰ੍ਹਾਂ ਮੁਆਫ ਕਰ, ਸਾਨੂੰ ਨਹੀਂ ਪਤਾ ਨਾ। ਸੋ ਇਹ ਅੱਖਾਂ ਖੋਲ੍ਹ ਕੇ ਦੇਖਣ ਵਾਲੀ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਸੀ ਨਾ, ਜਿਹੜਾ SYN ਦਾ ਮਾਮਲਾ, ਇਹਦੀ ਨੇਸ਼ਨੇ ਮੰਗ ਕਰਦੀ ਕੋਈ ਗੱਲ ਨਹੀਂ। ਸੋ ਇੰਡੀਅਨ ਨੇਸ਼ਨ ਨੂੰ ਜੇ ਤੁਸੀਂ ਕੰਸੋਲੀਡੇਟ ਕਰਨਾ, ਉਹਦੀ ਇਹ ਮੰਗ ਹੈ ਕਿ ਜਿਹੜਾ ਕੋਈ ਬਲਬ ਉੱਠ ਕੇ ਕਹਿੰਦਾ ਵੀ ਆਹ ਮੇਰਾ, ਆਹ ਧਰਤੀ ਮੇਰੀ, ਇੱਥੇ ਦਰਿਆ ਮੇਰੇ, ਇੱਥੇ ਆ ਮੇਰਾ, ਇਹ ਮੇਰਾ ਮੂਰਾ ਪਾਪੀ ਪਾ, ਅਸੀਂ ਕਹੋ ਇਹ ਸਾਡਾ ਦੇਸ਼ ਦੇ ਇਹ ਸਾਰਾ ਕੁਝ। ਸੋ ਉਹਦੇ ਵਾਸਤੇ ਦੇਸ਼ ਭਗਤੀ ਦਾ ਜਜ਼ਬਾ, ਜੇ ਪੂਰਾ ਜਨੂਨ ਜੈਨੋਫੋਬੀਆ ਚੱਖਣ ਚਲਾਇਆ ਜਾ ਰਿਹਾ, ਉਹਦੇ ਜਿਹੜੀ ਫੌਜਾਂ ਦੀ ਮਿਹਨਤ, ਮਿਲਟਰਾਈਜੇਸ਼ਨ, ਸਾਰੇ ਪੂਜਾ ਸ਼ਰਧਾ ਤਾਂ ਪਹਿਲਾਂ ਵੀ ਸ਼ਹੀਦ ਹੁੰਦੇ ਸੀ, ਬਾਕੀ ਥਾਵਾਂ 'ਤੇ ਫੌਜੀ ਪਹਿਲਾਂ ਵੀ ਜਾ ਕੇ ਮਰਦੇ ਸੀਗੇ, ਪਰ ਹੁਣ ਜੋ ਜੈ ਜੈਕਾਰ ਅਖਬਾਰਾਂ ਤੋਂ ਲੈ ਕੇ, ਸੋਸ਼ਲ ਮੀਡੀਆ ਤੋਂ ਲੈ ਕੇ, ਚੈਨਲਾਂ ਤੋਂ ਲੈ ਕੇ ਕੀਤੀ ਜਾ ਰਹੀ ਹੈ, ਬਹੁਤ ਹੀ ਖਤਰਨਾਕ ਖੇਡ ਹੈ। ਕੱਲ੍ਹ ਨੂੰ ਤੁਸੀਂ ਦਰਬਾਰ ਸਾਹਿਬ 'ਤੇ ਵੀ ਹਮਲਾ ਕਰਤਾ, ਤੁਸੀਂ ਫੌਜ ਦੇ ਖਿਲਾਫ਼ ਉਂਗਲ ਨਹੀਂ ਉਠਾ ਸਕਦੇ, ਅਤੇ ਸਿੱਖਾਂ ਨੇ ਤਾਂ ਇਕੱਲੀ ਉਂਗਲ ਦੀ ਉਠਾਈ ਸਿਰ ਲਏ ਹਨ, ਕਿਉਂਕਿ ਸਿੱਖਾਂ ਦੀ ਪੁਜੀਸ਼ਨ ਜਿਹੜਾ ਦਰਬਾਰ ਸਾਹਿਬ 'ਤੇ ਹਮਲਾ, ਕਿ ਕੋਈ ਆ ਭਾਵੇਂ ਫੌਜੀ ਹੈ ਭਾਵੇਂ ਦੂਜਾ ਲੀਡਰ ਹੈ, ਸਾਡੇ ਵਾਸਤੇ ਉਹ ਮੁਆਫ ਨਹੀਂ ਕੀਤਾ ਜਾ ਸਕਦਾ। ਸੋ ਇਹ ਜਿਹੜੀ ਸਾਰਾ ਕੁਛ ਕੀਤਾ ਜਾ ਰਿਹਾ, ਇਹਨੂੰ ਬਹੁਤ ਗੰਭੀਰਤਾ ਸਮਝਣ ਦੀ ਉਹ, ਇੱਕ ਇਸ ਹਾਲਾਤ ਦੇ ਵਿੱਚ ਇਸ ਖਤਰੇ ਦੇ ਸਨਮੁੱਖ ਅਸੀਂ ਕਿੰਨੇ ਕੁ ਗੰਭੀਰ ਹਾਂ, ਸਾਡਾ ਕੀ ਕੁਛ ਹੋ ਰਿਹਾ, ਕੀ ਚੱਲ ਰਿਹਾ, ਇਹ ਦੇਖ ਕੇ ਬਹੁਤ ਹੀ ਮਨ ਉਦਾਸ ਵੀ ਹੁੰਦਾ ਅਤੇ ਡਰ ਵੀ ਦਾ ਕਿ ਅਜੇ ਵੀ ਇਸ ਖਤਰੇ ਨੂੰ ਨਹੀਂ ਪਛਾਣ ਰਹੇ, ਕਿਵੇਂ ਛੋਟੀਆਂ ਛੋਟੀਆਂ
ਅਹੁਦੇਦਾਰੀਆਂ ਪਿੱਛੇ ਲਾਲਚ ਵੀ ਮਾਇਆ ਦਾ ਬਾਦ ਬਹੁਤ ਬਾਦਲ ਦੇ ਖਿਲਾਫ ਰੌਂ ਬਣਿਆ, ਹੁਣ ਕਿਤੇ ਮੈਨੂੰ ਮੌਕਾ ਮਿਲ ਜੇ, ਤੈਨੂੰ ਨਹੀਂ ਮੈਨੂੰ ਮਿਲ ਜੇ, ਨਹੀਂ ਤੈਨੂੰ ਵੀ ਮੈਨੂੰ ਮਿਲ, ਪਰ ਜਿਹੜੀ ਦੌੜ ਲੱਗੀ ਪਈ ਹੈ ਸਾਰੀ ਨਾ, ਹਾਪੜਾ ਤਾਪੜੀ ਇਹਨੇ ਹਾਪੜੇ ਪਏ ਨੇ। ਸੋ ਇਹ ਹੈ ਜਿੱਥੋਂ ਸਾਰੀ ਸਿੱਖ ਅੱਜ ਦੀ ਜੋ ਆ ਰਹੀ ਹੈ, ਮਜ਼ਾਕ ਦਾ ਇਸ਼ੂ ਜਿੱਥੇ ਵੜ ਰਿਹਾ। ਸਾਡੀਆਂ ਸਾਰੀਆਂ ਪਰੰਪਰਾਵਾਂ ਜਿਹੜੀਆਂ ਮਹਾਨ ਪਰੰਪਰਾਵਾਂ ਨੇ ਉਹਨੂੰ ਮਜ਼ਾਕ ਦਾ ਇਸ਼ੂ ਬਣਾ। ਸਾਡੀ ਕੁਰਬਾਨੀ ਕਿੰਨੀ ਪਵਿੱਤਰ ਸੀ, ਕੁਰਬਾਨੀ ਕਰਕੇ ਸਾਡੀ ਸਾਰਾ ਕੁਛ ਸੀ, ਅਤੇ ਕੁਰਬਾਨੀ ਨੂੰ ਵੀ ਇਹ ਜਿਵੇਂ ਮਰਨ ਵਰਤ ਰੱਖਿਆ ਜਾਵੇ ਸੋਚ ਕੇ, ਜਿਵੇਂ ਲਾਭਹਾਨੀ ਦਾ ਪਹਿਲਾਂ ਇਹ ਤੋਂ ਇੰਨਾ ਕੁ ਫਾਇਦਾ ਹੋ ਜਾਊ, ਜੋ ਆਹ ਕੱਟੀ ਹੋਵੇ ਤੈਨੂੰ ਆਹ ਹੋ ਜੂ, ਔਰ ਵਰਤ ਰੱਖੇ ਜਾਂਦੇ ਆ, ਪਰ ਜੋ ਕੁਛ ਉਹ ਵਰਤਾਂ 'ਚ ਬਣਦਾ। ਅਲੋਕਤਾ ਕੌਮ ਨੇ ਸੰਤ ਫਤਿਹ ਸਿੰਘ ਅਤੇ ਉਹਨੂੰ 1800 ਮਾਫ਼ ਨਹੀਂ ਸੀ ਕੀ, ਜਥੇਦਾਰਾਂ ਨੇ ਵੀ ਸਜ਼ਾ ਲਾਤੀ ਸੀ ਕਿ ਸਾਰੀ ਕੌਮ ਲਈ ਨਫੋ ਇੱਕ ਵਾਰ ਰੱਦ ਕਰਤੇ ਸੀਗੇ, ਅਤੇ ਹੁਣ ਦੇਖ ਲਓ ਕੀ ਕੁਛ ਹੋ ਕੁਰਬਾਨੀ ਦੇ ਨਾਲ, ਕੁਰਬਾਨੀ ਹੋਈ ਕੀ ਬਣਾਤਾ। ਰਾਜ ਦੀ ਇੱਛਾ, ਰਾਜ ਸਿੱਖ ਦੀ ਲੋੜ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਕਲਚਰ ਸੋਸ਼ਲ ਇੰਸਟੀਟਿਊਸ਼ਨ ਦੇ ਵਿੱਚ ਅੰਬੈਡਡ ਨਹੀਂ, ਉਹ ਸਰਵਾਈਵ ਨਹੀਂ ਕਰ ਸਕਦਾ। ਸਕੂਲਾਂ 'ਚ ਕੀ ਪੜ੍ਹਾਇਆ ਜਾਂਦਾ, ਆਮ ਸੋਸਾਇਟੀ 'ਚ ਕੀ ਚੱਲ ਰਿਹਾ, ਮੀਡੀਆ 'ਚ ਕੀ ਚੱਲ ਰਿਹਾ, ਚੈਨਲ ਕੀ ਕਰ ਰਹੇ ਨੇ, ਸਾਰਾ ਡਿਸਕੋਰਸ ਕੀ ਚੱਲ ਰਿਹਾ, ਉਹ ਜੇ ਤੁਹਾਡਾ ਉਹਦੇ ਉੱਤੇ ਤੁਹਾਡਾ ਉਹ 'ਚ ਕੁਛ ਵੀ ਨਹੀਂ, ਤੁਹਾਡਾ ਧਰਮ ਕਿਵੇਂ ਸਰਵਾਈਵ ਕਰ। ਪਰ ਨਾਲ ਹੀ ਗੁਰੂ ਸਾਹਿਬ ਦੀ ਸਾਡੀ ਜਿਹੜੀ ਗੁਰਬਾਣੀ ਦੇ ਵਿੱਚੋਂ ਇਹ ਹੈ ਕਿ ਰਾਜ ਕਰਨ ਦੀ ਲਾਲਸਾ ਤੋਂ ਰਾਜ ਨਹੀਂ ਰਹਿਣ, ਇੱਕ ਬਹੁਤ ਵੱਡਾ ਪਿੱਛੇ ਨੋਬਲ ਮਿਸ਼ਨ ਹੈ, ਵੱਡੇ ਆਦਰਸ਼ ਸਿਰਫ ਆਪਦੀ ਉਹ ਲਲਕ ਪੂਰੀ ਕਰਨ ਵਾਸਤੇ। ਬਾਕੀਆਂ ਨਾਲੋਂ ਫਰਕ ਇਹ ਹੈ, ਬਾਕੀ ਕੌਮਾਂ ਦੇ ਵਿੱਚ ਉਹ ਪੈਦਾ ਹੁੰਦਾ ਅਤੇ ਸਾਡੇ ਵਿੱਚ ਉਹ ਨਹੀਂ। ਇਹ ਰਾਜ ਦੀ ਇੱਛਾ ਲਾਲਸਾ ਨਹੀਂ, ਪਰ ਰਾਜ ਸਾਡੀ ਲੋੜ ਦੀ, ਉਹਦੇ ਵਿੱਚੋਂ ਰਾਜ ਲੈਣ ਦਾ ਢੰਗ ਵੀ ਸਾਡਾ ਨਿਆਰਾ, ਉੱਥੇ ਰਾਜ ਦਾ ਵੀ। ਸੋ ਨੇਸ਼ਨ ਸਟੇਟ ਜਿਹੜੀ ਹੈ ਉਹ ਨੇਸ਼ਨ ਸਟੇਟ ਸਾਡਾ ਆਦਰਸ਼ ਨਹੀਂ ਬਣ, ਕਿਉਂਕਿ ਇਹਦਾ ਬੇਸ ਮਟੀਰੀਅਲਿਸਟ ਹੈ, ਅਧਿਆਤਮਕ ਨਹੀਂ। ਇਹਦੇ ਵਿੱਚੋਂ ਜਾਬਰ ਦਾਬਾ ਜ਼ੁਲਮ ਸਭ ਕੁਛ ਨਿਕਲੂਗਾ। ਉਹ ਲੋੜ ਹੈ ਤੁਹਾਡੀ, ਇੱਕ ਵਾਰ ਸਿਰਜ ਲਓਗੇ ਫਿਰ ਉਹਨੂੰ ਬਚਾਉਣ ਵਾਸਤੇ ਇਹੀ ਕੁਛ ਕਰਨਾ ਤੁਸੀਂ ਜੋ ਬਾਕੀ ਕਰ। ਸਾਡੇ ਰਾਜ ਦਾ ਆਧਾਰ ਮਟੀਰੀਅਲਿਸਟਿਕ ਨਹੀਂ, ਉਹ ਅਧਿਆਤਮਕ ਹੋ, ਇਸ ਕਰਕੇ ਉਹ ਨੇਸ਼ਨ ਸਟੇਟ ਹੀ ਨੇਮੀ ਰਾਜ। ਚਲੋ ਇਹ ਹੁਣ ਆਪਾਂ ਇਹ ਗੱਲ ਬਹੁਤ ਗਾਂ ਫਰਦਰ, ਉਹਨਾਂ ਨੇ ਨੇਸ਼ਨ ਸਟੇਟ ਦਾ ਸੰਕਲਪ 300-400 ਸਾਲਾਂ 'ਚ ਦੁਨੀਆ ਦੇ ਸਭ ਤੋਂ ਬਿਹਤਰੀਨ ਦਿਮਾਗਾਂ ਨੇ ਅਖੀਰ ਨੂੰ ਉਹ ਘੜਿਆ, ਕਿਤੇ ਜਾ ਕੇ ਉਹਨੂੰ ਪੋਲਿਸ਼ ਕੀਤਾ। ਅਤੇ ਸਾਡੇ ਕੋਲ ਤਾਂ ਅਜੇ ਇੱਕ ਐਂਬਰਾਨਿਕ ਆਈਡੀਆ, ਅਸੀਂ ਗੱਲ ਅਸੀਂ ਕਿਸ ਦਿਸ਼ਾ 'ਚ ਕੰਮ ਕਰ, ਸੋ ਅਸੀਂ ਦੁਨੀਆ ਸਾਹਮਣੇ ਇੱਥੇ ਪੇਸ਼ ਕਰਨਾ ਕਿ ਇੱਦਾਂ ਆਹ ਰਾਜ ਹੈ ਜਿਹਦੀ ਆ ਕਹਿਣ ਨਾਲ ਨੇ ਸਾਡਾ ਰਾਜ ਜੇਮੀ ਤੁਰੇ ਜਾਓ ਦੂਜੇ ਪਾਸੇ, ਉਹ ਤੁਹਾਡੇ ਅੱਜ ਦੇ ਅੰਮ੍ਰਿਤ ਤੋਂ ਅੱਜ ਦੇ ਕਰਦਾਰ 'ਚੋਂ ਵੀ ਚੱਲ। ਸੋ ਜਿਹੜੀ ਮਾਡਰਨ ਸਟੇਟ ਹੈ, ਪਸਮਾ ਦੋ ਉਹਦੀਆਂ ਸਿਰ, ਮੈਂ ਤੁਹਾਨੂੰ ਜਹੂਦੀਆਂ ਦੇ ਕਿ ਜਹੂਦੀਆਂ ਨੇ ਆਪਦੇ ਸਾਰੇ ਸੰਤਾਪ 'ਚੋਂ ਕੀ ਸਿੱਟੇ ਕੱਢੇ, ਅਤੇ ਦੋ ਕੁਟੇਸ਼ਨਾਂ ਪੜ੍ਹ ਕੇ ਸੁਣਾਉਣੀਆਂ ਚਾਹੁੰਦਾ, ਉਸ ਤੋਂ ਬਾਅਦ ਮੈਂ ਆਖਣਾ ਜਿਹੜੀ ਗੱਲਬਾਤ ਹੈ ਉਹ ਖਤਮ ਕਰ। ਜਿਹੜਾ ਅਸੀਂ ਇਹ ਕਹਿੰਦੇ ਹਾਂ ਨਾ ਕਿ 1984 ਵਿੱਚ ਸਾਡੇ ਕੋਲ ਸਾਡੇ ਨਾਲ ਜੋ ਕੁਛ ਹੋਇਆ ਉਹਦੀ ਲੋਕ ਸਭਾ 'ਚੋਂ ਕਿਤੇ ਵੀ ਮਾਫ਼ੀ ਨਹੀਂ ਮੰਗੀ ਗਈ। ਮਾਫ਼ੀ ਮੰਗਣ ਵਾਸਤੇ ਦੋ ਚੀਜ਼ਾਂ ਜੋ ਮਾਫ਼ੀ ਨਿਕਲ ਸਕਦੀ ਹੈ, ਇੱਕ ਤਾਂ ਪਛਤਾਵਾ, ਗੁਨਾਹ ਦਾ ਅਹਿਸਾਸ ਜਿਹੜੀ ਜੈਲ ਹੁੰਦੀ ਹੈ, ਇੱਕ ਰਾਜਨੀਤਿਕ ਮਜ਼ਬੂਰੀ 'ਚ, ਨਾ ਉਹਨਾਂ ਨੂੰ ਗੁਨਾਹ ਦਾ ਅਹਿਸਾਸ ਹੈ ਨਾ ਮਜ਼ਬੂਰੀ ਹੈ, ਕਿਉਂਕਿ ਅਸੀਂ ਥੋੜ੍ਹੇ ਹਾਂ।
ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਅਤੇ ਥੋੜ੍ਹੇ ਵੀ ਉਹਨਾਂ ਨਾਲ ਬਹੁਤ ਰਲੇ ਪਏ, ਉਹਨਾਂ ਤੋਂ ਕੋਈ ਮਜਬੂਰੀ। ਜੇ ਸਿੱਖਾਂ 'ਚੋਂ ਫੌਜਾਂ 'ਚੋਂ ਵੱਡੀ ਪੱਧਰ 'ਤੇ ਅਸਤੀਫੇ ਦਿੱਤੇ ਹੁੰਦੇ, ਪੁਲਿਸ 'ਚੋਂ ਅਸਤੀਫੇ ਦਿੱਤੇ ਹੁੰਦੇ, ਵੱਡੇ ਐਜੂਕੇਸ਼ਨਿਸਟ ਨੇ ਦਿੱਤੇ ਹੁੰਦੇ, ਅਤੇ ਆ ਕੇ ਇਕੱਠੇ ਖੜ ਜਾਂਦੇ, ਉਹਨਾਂ ਦੀ ਕੀ ਮਜਾਜ ਸੀ ਉਹ ਮਾਫੀ ਨਾਲ ਮਜਬੂਰੀ 'ਚ? ਪਰ ਉਹ ਮਜਬੂਰੀ ਬਣੀ। ਸੋ ਇਹ ਜਿਹੜੀ ਇਹਦੀ ਵਿਆਖਿਆ ਕੀ ਹੈ ਵੀ ਕਿਉਂ? ਦੂਜੇ ਪਾਸੇ ਜਦੋਂ ਆਪਣੀ ਉਹ ਅਮਰਨਾਥ ਯਾਤਰਾ 'ਤੇ ਗਏ ਬੰਦੇ, ਮੌਸਮ ਖਰਾਬ ਹੋ ਗਿਆ, ਉਹਦੇ 'ਚ ਮਰ ਗਏ ਉਹਨਾਂ ਦੇ ਸ਼ਰਧਾਲੂ, ਸਾਰੀ ਪਾਰਲੀਮੈਂਟ ਨੇ ਖੜ੍ਹ ਕੇ ਮੋਲ ਧਾਰਿਆ ਅਤੇ ਅਫਸੋਸ ਜ਼ਾਹਰ ਕੀਤਾ। ਸਣੇ ਕਮਿਊਨਿਸਟਾਂ ਸਾਰੀ ਟੋਟਲ ਜਨੈਨੀਮਸ, ਉੱਥੇ ਕਿਸੇ ਦਾ ਦੋਸਤ ਵੀ ਮੌਸਮ ਖਰਾਬ ਹੋ ਗਿਆ ਸੀ, ਸਾਰੇ ਦੇਸ਼ 'ਚ ਕਿੰਨਾ ਸੋਗ ਹੈ, ਇੱਥੇ ਜਿਸ ਤਰੀਕੇ ਨਾਲ ਮਾਰੇ ਗਏ ਜਿਵੇਂ ਮਾਰੇ ਗਏ ਕੋਈ ਅਸਰ ਨਹੀਂ। ਕਿਉਂ? ਉਹ ਨੇਸ਼ਨ ਸਟੇਟ ਦੇ ਕਰੈਕਟਰ 'ਚ ਗੱਲ, ਇਹ ਨੇਸ਼ਨ ਸਟੇਟ ਉਹਦੀ ਕੀ ਹੈ, ਇਹਦੇ 'ਚ ਉਹਦੀਆਂ ਨੇ ਕਿਵੇਂ ਡਿਫਾਈਨ ਕੀਤਾ ਵੀ ਆਪਦੇ ਤਜਰਬੇ 'ਚ। ਮਾਡਰਨ ਨੇਸ਼ਨ ਸਟੇਟ ਸ਼ੁੱਡ ਬੀ ਸੀਨ ਐਜ ਏ ਪੈਰੀਮੀਟਰ ਆਫ ਏ ਕੰਪਲਸਰੀ ਯੂਨੀਵਰਸ ਆਫ ਐਵਲੀ ਓਬਲੀਗੇਸ਼ਨ ਦੀ ਕੁਲੈਕਟਿਵ ਕੌਨਸ਼ੀਅਸ ਇਜ ਡਿਫਾਈਡ ਬਾਈ ਦੀ ਬਾਉਂਡਰੀਜ ਆਫ ਦੀ ਯੂਨੀਵਰਸ ਆਫ ਓਬਲੀਗੇਸ਼ਨ ਦੈਟ ਸਰਕਲ ਆਫ ਪਰਸਨਸ ਟੂ ਵਰਡਸ ਹੂਮ ਓਬਲੀਗੇਸ਼ਨ ਆਰ ਓਡ ਟੂ ਹੂਮ ਦੀ ਰੂਲਸ ਅਪਲਾਈ ਐਂਡ ਹੂਜ ਇੰਜਰੀਜ਼ ਕਾਲ ਫਾਰ ਐਕਸਪੀਏਸ਼ਨ ਪਸ਼ਚਾਤਾਪ ਬਾਈ ਦੀ ਕਮਿਊਨਿਟੀ ਵਿਦ ਇਨ ਐਨੀ ਪੋਲਿਟੀ ਦੀ ਡੋਮੀਨੇਟ ਗਰੁੱਪ ਡਿਫਾਈਨਸ ਦੀ ਬਾਉਂਡਰੀਜ਼ ਆਫ ਦੀ ਯੂਨੀਵਰਸ ਆਫ ਹੈਬਿਲੀਟੇਸ਼ਨ ਐਂਡ ਸੈਂਕਸ਼ਨ ਵਾਇਓਲੇਸ਼ਨ ਲੀਗਲ ਇਫ ਦਿਜ ਔਰ ਵਾਇਓਲੇਸ਼ਨ ਆਫ ਰਾਈਟਸ ਆਫ ਪਰਸਨ ਵਿਦ ਇਨ ਦੀ ਯੂਨੀਵਰਸ ਆਰ ਓਫੈਂਸਿਵ ਅਗੇਂਸਟ ਦੀ ਕੁਲੈਕਟਿਵ ਕੌਨਸ਼ੀਅਸ ਦੈਟ ਪ੍ਰੋਵੋਕ ਦੀ ਨੀਡ ਫਾਰ ਸੈਂਕਸ਼ਨ ਅਗੇਂਸਟ ਦੀ ਪਰਪੈਕਟਿਵ ਇਨ ਆਰਡਰ ਟੂ ਮੇਨਟੇਨ ਦੀ ਗਰੁੱਪ ਸੋਲਡਰ ਵਾਇਓਲੇਸ਼ਨ ਔਰ ਕੁਲੈਕਟਿਵ ਵਾਇਓਲੇਸ਼ਨ ਅਗੇਂਸਟ ਦੋਜ ਆਊਟਸਾਈਡ ਦੀ ਬਾਉਂਡਰੀਜ ਡੂ ਨਾਟ ਪ੍ਰੋਵੋਕ ਸੱਚ ਏ ਨੀਡ ਇਨਸਟੈਡ ਸੱਚ ਵਾਇਓਲੈਂਸ ਇਟ ਲਾਈਕਲੀ ਟੂ ਬੀ ਐਕਸਪਲੇਨਡ ਐਜ ਏ ਜਸਟ ਪਨਿਸ਼ਮੈਂਟ ਫਾਰ ਦੇਅਰ ਆਫੈਂਸ ਸੋ ਦੈਟ ਕਹਿਣ ਤੋਂ ਭਾਵ ਆ ਜਿਹੜੀ ਮਾਡਰਨ ਨੇਸ਼ਨ ਸਟੇਟ ਹੈ ਨਾ ਇਹਨੂੰ ਇੱਕ ਦੇਖੋ ਵੀ ਇਹ ਇੱਕ ਦਾਇਰਾ ਵਿੱਚ ਲੈਂਦੀ ਹੈ ਵੀ ਸਾਡੇ 'ਚ ਕੌਣ ਸ਼ਾਮਿਲ ਹੈ ਕੰਪਲਸਰੀ ਯੂਨੀਵਰਸ ਆਫ ਓਬਲੀਗੇਸ਼ਨ ਉਹ ਕੌਣ ਮਿਲਤਾ ਜਿਹੜਾ ਡੋਮੀਨੈਂਟ ਸਰਕਲ ਆਹ ਸਾਡੇ ਬੰਦੇ ਆ ਇਹਨਾਂ ਬੰਦਿਆਂ 'ਤੇ ਜਦੋਂ ਕੋਈ ਜਨਰਲ ਜਾਂ ਕੋਈ ਇਹੋ ਜਿਹੀ ਵਧੀਕੀ ਹੋ ਤਾਂ ਉਹਦੇ ਨਾਲ ਗੜਬੜ ਹੋ ਪਰ ਜਿਹੜੇ ਬੰਦੇ ਉਹ ਤੋਂ ਬਾਹਰ ਕੱਢਤੇ ਉਹਨਾਂ 'ਤੇ ਕੋਈ ਕਿਉਂਕਿ ਉਹਨੂੰ ਬੰਦਿਆਂ ਦੇ ਘੇਰੇ 'ਚੋਂ ਬਾਹਰ ਕੱਢ ਜਿਹੜਿਆਂ ਦਾ ਵਾਪ ਲੰਡਨ 'ਚ ਨਹੀਂ ਸੀ ਵਾਪਰ ਸਕਦਾ ਇੰਗਲੈਂਡ ਵਾਸੀਆਂ ਨੇ ਇਹ ਕਿਵੇਂ ਮਾਫ ਕਰਨਾ ਸੀ ਹਿੰਦੁਸਤਾਨ ਕਿਉਂਕਿ ਉਹਨਾਂ ਤੋਂ ਘੇਰੇ 'ਚੋਂ ਬਾਹਰ ਕੱਢੇ ਹੋਏ ਸੀ ਕਿ ਜਿਹੜੇ ਕਲੋਨੀ ਪਾਪੂਲੇਸ਼ਨ ਸੀਗੀ ਸੋ ਇਹ ਜਿਹੜਾ ਨੈਸ਼ਨਲ ਦੀ ਜੋ ਮੈਂ ਨੇਸ਼ਨ ਸਟੇਟ ਹੈ ਇਹ ਇੰਟਰਨਲ ਕਲੋਨੀ ਵੀ ਪੈਦਾ ਕਰ ਇੰਟਰਨਲ ਕਲੋਨੀਅਲਿਜ਼ਮ ਸੋ ਇਹ ਜਿਹੜਾ ਪੰਜਾਬ ਹੈ ਅਮਨਦੀਪ ਸਿੰਘ ਬੈਠਣਾ ਨੇ ਪਿੱਛੇ ਜੋ ਕੁਛ ਦਿਨ ਹੋਏ ਆ ਰੇ ਆਪਣਾ ਸਫਲ ਜਾਮਨ ਨੇ ਕਲੈਸਟਿਕ ਟਾਕ ਕੀਤੀ ਹੈ ਅਤੇ ਇਹਨਾਂ ਨੇ ਬੜੀ ਨਵੀਂ ਗੱਲ ਨਵੀਂ ਪਹਿਲੀ ਵਾਰ ਇਹ ਗੱਲ ਟਰਮ ਲਿਆਉਂਦੀ ਕਿ ਪੰਜਾਬ ਇਜ ਐਨ ਆਕੂਪਾਈਡ ਸਾਨੂੰ ਉਸ ਘੇਰੇ 'ਚੋਂ ਬਾਹਰ ਕੱਢਿਆ ਹੋਇਆ ਇਸ ਕਰਕੇ ਜੇ ਉਹ ਮਰ ਗਏ ਕੋਈ ਗੱਲ ਆਪਦੇ ਦੇ ਮੌਸਮ ਕਰਕੇ ਵੀ ਮਰ ਜਾਂਦੇ ਨੇ ਕਿਤੇ ਉਹਦੇ ਨਾਲ ਵੀ ਸਾਰੇ ਸੋ ਕਿਉਂਕਿ ਉਹਨਾਂ ਦੀ ਉਮਜੋ ਸੋ ਇਹ ਨੇਸ਼ਨ ਸਟੇਟ ਜਿਹੜੀ ਸੀਗੀ ਇਸ ਤਰ੍ਹਾਂ ਇੱਕ ਇੱਕ ਕੋਟੇਸ਼ਨ ਉਹਨਾਂ ਨੇ ਹੋਰ ਕਹੇ
the chief social instrument of human suffering in the 20th century has been the modern state. ਇਹ ਵੀ ਸਦੀ 'ਚ ਜਿਹੜੇ ਸਭ ਤੋਂ ਜੋ ਵੀ ਮਨੁੱਖ ਕਸ਼ਟ ਚੱਲਣੇ ਪਏ ਮਨੁੱਖਤਾ ਨੂੰ ਉਹ ਨੇ ਸਟੇਟ ਕਰਤੇ ਮਾਡਰਨ ਸਟੇਟ ਦੀ ਬਿਊਰੋਕਰੇਟਿਕ ਹਰਿਆਰਕੀਕਨ ਰੈਸ਼ਨਲਾਈਜ਼ਡ ਸਟਰਕਚਰ ਆਫ ਦੀ ਮਾਡਰਨ ਇੰਡਸਟਰੀਅਲ ਸਟੇਟ ਇਜ ਏ ਸੋਸ਼ਲ ਇਨਵੈਂਸ਼ਨ ਦੈਟ ਹੈਜ਼ ਇਵੋਲਵਡ ਇਨ ਦਿਸ ਸੈਂਚਰੀ ਇਨ ਟੂ ਏ ਹਿਸਟੋਰੀਕਲੀ ਅਨਪੈਰਲਡ ਇੰਜਨ ਫਾਰ ਐਫੀਸ਼ੀਐਂਟ ਹਿਊਮਨ ਡਿਸਟਰਕਸ਼ਨ ਇਹ ਇੱਕ ਅਜਿਹਾ ਇੰਜਨ ਬਣ ਗਿਆ ਡਿਸਟਰਕਸ਼ਨ ਵਾਸਤੇ ਇਹਦੇ 'ਚ ਕੀ ਹੁੰਦਾ ਕਿ ਜਿੰਨੀਆਂ ਵੀ ਸਮਾਜ ਦੇ ਵਿੱਚ ਖਿੜੀਆਂ ਵਿਖਰੀਆਂ ਤਾਕਤਾਂ ਸਟੇਟ ਉਹਨਾਂ ਸਾਰੀਆਂ ਨੂੰ ਕੋਆਰਡੀਨੇਟ ਕਰ ਲੈਂਦੀ ਹੈ ਇੱਕ ਵੱਧਵੀਂ ਦਿਸ਼ਾ 'ਤੇ ਭਾਵੇਂ ਕੋਈ ਗਊ ਰਕਸ਼ਕ ਹੈ ਭਾਵੇਂ ਕੋਈ ਬਦਮਾਸ਼ ਹੈ ਭਾਵੇਂ ਕੋਈ ਗੁੰਡਾ ਹੈ ਭਾਵੇਂ ਕੋਈ RSS ਦਾ ਕਮਿਟਡ ਹੈ ਪਰ ਜਿਹੜਾ ਵੀ ਉਸ ਤਰ੍ਹਾਂ ਦਾ ਐਲੀਮੈਂਟ ਹੋਊਗਾ ਉਹ ਸਟੇਟ ਨੇ ਉਹਨੂੰ ਇੱਕ ਹਿਸਾਬ ਨਾਲ ਵੱਧਵੀਂ ਦਿਸ਼ਾ 'ਤੇ ਸੋ ਉਦੋਂ ਉਹ ਦੇਖੋ ਫਿਰ ਉਹ ਤਾਕਤ ਕਿੱਡੀ ਬਣਦੀ ਹੈ ਸੋਸ਼ਲ ਟੈਰਰ ਇੱਕ ਵਾਰ ਪੈਰ ਤੁਸੀਂ ਪਤਾ ਨਹੀਂ ਕਿਸੇ ਨੇ ਫੋਟੋ ਦੇਖੀ ਹੋਵੇ ਪਾਸੋਂ ਸ਼ਫੀ ਸਿੰਘ ਜੀ ਨੇ ਐਕਸਪ੍ਰੈਸ ਦੇ ਵਿੱਚ ਪੰਚਕੂਲੇ ਦੇ ਵਿੱਚ RSS ਦੇ ਵਲੰਟੀਅਰਸ ਨੇ ਵਰਦੀਆਂ ਪਾ ਕੇ ਮਾਰਚ ਕੀਤਾ ਮੂਹਰੇ ਮੋਟਰਸਾਈਕਲਾਂ ਦਾ ਦਸਤਾ ਪਿੱਛੇ ਲਾਠੀਆਂ ਨੇ ਜਿਵੇਂ ਪੂਰੀ ਫਸਲ ਉੱਗੀ ਹੁੰਦੀ ਹੈ ਉੱਪਰ ਚੁੱਕੀਆਂ ਹੋਇਆ ਲਾਠੀਆਂ ਉਹ ਸਪੈਕਟੇਕਲ ਦੇਖੋ ਦਹਿਸ਼ਤ ਦਾ ਅਤੇ ਜਿਹਨੇ ਨਾਜ਼ੀਆਂ ਦੇ ਜਲੂਸ ਦੇਖੇ ਨੇ ਜਰਮਨੀ ਦੇ ਵਿੱਚ ਹਿਟਲਰ ਵੇਲੇ ਉਹ ਘੱਟ ਅੰਦਾਜ਼ਾ ਲਾ ਸਕਦੇ ਨੇ ਕਿ ਕੀ ਹੋਣ ਜਾ ਰਿਹਾ ਸੋਸ਼ਲ ਟੈਰਰ ਬਸ ਇਹਦਾ ਨੇ ਕਿਹਾ ਅੱਜ ਸਮਾਂ ਬਹੁਤ ਹੋ ਗਿਆ ਮੈਂ ਇੱਕੋ ਹੀ ਗੱਲ ਦੇ ਉੱਤੇ ਚਕਾਵ ਨਹੀਂ ਮੈਂ ਚਕਾਵ ਨਹੀਂ ਨਾ ਕਿ ਇਹ ਇੱਕ ਜਿਹੜੀ ਹੈਗੀ ਹੈ ਗੱਲ ਵਧਾ ਘਟਾ ਕੇ ਨਹੀਂ ਰੀਅਲ ਡੇਂਜਰ ਵੀ ਦਿਨ ਕਿਹੋ ਜਿਹੇ ਆ ਸਕਦੇ ਨੇ ਇਹਦਾ ਸਾਨੂੰ ਵੋਟਾਂ ਦਾ ਭੇਖਾ ਬਣ ਗਿਆ ਨਾ ਵੋਟਾਂ ਪਾ ਲਓ ਜਿਹਨੂੰ ਮਰਜ਼ੀ ਲਾ ਲਓ ਜਿਹਨੂੰ ਮਰਜ਼ੀ ਕਰ ਲਓ ਉਹ ਵੋਟਾਂ ਦਾ ਇੱਕ ਉਹਨਾਂ ਦੇ ਪੈਰੀਮੀਟਰ ਅਨੁਸਾਰ ਹੀ ਜਿਹੜਾ ਉਹਨਾਂ ਨੂੰ ਕਬੂਲ ਹੋ ਉਹ ਤਾਂ ਚੱਲ ਜਾਣਗੇ ਉਹ ਦੂਜੇ ਨੂੰ ਪਹਿਲੀ ਗੱਲ ਤਾਂ ਆਉਣ ਨਹੀਂ ਦੇਣਗੇ ਜੇ ਆ ਜਾਏ ਬਾਈ 'ਚ ਬਾਈ ਚਾਂਸ ਸਾਨੂੰ ਚੱਲਣ ਨਹੀਂ ਦੇਣਗੇ ਕਿਤੇ ਵੀ ਚੱਲਣ ਦੇ ਕਿਤੇ ਵੀ ਹਿੰਦੁਸਤਾਨ ਦੇ ਕਿਸੇ ਵੀ ਹਿੱਸੇ 'ਚ ਜਿਹੜਾ ਉਹਨਾਂ ਮੁਤਾਬਕ ਨਹੀਂ ਢਲ ਅਕਾਲੀ ਜਦੋਂ ਨਹੀਂ ਢਲੇ ਸੀਗੇ ਕੋਈ ਸਰਕਾਰ ਇਹਨਾਂ ਦੀ ਕਦੇ ਪੂਰੀ ਨਹੀਂ ਸੀ ਚੱਲ ਹੁਣ ਪੂਰੇ ਢਲ ਗਏ ਉਹਨਾਂ ਮੁਤਾਬਕ ਹੁਣ ਉਹਨਾਂ ਨੂੰ ਆਪ ਕਰਨ ਦੀ ਕੀ ਲੋੜ ਹੁਣ ਇਹਨਾਂ ਰਾਇਲ ਕਰਵਾਉਣਗੇ ਸੋ ਜੇ ਕਿਤੇ ਲੋੜ ਪਈ ਉਹਨਾਂ ਨੂੰ ਵੀ ਇਹ ਜਿਹੜਾ ਵੋਟਾਂ ਢੰਗ ਹੈ ਇਹਦੇ ਨਾਲ ਸਭੀ ਤਾਕਤ ਖਤਰਾ ਇਹਦੇ ਵਾਸਤੇ ਅੱਜ ਦੇ BJP ਨੂੰ ਜਾਂ RSS ਨੂੰ ਤਾਂ ਅਨੀ ਦੱਤੀ ਰਾਏ ਜਿਹੜੀ ਬਹੁਤ ਵੱਡੀ ਐਕਟੀਵਿਸਟ ਵੀ ਹੈ ਅਤੇ ਕਰੂਸੇਡਰ ਵੀ ਹੈ ਉਹਨੇ ਇਹ ਗੱਲ ਵਾਰਨ ਕੀਤਾ ਕੋ ਸਾਰੇ ਦੇਸ਼ ਇਹ ਕੋਈ ਵੱਡੀ ਗੱਲ ਨਹੀਂ ਮਿਲਟਰੀ ਸਿੱਧੀ ਆਪਦੇ ਹੱਥ 'ਚ ਤਾਂ ਹੁਣ ਇਹ ਤਾਕਤ ਛੱਡਣਗੇ ਬੜੇ ਚਿਰਾਂ ਬਾਅਦ ਇਹਨਾਂ ਦੇ ਹੱਥ 'ਚ ਤਾਕਤ ਆਈ ਹੈ ਏਜੰਡਾ ਮਿਥ ਲਿਆ ਇਹਨਾਂ ਨੇ ਟਾਸਕ ਕੱਢ ਲਏ ਹਰ ਫਰੰਟ 'ਤੇ ਇੱਥੇ ਆਹ ਕਰਨਾ ਆਪ ਤਾਂ ਅੰਦਾਜ਼ਾ ਵੀ ਲਾ ਸਕਦੇ ਇਹਨਾਂ ਨੇ ਕਿੰਨਾ ਕੰਮ ਕੀਤਾ ਕਿੰਨੇ ਚਿਰ ਤੋਂ ਕੰਮ ਜਦੋਂ ਤਾਕਤ ਨਹੀਂ ਸੀ ਉਦੋਂ ਕੀ ਸੀਗੇ ਇਹ ਆਪਾਂ ਨੂੰ ਸਮਝਣਾ ਚਾਹੀਦਾ ਕਿਤੇ ਉੱਚਾ ਬੋਲ ਨਹੀਂ ਬੋਲੇ ਅੰਦਰ ਕੰਮ ਕਰੀ ਗਿਆ ਹੁੰਦਾ ਸਾਰੀ ਇਹਦੀ ਅੱਜ ਉਹਦੇ 'ਚ ਜ਼ਹਿਰ ਪੈਦਾ ਹੋ ਗਿਆ ਸਭ ਕੁਛ ਪਹਿਲਾਂ ਸੀ ਪਰ ਕੰਮ ਕਰਨ ਦਾ ਠੇਕਾ ਦੇਖੋ ਵੀ ਜਿੰਨਾ ਚਿਰ ਸਾਡੇ ਕੋਲ ਸਾਡੇ ਹਾਲਤਾਂ ਨਹੀਂ ਅੰਦਰ ਜਥੇਬੰਦੀ ਬਣਾਈ ਗਏ ਪ੍ਰਚਾਰ ਕਰੀ ਗਏ ਲੋਕਾਂ ਨੂੰ ਤਿਆਰ ਕਰੀ ਗਏ ਹੁਣ ਹੱਥ 'ਚ ਪਾਵਰ ਆ ਗਈ ਹੈ ਹੁਣ ਉਹ ਪਾਵਰ ਦੇ ਸਿਰ 'ਤੇ ਏਜੰਡਾ ਮਿਥ ਲਿਆ ਇਸ ਫਰੰਟ 'ਤੇ ਆਹ ਕਰਨਾ ਹੈ ਅਤੇ ਆਹ ਕਰਨਾ ਇੱਕ ਇੱਕ ਕਰਕੇ ਸਭ ਕੁਛ ਲਾਗੂ ਹੋਈ ਜਾ ਰਿਹਾ ਅਤੇ ਜੇ ਨਾਲ ਲੱਗੇ ਕਿ ਆਉਣ ਵਾਲੀ ਇਲੈਕਸ਼ਨ 'ਚ ਹਾਰਨ ਦਾ ਖਤਰਾ ਹੈ ਤਾਂ ਇਹ ਜਿਹੜਾ ਡੈਮੋਕ੍ਰੇਸੀ ਦਾ ਭਰਮ ਦੀ ਹੈ ਬਾਕੀ ਬਹੁਤ ਦੇਸ਼ਾਂ 'ਚ ਟੁੱਟਿਆ ਹੈ ਅਤੇ ਇੱਥੇ ਵੀ ਸੋ ਸਿੱਖਾਂ ਨੂੰ ਮਤਲਬ ਇਹ ਸਾਰੇ ਕੁਛ ਦੀ ਰੋਸ਼ਨੀ ਕਿ ਜਿਹੜਾ ਨੈਸ਼ਨ ਦੇ ਜਿਵੇਂ ਉਹ ਸਾਨੂੰ ਗੁਰੂਆਂ ਨਾਲੋਂ ਤੋੜਦਾ ਜੋ ਸਾਡੀ ਧਰਤੀ ਅਸੀਂ ਗੁਰੂ ਪ੍ਰਤੀ ਸੱਚੇ ਨਹੀਂ ਰਹਿ ਸਕਦੇ
ਕਿਉਂਕਿ ਕੁਦਰਤ ਦਾ ਨਿਯਮ, ਸ੍ਰਿਸ਼ਟੀ ਦਾ ਨਿਯਮ ਅਨੇਕਤਾ ਹੈ, ਵੰਨ ਸੁਵੰਨਤਾ। ਰਚੀਏ ਇਸ ਤਰ੍ਹਾਂ ਰਚਨਹਾਰ ਨੇ, ਨਹੀਂ ਤਾਂ ਇੱਕੋ ਕਿਸਮ ਦਾ ਫੁੱਲ ਹੁੰਦਾ, ਇੱਕੋ ਕਿਸਮ ਦੇ ਪੰਛੀ ਹੁੰਦਾ ਕੋਈ। ਇਹ ਸਾਰੀ ਇੰਨੀ ਇਹਦੀ ਖੂਬਸੂਰਤੀ ਹੈ, ਬਿਊਟੀ ਇਹਦੀ ਹੈ, ਇਹਦੀ ਗੁਰਬਾਣੀ ਦੇ ਵਿੱਚ ਉਹਦੀ ਵਿਚਿੱਤਰਤਾ, ਉਹਦੀ ਅਨੰਤਤਾ, ਉਹਦੀ ਵਿਭਿੰਨਤਾ, ਉਹ ਇਹੀ ਤਾਂ ਹੈ ਸਾਰਾ ਉਹਦਾ ਗੀਤ ਗਾਇਆ ਹੋਇਆ। ਅਤੇ ਉਹ ਡਿਫਰੈਂਸ ਖਤਮ ਕਰਨੇ, ਡਾਇਵਰਸਿਟੀ, ਅਨੇਕਤਾ ਦਾ ਮਤਲਬ ਇਕੱਲੀ ਬਾਇਓਡਾਇਵਰਸਿਟੀ ਵੀ, ਕੁਛ ਪੰਛੀਆਂ ਦੇ ਜੀ ਕੁਛ ਜਾਤੀਆਂ ਅਲੋਪ ਹੋ ਰਹੀਆਂ, ਕੁਛ ਪੌਦੇ ਦੀਆਂ ਜਾਤੀਆਂ ਅਲੋਪ ਹੋ ਰਹੀਆਂ, ਕਲਚਰਲ ਡਾਇਵਰਸਿਟੀ। ਹੁਣ ਕਈਆਂ ਨੂੰ ਮਤਲਬ ਪੰਛੀਆਂ ਦੀਆਂ ਕੋਈ ਜਾਤੀਆਂ ਅਲੋਪ ਹੋਣ 'ਤੇ ਤਾਂ ਬੜਾ ਮਤਲਬ ਜਿਹਨਾਂ ਨੂੰ ਲੱਗ ਰਿਹਾ ਬਹੁਤ ਜ਼ੁਲਮ ਹੋ ਗਿਆ, ਅਤੇ ਜਦੋਂ ਪੂਰੇ ਸੱਭਿਆਚਾਰ ਖਤਮ ਕਰਤੇ ਕੀਤੇ ਜਾ ਰਹੇ, ਉਹ ਇਹ ਸਿਵਲਾਈਜੇਸ਼ਨ ਹੋ ਰਹੀ ਹੈ, ਇਹ ਵਿਕਾਸ ਹੋ ਰਿਹਾ। ਸੋ ਵਿਕਾਸ ਦੇ ਨਾਂ 'ਤੇ, ਨੈਸ਼ਨਲ ਸਿਕਿਉਰਿਟੀ ਦੇ ਨਾਂ 'ਤੇ ਅਤੇ ਡਿਵੈਲਪਮੈਂਟ ਦੇ ਨਾਂ 'ਤੇ ਵੱਡੇ ਕ੍ਰਾਈਮ। ਨੈਸ਼ਨਲ ਸਿਕਿਉਰਿਟੀ ਮੀਨਸ ਸਿਕਿਉਰਿਟੀ ਆਫ ਦੀ ਸਟੇਟ, ਨਾਟ ਸਿਕਿਉਰਿਟੀ ਆਫ ਦੀ ਅਨਡਿਵੈਲਪ। ਬਹੁਤ ਖਰਚਾ, ਬਜਟ ਲਗਾਤਾਰ ਵੱਧ ਰਿਹਾ, ਮਾਰੂ ਤੋਂ ਮਾਰੂ ਹਥਿਆਰ, ਮਾਰੂ ਤੋਂ ਮਾਰੂ ਇੰਤਜ਼ਾਮ, ਅਨੀਟ ਕਮਾਂਡੋ ਕੋਈ ਕਿਤੇ ਇਸਰਾਈਲ 'ਚੋਂ ਟ੍ਰੇਨਿੰਗ ਲੈ ਕੇ ਆਉਂਦੇ ਨੇ, ਕਿਤੇ ਅਮਰੀਕਾ ਤੋਂ ਟ੍ਰੇਨਿੰਗ ਲੈ ਕੇ ਆਉਂਦੇ ਨੇ, ਸਾਰਾ ਜ਼ੋਰ ਇਹ ਲੱਗਿਆ ਪਿਆ। ਡਿਵੈਲਪਮੈਂਟ ਮੀਨਸ ਡਿਵੈਲਪਮੈਂਟ ਆਫ ਦੀ ਸਟੇਟ, ਨਾਟ ਆਫ ਦੀ ਸਟੇਟ। ਸੋ ਇਹ ਇਹਦਾ ਕਰੈਕਟਰ ਹੈ, ਮਤਲਬ ਜਿੰਨਾ ਅਸੀਂ ਸਟੇਟ ਦੇ ਕਰੈਕਟਰ ਨੂੰ ਠੀਕ ਸਮਝਾਂਗੇ, ਮੌਕੇ ਦੀ ਅੱਜ ਦੇ ਹਾਲਾਤ ਨੂੰ ਸਮਝਾਂਗੇ, ਉਹਦੇ ਵਿੱਚੋਂ ਫਿਰ ਸਾਡਾ ਰਾਹ ਕੀ ਬਣਦਾ ਗੁਰਮਤੀ ਰੋਸ਼ਨੀ ਦੇ ਵਿੱਚ, ਇਹ ਕੰਮ ਬੈਠ ਕੇ ਸਿੱਖ ਦਾ ਸਵਰਾਜ ਕਲੈਕਟਿਵਾਂ ਵਿਦਵਾਨਾਂ ਨਾਲ ਕਰਨ ਵਾਲਾ ਸੰਜੀਦਗੀ ਨਾਲ, ਬਿਨਾਂ ਕੋਈ ਰੌਲਾ ਪਾਇਆ, ਬਿਨਾਂ ਕੋਈ ਇਸ ਤਰ੍ਹਾਂ ਦਾ ਹੋ ਹੱਲਾ ਕੀਤੇ, ਇਹ ਹੁੰਦਾ ਕੌਮ ਦੇ ਕੰਮ ਕਰਨ ਦਾ ਤਰੀਕਾ। ਸੋ ਇੰਨੀਆਂ ਕੁ ਵਿਚਾਰਾਂ ਤੁਹਾਡੀ ਅਵਸਰ ਹੈ ਬਹੁਤ ਬਰੀਫ ਦੇ ਵਿੱਚ, ਬਾਕੀ ਕਦੇ ਫਿਰ ਮੌਕਾ ਮਿਲਿਆ ਆਪਾਂ ਫਿਰ ਕਰਾਂਗੇ। ਸੋ ਇੱਕ ਵਾਰ ਫਿਰ ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਿਹੜੇ ਉੱਤਮੀ ਨੌਜਵਾਨ ਜਿਨ੍ਹਾਂ ਨੇ ਇਹ ਹੰਬੜਾ ਮਾਰਿਆ, ਉਦਮ ਕੀਤਾ, ਉਹਨਾਂ ਦਾ ਫਿਰ ਮੈਂ ਬਹੁਤ ਤੁਹਾਨੂੰ ਵਧਾਈ ਵੀ ਦਿੰਦਾ ਅਤੇ ਉਹਨਾਂ ਦਾ ਧੰਨਵਾਦ ਵੀ ਕਰਦਾ। ਸੋ ਫਿਰ ਆਪਾਂ ਇਸ ਤਰ੍ਹਾਂ ਇਹ ਗੱਲਾਂ ਵਾਰ ਵਾਰ ਕਰਨ ਵਾਲੇ, ਇਹ ਰਿਵਾਜ ਆਪਾਂ ਕਿੱਥੇ ਆ ਕੇ ਮੁੜ ਕੇ ਵਾਸਤੋਂ ਛੱਡਣਗੇ, ਵਾਰ ਵਾਰ ਇਹ ਗੱਲਾਂ ਕੋਲ ਡਕਾਈ ਜਾ ਕੇ ਹੋਰ ਪੱਖ ਪ੍ਰੋਵ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।